ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦੀ ਕਲਾਸ ਲੈ ਕੇ ਆਏ ਹਾਂ ਜਿਹਦੇ ਵਿੱਚ ਕਿ ਆਪਾਂ ਇਹ ਵਾਲੀ ਜਿਹੜੀ ਕਲਾਸ ਹੋਏਗੀ ਆਪਣੀ ਜਨਵਰੀ 2022 ਤੋਂ ਲੈ ਕੇ ਦਸੰਬਰ 2022 ਦੇ ਜਿਹੜੇ ਟਾਪ ਕਰੰਟ ਅਫੇਅਰ ਤੁਹਾਨੂੰ ਆਪਾਂ ਪ੍ਰੋਵਾਈਡ ਕਰਵਾਏ ਸੀ ਪਹਿਲਾ ਮੰਥਲੀ ਕਰੰਟ ਅਫੇਅਰ ਆਪਾਂ ਟਾਪ 100 ਕਰਦੇ ਹਾਂ ਜਿਹਦੇ ਵਿੱਚ ਕਿ ਆਪਾਂ ਅਪਰੋਕਸੀਮੇਟ 1000 एमसीक्यू ਤੁਹਾਨੂੰ ਪ੍ਰੋਵਾਈਡ ਕੀਤਾ ਸੀ ਤੇ ਪੇਪਰ ਦੇ ਵਿੱਚ 2022 ਦੇ ਵਿੱਚ ਤੁਸੀਂ ਕੋਈ ਵੀ ਪੇਪਰ ਚੱਕ ਕੇ ਦੇਖ ਲਓ ਚਾਹੇ ਸੈਂਟਰ ਲੈਵਲ ਦਾ ਦਿੰਦਾਂਗੇ SSC ਦੇ ਪੇਪਰ ਚੱਕ ਕੇ ਦੇਖ ਲਓ ਚਾਹੇ ਤੁਸੀਂ ਪੰਜਾਬ ਪੁਲਿਸ ਦੇ ਪੇਪਰ ਦੇਖ ਲਓ ਚਾਹੇ ਆਪਣੇ CRPF ਦੇ ਪੇਪਰ ਦੇਖ ਲਓ ਉਹ ਵਾਲੀ ਜਿਹੜੇ ਮੰਥਲੀ ਕਰੰਟ ਅਫੇਅਰਸ ਦੇ ਵਿੱਚ ਉਹ ਕੁਐਸਚਨ ਲਗਾਤਾਰ ਪੁੱਛੇ ਜਾ ਰਹੇ ਨੇ ਆਪਾਂ ਅੱਜ ਕੀ ਕਰਾਂਗੇ ਜੀ ਵੈਸੇ ਤੁਹਾਨੂੰ PDF ਦਿੱਤੀ ਹੋਈ ਆ ਹੁਣ ਮੇਨ ਚੀਜ਼ ਤੁਸੀਂ ਇਹਦੇ ਹੀ ਸਮਝੋ ਕਿ ਇਹਦੇ ਵਿੱਚ ਤੁਹਾਨੂੰ ਕੁਝ ਕੁਐਸਚਨ ਜਿਹੜੇ ਖਾਸ ਕਰ ਬਹੁਤ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਉਹ 1000 ਦੇ ਵਿੱਚੋਂ ਵੀ ਆਪਾਂ ਟਾਪ 150 ਕੁਐਸਚਨ ਲੈ ਕੇ ਆਏ ਆ ਦਿੱਤੀ ਹੋਈ ਆ ਦਸੰਬਰ ਮਹੀਨੇ ਦੇ ਵੀ ਕੁਝ ਕੁਐਸਚਨ ਆਪਾਂ ਐਡ ਕੀਤੇ ਨੇ ਤੇ ਦਸੰਬਰ ਮਹੀਨੇ ਦੇ ਮੰਥਲੀ ਕਰੰਟ ਅਫੇਅਰ ਤੁਹਾਨੂੰ 12 13 ਜਨਵਰੀ ਤੱਕ ਆਪਾਂ ਤੁਹਾਨੂੰ YouTube ਤੇ ਤੇ ਨਾਲ ਹੀ PDF ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਫਿਲਹਾਲ ਇਹਦੇ ਵਿੱਚ ਦਸੰਬਰ ਦੇ ਕਰੰਟ ਅਫੇਅਰ ਵੀ ਐਡ ਕੀਤੇ ਹੋਏ ਨੇ ਆਪਣੇ ਹੁਣ ਜੀ ਆਪਣੀ A ਵਾਲੀ ਜਿਹੜੀ ਕਲਾਸ ਆ PPSC ਦੇ ਜਿਹੜੇ ਅਪਕਮਿੰਗ ਐਗਜ਼ਾਮ ਹੋਣੇ ਨੇ ਜਿੱਦਾਂ ਕਿ ਕਲਰਕ ਡਾਟਾ ਐਂਟਰੀ ਆਪਰੇਟਰ ਵੀਡੀਓ ਦਾ ਐਗਜ਼ਾਮ ਜਿਹੜਾ ਕਿ ਪੋਸਟਪੋਨ ਕਰ ਦਿੱਤਾ ਗਿਆ ਵਾ ਜਿਹੜਾ ਕਿ 8 ਜਨਵਰੀ ਨੂੰ ਹੋਣਾ ਸੀ ਇੱਕ ਕਲਰਕ ਦਾ 19 ਫਰਵਰੀ ਨੂੰ ਤੇ ਐਗਜ਼ਾਈਜ਼ ਇੰਸਪੈਕਟਰ ਦੀ ਜਿਹੜਾ ਕਿ 22 ਜਨ कोई भी नोटिस ਨਹੀਂ ਆਏਗਾ ਕਿ ਇਹ ਪੇਪਰ ਪੋਸਟਪੋਨ ਹੋਏਗਾ ਜਾਂ ਨਹੀਂ ਹੋਏਗਾ ਸੋ ਫਿਲਹਾਲ ਆਪਣਾ ਕਲਰਕ ਡਾਟਾ ਇੰਟਰੀ ਆਪਰੇਟਰ ਤੇ ਕਲਰਕ ਦਾ ਪੇਪਰ 15 ਜਨਵਰੀ ਤੇ 19 ਫਰਵਰੀ ਨੂੰ ਜਿਹੜੀ ਨਿਸ਼ਚਿਤ ਕੀਤਾ ਗਿਆ ਵਾ ਇਹਨਾਂ ਦਾ ਤੇ ਜੀ ਵੀਡੀਓ ਦਾ ਐਗਜ਼ਾਮ ਅਜੇ ਆਪਾਂ ਕੋਈ ਤਕਨੀਕੀ ਕਾਰਨ ਕਰਕੇ ਇਹਨਾਂ ਨੇ ਕਿਹਾ ਵਾ ਸੋ ਬਹੁਤ ਜ਼ਿਆਦਾ ਬੱਚੇ ਮਤਲਬ ਇੱਕ ਤਰ੍ਹਾਂ ਹਰਾਸ ਹੋ ਰਹੇ ਨੇ ਕਿ ਬਹੁਤ ਟਾਈਮ ਤੋਂ ਤਿਆਰੀ ਕਰ ਰਹੇ ਨੇ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਵੀਡੀਓ ਦਾ ਪੇਪਰ ਪੋਸਟਪੋਨ ਕਰਤਾ ਸੀ ਕਲਰਕ ਦਾ ਵੀ ਕਰਤਾ ਸੀ ਦੈਨ ਹੁਣ ਬਹੁਤ ਜ਼ਿਆਦਾ ਮਤਲਬ ਕਿ ਬੱਚਿਆਂ ਨਾਲ ਇਹ ਹੋ ਰਿਹਾ ਵਾ ਦੈਨ ਆਪਾਂ ਅੱਗੇ ਇਹੀ ਇਸ ਟਾਈਮ ਦੇ ਜਾਂ ਜੋ ਵੀ ਹੋ ਰਿਹਾ ਵਾ ਆਪਣਾ ਧਿਆਨ ਇਸ ਟਾਈਮ ਦੇ ਉੱਤੇ ਫੋਕਸ ਪੜ੍ਹਾਈ ਦੇ ਉੱਤੇ ਹੋਣਾ ਚਾਹੀਦਾ ਵਾ ਸੋ ਕਰੰਟ ਅਫੇਅਰ ਦੀ ਕਲਾਸ ਹੁਣ ਬਹੁਤ ਸਾਰੇ ਬੱਚਿਆਂ ਦੇ ਅਜ ਮੈਸੇਜ ਆਏ ਸੀਗੇ ਪੇਪਰ ਪੋਸਟਪੋਨ ਹੋ ਗਿਆ ਕੀ ਕਰੰਟ ਅਫੇਅਰ ਦੀ ਕਲਾਸ ਹੋਏਗੀ ਜਾਂ ਨਹੀਂ ਹੋਏਗੀ ਹੋਏਗੀ ਜੀ ਪੀਪਰ ਚਾਹੇ ਪੋਸਟਪੋਨ ਹੋਇਆ ਵਾ ਆਪਾਂ ਪੜਨਾ ਥੋੜਾ ਨਾ ਛੱਡਦਾਂਗੇ ਸੋ ਪੜਨਾ ਤਾਂ ਆਪਾਂ ਨੂੰ ਪੜਨਾ ਹੀ ਆ ਠੀਕ ਆ ਸੋ ਇਹ ਕਲਾਸ ਤਾਂ ਆਪਾਂ ਫੇਰ ਵੀ ਕਰਨੀ ਹੀ ਸੀ ਜੇਕਰ ਹੁੰਦਾ ਪੀਪਰ ਤਾਂ ਵੀ ਕਰਨੀ ਸੀ ਜੇਕਰ ਨਹੀਂ ਹੁੰਦਾ ਤਾਂ ਵੀ ਕਰਦੇ ਸੋ 15 ਜਨਵਰੀ ਦੇ ਪੀਪਰ ਲਈ ਅਜੇ ਆਪਾਂ ਕਹਿ ਨਹੀਂ ਸਕਦੇ ਕਿ ਹਾਂਜੀ ਇਹ ਵੀ ਪੋਸਟਪੋਨ ਹੋਏਗਾ ਜਾਂ ਨਹੀਂ ਅਗਰ ਹੋਣਾ ਹੁੰਦਾ ਤਾਂ ਉਹਨਾਂ ਨੂੰ ਨਾਲ ਹੀ ਵੀਡੀਓ ਦੇ ਇਹ ਨੋਟਿਸ ਜਾਰੀ ਕਰ ਦੇਣਾ ਚਾਹੀਦਾ ਸੀ ਸੋ ਦੇਖਦੇ ਆ ਫਿਲਹਾਲ ਆਪਣਾ ਧਿਆਨ ਇਸ ਟਾਈਮ ਦੇ ਉੱਤੇ ਪੜਾਈ ਦੇ ਉੱਤੇ ਆਪਾਂ ਥੋੜਾ ਜਿਹਾ ਵਾਪਸ ਮੈਂ ਮੰਨਦਾ ਕਿ ਹਾਂਜੀ ਇਹ ਬਹੁਤ ਮੁਸ਼ਕਲ ਹੁੰਦਾ ਵਾ ਕਿ ਜਦੋਂ ਇਸ ਤਰ੍ਹਾਂ ਨਾਲ ਤੁਸੀਂ ਤਿਆਰੀ ਆਪਣੀ ਪੂਰੀ ਫੁੱਲ ਕੀਤੀ ਹੁੰਦੀ ਆ ਤੇ ਇੱਕਦਮ ਪੇਪਰ ਪੋਸਟਪੋਨ ਹੋ ਜਵੇ ਤਾਂ ਤਿਆਰੀ ਦੇ ਉੱਤੇ ਤਾਂ ਪ੍ਰਭਾਵ ਇਹ ਚੀਜ਼ ਦਾ ਪੈਂਦਾ ਹੀ ਹਵਾ ਪਰ ਆਪਾਂ ਪੂਰੀ ਹੌਲੀ ਹੌਲੀ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਕਿ ਦੁਬਾਰਾ ਫੇਰ ਤੋਂ ਟਰੈਕ ਦੇ ਉੱਤੇ ਆ ਕੇ ਜੇਕਰ ਆਪਣਾ 15 ਜਨਵਰੀ ਨੂੰ ਪੇਪਰ ਕਲਰਕ ਦਾ ਵੀ ਹੋ ਜਾਂਦਾ ਵਾ ਫੇਰ ਵੀ ਆਪਾਂ ਕਹਿ ਸਕਦੇ ਆ ਕਿ ਹਾਂਜੀ ਵੀਡੀਓ ਦੇ ਅਗਰ ਕੋਈ ਕੋਈ ਵੀ ਕਾਰਨ ਇਹਨਾਂ ਨੇ ਅਜੇ ਤੱਕ ਮੈਂਸ਼ਨ ਨਹੀਂ ਕੀਤਾ ਕਿ ਪੰਜਾਬੀ ਐਡੀਸ਼ਨਲ ਦਾ ਪੇਪਰ ਹੋਣਾ ਵਾ ਜਾਂ ਕੀ ਆ ਦੈਨ ਉਹ ਵੀ ਪੇਪਰ ਜਲਦੀ ਹੋ ਸਕਦਾ ਸੋ ਇਸ ਟਾਈਮ ਦੇ ਉੱਤੇ ਪੂਰੀ ਤਰ੍ਹਾਂ ਨਾਲ ਉਮੀਦ ਕਰਦੇ ਸ਼ੁਰੂ ਕਰ ਦਾਂਗੇ ਅੱਜ ਦੇ ਆਪਣੇ ਕਰੰਟ ਅਫੇਅਰਸ ਦੇਖੋ ਜੀ ਇਹਦੇ ਵਿੱਚ ਆਪਣਾ ਠੀਕ ਹੈ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਵੇਸ ਕਰਾਂਗੇ ਕਿਉਂਕਿ 150 ਕਰੰਟ ਅਫੇਅਰ ਕਰਦੇ ਆ ਇੱਕ ਕਲਾਸ ਦੇ ਵਿੱਚ ਕਰ ਦਿੰਨੇ ਤੁਸੀਂ ਕੀ ਕਰਨਾ ਵਾ ਤੁਸੀਂ ਇਹਦੇ ਆਪਣੇ ਮਾਈਂਡ ਦੇ ਵਿੱਚ ਸੋਚਣਾ ਵਾ ਕਿ ਇਹਦਾ ਆਨਸਰ ਕੀ ਬਣਦਾ ਵਾ ਜੋ ਵੀ ਆਨਸਰ ਤੁਹਾਡਾ ਬਣੇਗਾ ਉਹੋ ਵਾਲਾ ਆਨਸਰ ਨਾਲ ਹੀ ਆਪਾਂ ਤੁਹਾਨੂੰ ਪਿਕ ਕਰਕੇ ਦੱਸ ਦਵਾਂਗੇ ਸੋ ਇਹਦੀ ਪੀਡੀਐਫ ਤੁਹਾਨੂੰ ਨਹੀਂ ਮਿਲਗੀ ਕਿਉਂਕਿ ਪੀਡੀਐਫ ਤੁਹਾਨੂੰ ਦਿੱਤੀ ਹੋਈ ਹੈ ਇਹਦੀ ਆਪਾਂ ਪਹਿਲਾਂ 1000 ਦੀ ਸੋ ਕਲਾਸ ਸਿਰਫ ਤੁਹਾਨੂੰ ਆਪਣੀ ਵੀਡੀਓ ਲੈਕਚਰ ਦੇ ਵਿੱਚ ਹੀ ਦੇਖਣੀ ਪੈਗੀ ਤੇ ਨਾਲ ਜਿਹੜੀ ਚੀਜ਼ ਐਕਸਪਲੇਨੇਸ਼ਨ ਵਾਲੀ ਹੋਏਗੀ ਹਣਜੀ ਪਹਿਲਾ ਕੁਐਸਚਨ ਆ ਗਿਆ ਜੀ ਕਹਿੰਦੇ ਜੀ ਅਰਜਨਟੀਨਾ ਨੇ ਠੀਕ ਆ ਜੀ ਹੁਣੇ ਰੀਸੈਂਟਲੀ FIFA ਵਰਲਡ ਕੱਪ ਹੋਇਆ ਵਾ ਠੀਕ ਆ ਅਰਜਨਟੀਨਾ ਪਹਿਲਾ ਚੀਜ਼ ਤਾਂ ਇਹ ਆ ਕਿ ਅਰਜਨਟੀਨਾ ਜਿੱਤੀ ਆ ਹੁਣ ਉਹ ਪੁੱਛਦੇ ਪਏ ਨੇ ਕਿ ਜਿਹੜਾ ਦੋ ਕਤਰ ਦੇ ਵਿੱਚ ਦੂਹਾ ਖਤਰ ਦੇ ਵਿੱਚ ਹੋਇਆ ਵਾ 20 ਨਵੰਬਰ ਤੋਂ 18 ਦਸੰਬਰ 2022 ਤੱਕ ਇਹਦੇ ਵਿੱਚ ਉਹ ਕਹਿੰਦੇ ਅਰਜਨਟੀਨਾ ਨੇ ਕਿਹੜੀ ਟੀਮ ਨੂੰ ਹਰਾਇਆ ਵਾ ਫੁੱਟਬਾਲ ਟੀਮ ਨੂੰ ਠੀਕ ਆ ਫੁੱਟਬਾਲ ਟੂਰਨਾਮੈਂਟ ਹੁੰਦਾ ਵਾ FIFA ਦਾ ਵਰਲਡ ਕੱਪ ਜਿਹੜਾ ਹੋਇਆ ਸੀ ਠੀਕ ਆ ਕਰੋਟੀਆਂ ਤੋਂ ਸਪੇਨ ਨੂੰ ਫਰਾਂਸ ਨੂੰ ਜਾਂ ਮਰਾਕੋ ਸੋ ਆਪਾਂ ਤੁਹਾਨੂੰ 5-7 ਸਕਿੰਡ ਦੇ ਰਹੇ ਹਾਂ ਜੀ ਤੁਸੀਂ ਆਨਸਰ ਦੇਣਾ ਮੈਂ ਸੋ ਇਹਦਾ ਅਰਜנטיਨਾ ਨੇ ਇਸ ਟਾਈਮ ਦੇ ਉੱਤੇ 20 ਨਵੰਬਰ ਤੋਂ 18 ਨਵੰਬਰ ਤੱਕ ਜਿਹੜਾ ਹੋਇਆ ਵਾ ਇਹਦੇ ਵਿੱਚ ਫਰਾਂਸ ਨੂੰ ਹਰਾਇਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਇਹ ਪੇਪਰ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਚਾਹੇ ਕਿਸੇ ਤਰ੍ਹਾਂ ਦੇ ਨਾਲ ਵੀ ਕਮਾ ਕੇ ਪੁੱਛਿਆ ਜਾਵੇ ਇਦੇ ਵਿੱਚ ਆਪਾਂ ਇਹੀ ਕੁਐਸਚਨ ਐਡ ਕਰ ਦਿੰਨੇ ਜਿਹੜੇ ਕਿ ਪੇਪਰ ਲਈ ਮੋਸਟ ਐਕਸਪੈਕਟਿਡ ਕੁਐਸਚਨ ਹੁੰਦੇ ਆ ਇੱਕ ਆਪਾਂ ਕਲਾਸ ਹੋਰ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਆਪਾਂ ਸਪੋਰਟਸ ਸਿਨੇਮਾ ਹੋ ਗਿਆ ਜਾਂ ਸਾਇੰਸ ਐਂਡ ਟੈਕ ਹੋ ਗਿਆ ਜਾਂ ਅਪਾਇੰਟਮੈਂਟ ਹੋ ਗਿਆ ਇਹਨਾਂ ਸਾਰਿਆਂ ਦੀ ਹੀ ਇੱਕ ਅਲੱਗ ਤੋਂ ਕਲਾਸ ਲੈ ਕੇ ਆਵਾਂਗੇ ਜਿਹਦੇ ਵਿੱਚੋਂ ਵੀ ਕੁਐਸਚਨ ਪੁੱਛ ਇਹਦੇ ਵਿੱਚ ਵੀ ਇਹ ਕੁਐਸਚਨ ਹੈਗੇ ਨੇ ਬਟ ਉਹ ਅਲੱਗ ਤੋਂ ਵੀ ਇੱਕ ਕਲਾਸ ਆਪਾਂ ਮੈਰਾਥਨ ਕਲਾਸ ਜਿਹਦੇ ਵਿੱਚ ਕਿ ਆਪਾਂ 100 ਕੁਐਸਚਨ ਹੈ ਜਿਹੜਾ ਸਾਰੇ ਜਿਹੜੇ ਕਰੰਟ ਅਫੇਅਰ 2022 ਦੇ ਇਹਨਾਂ ਟੌਪਿਕਸ ਦੇ ਹੋਏ ਸੀ ਉਹਦੀ ਆਪਾਂ ਇੱਕ ਕਲਾਸ ਕਰਨ ਦੀ ਪੂਰੀ ਕੋਸ਼ਿਸ਼ ਨੈਕਸਟ ਚੱਲਦੇ ਹਾਂ ਜੀ ਹੁਣ ਆਪਣੇ 2 ਨੰਬਰ ਕੁਐਸਚਨ। 2 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਰਿਹਾ ਕਹਿੰਦਾ ਸਪੇਨ ਦੇ ਵਾਲੈਂਸੀਆ ਵਿੱਚ ਆਯੋਜਿਤ ਕੀਤੇ ਗਏ FIH ਠੀਕ ਆ। ਊਮਨਸ ਨੇਸ਼ਨ ਕੱਪ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਮਹਿਲਾ ਦੀ ਹਾਕੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ? ਇੰਡੀਆ ਜਿੱਤੀ, ਸਪੇਨ ਜਿੱਤੀ, ਜਾਪਾਨ ਜਿੱਤੀ ਜਾਂ ਕੈਨੇਡਾ ਜਿੱਤੀ? ਦਨ ਸਪੇਨ ਦੇ ਵਿੱਚ ਜਿਹੜਾ ਇਹ ਹੋਇਆ ਵਾ ਜੀ ਇਹਦੇ ਵਿੱਚ ਆਪਣੀ ਜਿੱਤ ਦਰਜ ਕੀਤੀ ਆ ਜੀ ਆਪਣੇ ਇੰਡੀਆ ਨੇ ਠੀਕ ਆ ਜੀ ਇੰਡੀਆ ਨੇ ਕਿਹਨੂੰ ਹਰਾਇਆ ਵਾ ਜੀ ਸਪੇਨ ਨੂੰ ਹੀ ਹਰਾਇਆ ਸਪੇਨ ਦੇ ਵਿੱਚ ਆਰਗੇਨਾਈਜ਼ ਹੋਇਆ ਸੀ ਇਹ ਠੀਕ ਆ ਜੀ ਊਮਨਸ ਨੇਸ਼ਨ ਕੱਪ 2022 ਤੇ ਇੰਡੀਆ ਨੇ ਸਪੇਨ ਨੂੰ ਹਰਾਇਆ ਠੀਕ ਆ ਏ ਆਪਸ਼ਨ ਇਹਦੀ ਬਿਲਕੁਲ ਸਹੀ ਬਣ ਜੇਗੀ ਨੈਕਸਟ ਚੱਲਦੇ ਆ ਜੀ ਆਪਾਂ 3 ਨੰਬਰ ਕੁਐਸਚਨ ਤੇ ਸੋ ਜ਼ਿਆਦਾ ਆਪਾਂ ਐਕਸਪਲੇਨੇਸ਼ਨ ਨਹੀਂ ਕਰਾਂਗੇ ਕਿਉਂਕਿ ਫਿਰ ਨਹੀਂ 150 ਕੁਐਸਚਨ ਤੇ ਤੁਹਾਡਾ ਟਾਈਮ ਬਹੁਤ ਵੇਸਟ ਹੋਏਗਾ ਜਮਨ ਐਕਸਪਲੇਨੇਸ਼ਨ ਵਾਲੇ ਆਪਾਂ ਪਹਿਲਾਂ ਕਲਾਸਾਂ ਦੇ ਵਿੱਚ ਕਹਿੰਦਾ ਜੀ ਇਹਨਾਂ ਦੇ ਵਿੱਚੋਂ 1 ਜਨਵਰੀ 2023 ਨੂੰ ਵਿਨੇ ਕੁਮਾਰ ਤਰਪਾਠੀ ਵਿਨੇ ਕੁਮਾਰ ਤਰਪਾਠੀ ਨੇ ਮਤਲਬ ਵਿਨੇ ਕੁਮਾਰ ਤਰਪਾਠੀ ਨੂੰ ਰਿਪਲੇਸ ਕਰੇਗਾ ਠੀਕ ਆ ਕੌਣ ਰਿਪਲੇਸ ਕਰੇਗਾ ਇਸ ਟਾਈਮ ਰੇਲਵੇ ਦਾ ਜਿਹੜਾ ਚੀਫ ਐਗਜ਼ੀਕਿਊਟਿਵ ਆਫੀਸਰ ਐਂਡ ਚੇਅਰਮੈਨ ਆਫ ਦਾ ਰੇਲਵੇ ਬੋਰਡ ਫਰੋਮ ਵਿਨੇ ਕੁਮਾਰ ਤਰਪਾਠੀ ਠੀਕ ਆ ਇਸ ਟਾਈਮ ਤੋਂ ਤੇ ਹੈਗਾ 1 ਜਨਵਰੀ 2023 ਜਾਂ ਰਸਿੰ ਪਠਾਨ ਅਨਿਲ ਕੁਮਾਰ ਲਾਹੌਰਤੀ ਜਾਂ ਸਾਡੇ ਦਿਨੇਸ਼ਪਾਲ ਸਿੰਘ ਜਾਂ ਅਲੋਕ ਕੁਮਾਰ ਦੂਬੇ ਸੋ 70 ਨੰਬਰ ਦਾ ਬਿਲਕੁਲ ਸਹੀ ਆਨਸਰ ਬਣ ਰਿਹਾ ਹੈ ਜੀ ਸਾਡਾ ਅਨਿਲ ਕੁਮਾਰ ਲੋਹੜਠੀ ਆ ਜਿਹੜੇ ਇਹ ਆਪਣੇ ਰੇਲਵੇ ਦੇ 1 ਜਨਵਰੀ 2023 ਤੋਂ ਨਵੇਂ ਸੀਈਓ ਐਂਡ ਚੇਅਰਮੈਨ ਹੋਣ ਗਏ ਨੈਕਸਟ ਚਲਦੇ ਹਾਂ ਠੀਕ ਹੈ ਜੀ ਵਿਨੇ ਕੁਮਾਰ ਤਰਪਾਟੀ ਨੂੰ ਇਹ ਰਿਪਲੇਸ ਕਰਨਗੇ ਹੁਣ ਜੀ ਨੈਕਸਟ ਕੁਐਸਚਨ ਆ ਗਿਆ ਜੀ ਸਾਡਾ ਸਪੋਰਟਸ ਦਾ ਲਵਲੀਨਾ ਬੁਰਗਹੌਨ ਨੇ ਮੱਧ ਪ੍ਰਦੇਸ਼ ਦੇ ਭਪਾਲ ਵਿੱਚ ਆਯੋਜਿਤ ਮੈਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 2022 ਦੇ ਵਿੱਚ ਕਿਹੜਾ ਮੈਡਲ ਜਿੱਤਿਆ ਜੀ ਸੋਨ ਦਾ ਮੈਡਲ ਜਿੱਤਿਆ ਕਿਹੜੀ ਆਪਣੀ ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਇਹਨਾਂ ਨੇ 60 60 ਕਿਲੋ ਕੇਜੀ 75 ਕੇਜੀ 50 ਕੇਜੀ ਜਾਂ 49 ਕੇਜੀ ਤਾਂ ਜੀ ਚੌਥੇ ਦਾ ਬਿਲਕੁਲ ਸਹੀ ਆਨਸਰ ਬਣੇਗਾ ਜੇ ਲਵਲੀਨਾ ਨੇ ਇਹ ਜਿੱਤਿਆ ਬਾਜੀ 75 ਕਿਲੋ ਕੈਟਾਗਰੀ ਦੇ ਵਿੱਚ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 2022 ਦੇ ਵਿੱਚ ਇਸ ਟਾਈਮ ਦੇ ਉੱਤੇ 골ਡ ਮੈਡਲ ਜਿੱਤਿਆ ਹੋਰ ਆਪਣਾ ਕੌਣ ਜਿੱਤਿਆ ਜੀ ਇਹਦੇ ਵਿੱਚ ਇਹਦੇ ਵਿੱਚ ਆਪਣਾ 50 ਕੇਜੀ ਕੈਟਾਗਰੀ ਦੇ ਵਿੱਚ ਇੱਕ ਹੋਰ ਆਪਣੇ ਜਿਹੜੇ ਆਪਣੇ ਸਟਾਰ ਪਲੇਅਰ ਆ ਨਿਕਿਤ ਨਿਕਿਤ ਜ਼ਰੀਨ ਨੇ ਵੀ गोल्ड जितते हां ਵਾ ਠੀਕ ਆ ਸੋ ਇਹਨਾਂ ਦੋਨਾਂ ਦੇ ਨਾਮ ਤੁਸੀਂ ਯਾਦ ਕਰ ਲੈਣੇ ਕਿਉਂਕਿ ਇਹੇ ਜੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਖਾਸ ਕਰਕੇ ਪੀਟਰ ਪਲੱਸ ਵੀ ਦੁਆਰਾ ਠੀਕ ਆ ਜੀ ਰੇਲਵੇ ਦੇ ਵਿੱਚ ਟੌਪ ਤੇ ਰਹੀ ਹੈ ਮੈਡਲ ਦਿੱਲੀ ਦੇ ਵਿੱਚ ਠੀਕ ਆ ਜੀ ਆਪਾਂ ਸਾਰਾ ਆਪਣਾ ਕੀਤਾ ਰੇਲਵੇ ਟੀਮਾਂ ਜਿਹੜੀਆਂ ਟੌਪ ਕੀਤਾ ਜੀ 10 ਮੈਡਲ ਜਿੱਤੇ ਆ 5 골ਡ ਜਿੱਤੇ ਆ 3 ਸਿਲਵਰ ਜਿੱਤੇ ਆ ਤੇ 2 ਬ੍ਰੌਂਜ਼ ਜਿੱਤੇ ਆ ਠੀਕ ਆ ਸੋ ਆ ਤੁਹਾਨੂੰ ਆਪਾਂ ਨਿਖਿਤ ਜ਼ਰੀਨ ਤੇ ਲਵਲਿੰਗ ਦਾ ਕਰਵਾ ਹੀ ਦਿੱਤਾ ਵਾ ਨੈਕਸਟ ਚੱਲਦੇ ਆਂ ਜੀ 5 ਨੰਬਰ ਕੁਐਸਚਨ ਦੇ 5 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ Who has been appointed as the chairman of the National Highway Authority of India? ਠੀਕ ਹੈ NHAI ਦੇ ਨਵੇਂ ਚੇਅਰਮੈਨ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਜੀ? ਸੁਭਾਸ਼ਿਸ਼ ਪਾਂਡਾ ਜਾਂ ਪ੍ਰਲਾਦ ਕੁਮਾਰ ਜੋਸ਼ੀ ਗੰਜੀ ਕਮਲਾ ਵੀ ਰਾਉ ਜਾਂ ਸੰਤੋਸ਼ ਕੁਮਾਰ ਯਾਦਵ ਸੋ ਇਹਦਾ ਤੁਸੀਂ ਆਨਸਰ ਦੇਣਾ ਵਾ ਜੀ ਕੀ ਆਨਸਰ ਇਹਦਾ ਬੰਦਾ ਵਾ ਜੀ ਸਾਡਾ A B C ਜਾਂ D ਦੈਨ ਇਹ ਸੰਤੋਸ਼ ਕੁਮਾਰ ਯਾਦਵ ਨੇ ਜੀ ਜਿਹੜੇ ਕਿ NHAI ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਹੋਏ ਨੇ ਜੀ 6 ਨੰਬਰ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਾਂ 6 ਨੰਬਰ ਕੁਐਸਚਨ ਸਾਨੂੰ ਆਇਆ ਵਾ ਜੀ ਜਿਹੜੀ ਕਿ ਕਹਿੰਦੇ ਜੀ ਹੇਠ ਲਿਖਿਆਂ ਵਿੱਚੋਂ ਭਾਰਤੀ ਸੰਸ ਕਿਹੜੇ ਇੰਸਟੀਚਿਊਟ ਨੂੰ ਸਾਇੰਸ 20 S20 ਹੋ ਗਿਆ ਮਤਲਬ ਜਿਹੜੇ ਕਿ G20 ਸਮੇਲਨ ਦੇ ਵਿੱਚ ਸਾਇੰਸ ਵਰਕਿੰਗ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਵਾ ਜੀ ਠੀਕ ਹੈ ਜੀ IISc ਬੈਂਗਲੌਰ ਨੂੰ IIT ਮਦਰਾਸ ਨੂੰ ਜਾਂ IISER ਪੂਨੇ ਨੂੰ ਜਾਂ ਜਵਾਹਰ ਨਹਿਰੂ ਸੈਂਟਰ ਫਾਰ ਐਡਵਾਂਸ ਸਾਇੰਟਿਫਿਕ ਰਿਸਰਚ ਬੈਂਗਲੌਰ ਤੁਹਾਡਾ ਅਨਸਰ ਤੁਸੀਂ ਦੇਣਾ ਵਾ ਜੀ 6 ਨੰਬਰ ਕੁਐਸਚਨ ਦਾ ਅਨਸਰ ਕਿਹੜਾ ਸਹੀ ਬਣਦਾ ਵਾ ਜੀ ਸੋ ਇਹਦੇ ਲਈ ਆਪਣਾ S20 ਗਰੁੱਪ ਦੇ ਵਿੱਚ G20 ਦੇ ਸਮਿਟ ਦੇ ਵਿੱਚ ਕਿਹਨੂੰ ਸ਼ਾਮਲ ਕੀਤਾ ਹੋਇਆ ਜੀ IISC ਬੰਗਲੌਰ ਮਤਲਬ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਤੋਂ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ AB ਠੀਕ ਹੈ ਜੀ ਨੈਕਸਟ ਚੱਲਦੇ ਆ ਜੀ ਆਪਾਂ ਸੋ ਆਪਾਂ ਨਾਲ ਐਕਸਪਲੇਨੇਸ਼ਨ ਤੁਹਾਨੂੰ ਐਡ ਕਰ ਦਿੱਤੀ ਆ ਠੀਕ ਹੈ S20 ਸਾਇੰਸ 20 ਜਿਹਨੂੰ ਆਪਾਂ ਕਹਿੰਦਾ ਇਹਦੇ ਵਿੱਚ ਉਹ ਕੀਤਾ ਪ੍ਰोसीडिंग ਆਪਾਂ ਕੀਤਾ ਹੋਇਆ ਕਿ 2023 ਦੇ ਵਿੱਚ ਇੰਡੀਆ ਪ੍ਰੈਸਾਈਡ ਕਰ ਰਿਹਾ ਹੋਇਆ ਇਹਨੂੰ ਠੀਕ ਹੈ ਨੈਕਸਟ ਆਪਾਂ ਚੱਲਦੇ ਹਾਂ ਜੀ ਹੁਣ ਅਗਲਾ ਆਪਣਾ ਇਹਦੀ ਆਪਣੀ ਥੀਮ ਜਰੂਰ ਯਾਦ ਕਰ ਲਿਓ ਠੀਕ ਹੈ ਜੀ S20 2023 ਦੀ ਡਿਸਕ੍ਰਪਟਿਵ ਸਾਇੰਸ ਫॉर ਇਨੋਵੇਸ਼ਨ ਐਂਡ ਸਸਟੇਨੇਬਲ ਡਵੈਲਪਮੈਂਟ ਨੈਕਸਟ ਚੱਲਦੇ ਹਾਂ ਨਿਮਨ ਲਿਖਤ ਵਿੱਚੋਂ ਇਹਨਾਂ ਦੇ ਵਿੱਚੋਂ ਕਹਿੰਦੇ ਕਿਸ ਨੂੰ ਵਿਗਿਆਨ ਦੇ ਖੇਤਰ ਦੇ ਵਿੱਚ ਉੱਤਮਤਾ ਲਈ ਠੀਕ ਹੈ ਜੀ ਸਾਇੰਸ ਐਂਡ ਰਿਸਰਚ ਫੀਲਡ ਦੇ ਵਿੱਚ ਉੱਤਮਤਾ ਲਈ ਦੈਨ ਇਹਨਾਂ ਨੂੰ ਅਟਲ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਨਵੀਂ ਦਿੱਲੀ ਦੇ ਵਿੱਚ ਰਿਚਾਚਾ ਪ੍ਰਭੂ ਚੰਦਰ ਮਿਸ਼ਰਾ आनंद श्रीवास्तव या अपना देवन पटेल सात नंबर क्वेश्चन ता जी ए ਇਹਦਾ ਆਨਸਰ ਬਣ ਰਿਹਾ ਜੀ 7 ਦਾ ਪ੍ਰਭੂ ਚੰਦਰ ਮਿਸ਼ਰਾ ਇਹਦਾ ਬੀ ਆਨਸਰ ਬਿਲਕੁਲ ਸਹੀ ਬਣੇਗਾ ਜੀ ਨੈਕਸਟ ਚੱਲਦੇ ਆ ਜੀ 8 ਦਾ ਸੋ ਇਹ ਦਸੰਬਰ ਦੇ கரنٹ افੇਅਰ ਚੱਲ ਰਹੇ ਨੇ ਇਸ ਟਾਈਮ ਸ਼ਾਇਦ ਤੁਹਾਨੂੰ ਨਵੇਂ ਲੱਗਦੇ ਹੋਣਗੇ ਕਿਉਂਕਿ ਆਪਾਂ ਦਸੰਬਰ ਦੇ ਜਿਹੜੇ கரنٹ افੇਅਰ ਕੀਤੇ ਨਹੀਂ ਨਾ ਦਨ ਕੁਝ ਕੁਸਚਨ ਆਪਣੇ ਸ਼ਾਇਦ 15 20 ਕੁਸਚਨ ਆਪਣੇ ਦਸੰਬਰ ਦੇ ਹੋਣਗੇ ਇਹ ਠੀਕਾ ਸੋ ਇਹ ਕਰ ਲੈਣਾ ਤੁਸੀਂ ਸੋ ਪੀਡੀਐਫ ਦੇ ਵਿੱਚ ਆਪਾਂ ਤੁਹਾਨੂੰ ਇਹ ਪ੍ਰੋਵਾਈਡ ਕਰ ਦਾਂਗੇ ਜਿਹੜਾ ਦਸੰਬਰ ਦੀ ਪੀਡੀਐਫ ਆ 12 13 ਜਨਵਰੀ ਤੱਕ ਤੁਹਾਨੂੰ ਅਪਲੋਡ ਕਰਾਂਗੇ ਨਾ ਉਹਦੇ ਵਿੱਚ ਵੀ ਇਹ ਕੁਐਸਚਨ ਆਪਾਂ ਐਡ ਕਰ ਦਾਂਗੇ ਸੋ ਇਹਦੀ ਟੈਨਸ਼ਨ ਨਾ ਲਓ ਤੁਸੀਂ ਬਾਕੀ ਪੀਡੀਐਫ ਤੁਹਾਨੂੰ ਦਿੱਤੀ ਹੋਈ ਆ ਭਾਰਤ ਦੇ ਪਹਿਲੇ ਰਿਸਪੌਂਸੀਬਲ AI ਠੀਕ ਹੈ ਜੀ ਪਹਿਲੇ ਰਿਸਪੌਂਸੀਬਲ AI ਕੇਂਦਰ ਨੂੰ ਵਧਾਉਣ ਲਈ ਹੇਠ ਲਿਖੀ ਸੰਸਥਾਵਾਂ ਵਿੱਚੋਂ ਕਿਸ ਨੇ Google ਤੋਂ ਇੱਕ ਮਿਲੀਅਨ ਆਪਣਾ ਦਾ ਫੰਡ ਪ੍ਰਾਪਤ ਕੀਤਾ ਹੈ IIT ਬੰਬਈ IIT ਬੰਬਈ IIT ਆਪਣੇ ਮ드ਰਾਸ ਜਾਂ IIT ਰੜਕੀ 68 ਨੰਬਰ ਦਾ ਬਿਲਕੁਲ ਸਹੀ ਹੈ IIT ਮਦਰਾਸ ਨੂੰ 1 ਮਿਲੀਅਨ ਦਾ ਫੰਡ ਪ੍ਰਾਪਤ ਕੀਤਾ ਗਿਆ ਜੀ Google ਤੋਂ ਇਹਨਾਂ ਨੇ ਰਿਸਪੌਂਸਿਬਲ AI ਠੀਕ ਹੈ ਜੀ AI ਹੁੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਜੀ ਇਹ ਪੁੱਛਦੇ ਪਏ ਨੇ ਜੀ ਅੱਗੇ ਇਹਨਾਂ ਵਿੱਚੋਂ ਕਿਹੜੀ ਕਬੱਡੀ ਟੀਮ ਨੇ ਜਿਨੇ ਕਿ ਪੁਨੇਰੀ ਪਲਟਨ ਨੂੰ ਹਰਾ ਕੇ 2022 ਦਾ ਜਿਹੜਾ ਸੈਕੰਡ ਟਾਈਟਲ ਜਿੱਤੇ ਆ ਪ੍ਰੋ ਕਬੱਡੀ ਲੀਗ ਜਿਹੜੀ 2022 ਹੋਈ ਹੈ ਜੀ ਪਟਨਾ ਪੈਰਾਟਸ ਯੂ ਮੰਮਵਲ ਮਜੂਬ ਮੁੰਬਈ ਮੁੰਬਈ ਲਿਖਣਾ ਸੀ ਜੀ ਇਹਤੇ ਤੇ ਬੈਂਗਲੌਰ ਬੋਲਸ ਜਾਂ ਜੈਪੂਰ ਪਿੰਕ ਪੈਂਥਰ ਕਿਹਨੇ ਇਸ ਟਾਈਮ ਦੇ ਉੱਤੇ 2022 ਦੀ ਪ੍ਰੋ ਕਬੱਡੀ ਲੀਗ ਜਿੱਤੀ ਆ ਜੀ ਇਹ ਵੀ ਸਪੋਰਟਸ ਦਾ MCQ ਆ ਜੈਪੂਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਦਾ ਦੂਜਾ ਕਿਤਾਬ ਜਿੱਤਿਆ ਭਾਜੀ ਨੈਕਸਟ ਚੱਲਦੇ ਆਂ ਜੀ ਆਪਾਂ 10 ਨੰਬਰ ਕੁਐਸਚਨ ਦੇ 10 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਰਿਹਾ ਜੀ ਕਿ ਨਵੀਂ ਦਿੱਲੀ ਦੇ ਵਿੱਚ ਗੁੱਡ ਗਵਰਨੈਂਸ ਵੀਕ ਹੋਇਆ ਜੀ 2022 ਦਾ ਇਹਦੇ ਤਹਿਤ ਉਹ ਕਹਿੰਦਾ ਜੀ ਯੂਨੀਅਨ ਮਨਿਸਟਰ ਆਪਣੇ ਜਤਿੰਦਰ ਸਿੰਘ ਨੇ ਮਤਲਬ ਕਿ ਇਹਨਾਂ ਦੁਆਰਾ ਸ਼ੁਰੂ ਕੀਤੀ ਗਈ ਮਤਲਬ ਕਿ ਦੇਸ਼ ਵਿਆਪੀ ਮਹ ਮਤਲਬ ਨੇਸ਼ਨ ਵਾਈਡ ਕੈਂਪੇਨ ਦਾ ਨਾਮ ਦੱਸੋ ਜੀ گاਉਂ ਦਾ ਅੱਛਾ ਪ੍ਰਸ਼ਾਸਨ ਜਾਂ ਪ੍ਰਸ਼ਾਸਨ ਮੈਂ ਸ਼ੁਸ਼ਾਸਨ ਪ੍ਰਸ਼ਾਸਨ گاਉਂ ਕੇ ਔਰੇ ਜਾਂ گاਉਂ ਮੈਂ ਪ੍ਰਸ਼ਾਸਨ ਦੇਸ਼ ਮੈਂ ਸ਼ੁਸ਼ਾਸਨ ਦੱਸੋ ਜੀ ਇਹ ਕਿਹੜੀ ਕੈਂਪੇਨ ਇਹਨਾਂ ਨੇ ਗੁੱਡ ਗਵਰਨੈਂਸ ਵੀਕ ਦੇ ਵਿੱਚ ਸ਼ੁਰੂ ਕੀਤੀ ਹੈ ਠੀਕ ਹੈ ਜੀ ਗੁੱਡ ਗਵਰਨੈਂਸ ਵੀਕ ਕਿਉਂ ਮਨਾਇਆ ਜਾਂਦਾ ਹੁਣ ਗੁੱਡ ਗਵਰਨੈਂਸ ਵੀਕ ਆਜ ਇਹ ਨਾ ਬਰਥ ਐਨੀਵਰਸਰੀ ਅਟਲ ਬਿਹਾਰੀ ਵਾਜਪਾਈ ਜੀ ਜੀ ਉਹਦੇ ਉਹਦੇ ਵਿੱਚ ਮਨਾਇਆ ਜਾਂਦਾ ਵਾ ਠੀਕ ਹੈ ਜੀ ਅਟਲ ਬਿਹਾਰੀ ਵਾਜਪਾਈ सो so, यद बिल्कुल सही आंसर बन रहा जी परेशान गाँव की औरें ठीक है सी आंसर सा बिल्कुल सही गया जी दसवेंद नैक्सट चलते हैं जी आप ग्यारह नंबर क्वेश्चन ठीक है जी आप करता हुआ अटल बिहारी वाजपाई बर्थ एनीवर्सरी के उत्ते ਹਣਜੀ ਆਹ ਕੁਐਸਚਨ ਬਹੁਤ ਇੰਪੋਰਟੈਂਟ ਆ ਇਹਨੂੰ ਬਿਲਕੁਲ ਵੀ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਨਾ ਮੇਰੇ ਵੱਲੋਂ ਤਾਂ ਬੇਸ਼ੱਕ ਇਹਨੂੰ ਤੁਸੀਂ ਨੋਟ ਕਰ ਲਓ ਕਿਉਂਕਿ ਇਹ ਕੁਐਸਚਨ ਆਉਣ ਦੇ ਪੂਰੇ ਪੂਰੇ ਚਾਂਸ ਆ FIFA ਵਰਲਡ ਕਪ ਹੋਇਆ ਸੀ 2022 ਦੇ ਵਿੱਚ ਕਤਰ ਦੇ ਆਪਾਂ ਤੁਹਾਨੂੰ ਕਰਵਾਤਾ ਹੋਇਆ ਕਿ ਕਿਹਨੇ ਜਿੱਤਿਆ ਹੈ ਨਾ ਹੁਣ ਇਹਦੇ ਵਿੱਚ ਨਾ ਇੱਕ 골ਡਨ ਬਾਲ ਤੇ 골ਡਨ ਬੂਟ ਅਵਾਰਡ ਦਿੱਤਾ ਗਿਆ ਵਾ ਉਹ ਪੁੱਛ ਰਹੇ ਨੇ ਕਿ ਕਿਹਨੂੰ ਕਿਹਨੂੰ ਮਿਲਿਆ ਪਹਿਲਾ 골ਡਨ ਬਾਲ ਮਤਲਬ ਇਹ ਚੋ ਪਹਿਲੇ ਨੰਬਰ ਵਾਲਾ 골ਡਨ ਬਾਲ ਮਿਲਿਆ ਤੇ ਦੂਜੇ ਨੰਬਰ ਵਾਲੇ ਨੂੰ 골ਡਨ ਬੂਟ ਮਿਲਿਆ ਦੱਸੋ ਜੀ ਸੁਨੀਲ ਛੇਤਰੀਆ ਆਪਣੇ ਲੈਨ ਮੈਸੀ ਜਾਂ ਕਾਈਲਨ ਮੈਂਬਾਪੀ ਜਾਂ ਐਮਿਲਿਅਨ ਮਾਰਟਿਨਸ ਜਾਂ ਐਮਿਲਿਅਨ ਮਾਰਟਿਨਸ ਜਾਂ ਕਾਈਲੇਨੀ ਮੰਬੀ ਜਾਂ ਲਿਓਨ ਮੈਸੀ ਜਾਂ ਕਾਈਲਨ ਮੈਂਬਾਪੀ ਦੱਸੋ ਜੀ ਸੋ ਜੀ 11ਵੇਂ ਦਾ ਸਾਡਾ ਬਿਲਕੁਲ ਸਹੀ ਮੰਨ ਦਾ ਪਿਆ ਜੀ 골ਡਨ ਬਾਲ ਦਾ ਖਿਤਾਬ ਦਿੱਤਾ ਗਿਆ ਜੀ ਆਪਣਾ ਲਿਓਨ ਮੈਸੀ ਨੂੰ ਸਾਰੇ ਜਾਣਦੇ ਹੋ ਤੁਸੀਂ ਇਹਨੂੰ ਹਨਾ 골ਡਨ ਬੂਟ ਮਿਲਿਆ ਜੀ ਕਾਇਲਨ ਮਬਾਪੀ ਨੂੰ ਹੁਣ ਜੀ ਜਿਹੜਾ 골ਡਨ ਬੂਟ ਦਾ ਅਵਾਰਡ ਵਾਦਾ ਇਹ ਹਾਈਐਸਟ ਗੋਲ ਮਾਰਿਆ ਇਹਨਾਂ ਨੇ 8 ਗੋਲ ਮਾਰਿਆ ਠੀਕ ਹੈ ਜੀ ਕਿੰਨੇ ਗੋਲ ਮਾਰੇ ਸੀ ਇਹਨਾਂ ਨੇ ਕਾਇਲਨ ਮਬਾਪੀ ਨੇ 8 ਗੋਲ 11 ਮੈਸੀ ਦੇ ਕਿੰਨੇ ਗੋਲ ਨੇ 7 ਠੀਕ ਹੈ ਇਹਨਾਂ ਨੂੰ 골ਡਨ ਬਾਲ ਮਿਲਿਆ ਤੇ 골ਡਨ ਬੂਟ ਮਿਲਿਆ ਕਾਇਲਨ ਮਬਾਪੀ ਨੂੰ ਤਾਂ ਉਲਟਾ ਫਲਟਾ ਨਾ ਕਰਦੇ ਉਹਨਾਂ ਦੇ ਪੇਪਰ ਦੇ ਵਿੱਚ ਤੁਹਾਨੂੰ ਕਈ ਵਾਰ ਕਨਫਿਊਜ਼ ਕਰਨ ਲਈ ਇੱਧਰ ਉੱਧਰ ਇਹਨਾਂ ਜੋ ਮੇਰੇ ਅਕੋਰਡਿੰਗ ਇਹਨਾਂ ਦਾ FIFA ਵਰਲਡ ਕੱਪ ਚੋਂ ਇੱਕ ਕੁਐਸਚਨ ਪੱਕਾ ਪੇਪਰ ਦੇ ਵਿੱਚ ਆਉਣ ਦੀ ਪੂਰੀ ਪੂਰੀ ਸੰਭਾਵਨਾ ਸੋ ਇਹ ਤਿੰਨ ਫੈਕਟ ਚ ਤੇ ਨੈਕਸਟ ਤੁਹਾਨੂੰ ਇਹ ਕਿੱਥੇ ਹੋਇਆ ਵਾ FIFA ਵਰਲਡ ਕੱਪ ਕਿਹਨੇ ਇਹ ਜਿੱਤਿਆ ਵਾ ਠੀਕ ਹੈ ਜੀ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ ਸੋ ਆਪਾਂ ਤੁਹਾਨੂੰ ਕਰਵਾਤਾ ਹੋਇਆ ਠੀਕ ਆ 8 ਗੋਲ ਇਹਨਾਂ ਨੇ ਮਾਰਿਆ ਤੇ ਇੱਕ ਕਈ ਵਾਰ ਨਾ ਪੇਪਰ 'ਚ ਪੁੱਛ ਲੈਂਦਾ ਕਿ ਇਹ ਕਿੱਥੋਂ ਦੇ ਖਿਡਾਰੀ ਆ ਕਾਇਲਨ ਮੈਂਪੀ ਹੈਗੇ ਨੇ ਇਹ ਫਰਾਂਸ ਦੇ ਨੇ 8 ਗੋਲ ਲਿਓਨ ਮੈਸੀ ਹੈਗੇ ਅਰਜਨਟੀਨਾ ਦੇ 골ਡਨ ਬਾਲ ਅਰਜਨਟੀਨਾ ਦੇ ਇੱਕ ਨਾ ਗੋਲ ਕੀਪਰ ਦਾ ਅਵਾਰਡ ਦਿੱਤਾ ਗਿਆ ਇਹ ਵੀ ਕਈ ਵਾਰ ਨਾ 골ਡਨ ਗਲਵਸ ਦਾ ਅਵਾਰਡ ਵੀ ਪੁੱਛ ਲੈਂਦੇ ਨੇ ਹੋ ਠੀਕ ਆ ਤੋਂ ਐਮੈਲੀਅਨ ਮਾਰਟਿਨਸ ਨੂੰ ਇਹ ਮਿਲਿਆ ਵਾ ਸੋ ਪਹਿਲੇ 4 ਪੁਆਇੰ ਹੁਣ ਪੁੱਛ ਰਹੇ ਨੇ ਜੀ ਆਪਾਂ ਨੂੰ ਕਹਿੰਦੇ ਜੀ Android ਡਿਵਾਈਸਾਂ ਦੇ ਸਰਕਾਰ ਦੁਆਰਾ ਜਾਰੀ ਆਈ ਡੀਜ਼ ਦੀ ਸਟੋਰੇਜ ਲਿਆਉਣ ਲਈ ਦਿੱਤੀਆਂ ਤਕਨੀਕੀ ਦਿੱਗਜ ਕੰਪਨੀਆਂ ਵਿੱਚੋਂ ਕਿਸ ਨੇ ਡਿਜੀ ਲੋਕਰ ਦੀ ਸਾਂਝੇਦਾਰੀ ਦਾ ਐਲਾਨ ਕੀਤਾ ਕਿ ਮਤਲਬ ਕੀ ਦੇਣਾ ਸਾਂਝੇਦਾਰੀ ਹੋਈ ਹੈ ਡਿਜੀ ਲੋਕਰ ਦੀ ਠੀਕ ਹੈ ਸੋ ਗਵਰਨਮੈਂਟ ਵੱਲੋਂ ਅਥੋਰਾਈਜ਼ ਹੁੰਦਾ ਵਾ ਇਹ ਡਿਜੀ ਲੋਕਰ ਜਿਹਦੇ ਵਿੱਚ ਕੇ ਆਪਾਂ ਲੋਕਲ ਆਈ ਡੀਜ਼ ਰੱਖ ਸਕਦੇ ਹਾਂ Android ਡਿਵਾਈਸ ਦੇ ਵਿੱਚ Amazon Apple Google ਜਾਂ Microsoft ਸੋ 12ਵੇਂ ਦਾ ਬਿਲਕੁਲ ਸਹੀ ਆਨਸਰ ਬਣਦਾ Google ਨਾਲ ਸਾਂਝੇਦਾਰੀ ਕੀਤੀ ਹੈ ਡਿਜੀ ਲੋਕਰ ਨੇ ਹੁਣ ਜੀ ਆਹਲਾ ਕੁਐਸਚਨ ਦੇਖੋ ਜੀ ਇਹਨੂੰ ਤੁਸੀਂ ਬਹੁਤ ਹੀ ਮਤਲਬ ਕਿ ਚੰਗੀ ਤਰ੍ਹਾਂ ਨਾਲ ਇਹਨੂੰ ਕਰਨਾ ਵਾ ਤੁਹਾਨੂੰ ਆਪਾਂ ਸਾਰਾ ਪੂਰਾ ਡਿਟੇਲ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਹੁਣ ਸਾਹਿਤਕ ਅਕੈਡਮੀ ਅਵਾਰਡ ਮਿਲਿਆ ਹੋਇਆ ਵਾ ਜੀ ਐਲਾਨ ਹੋਏ ਨੇ 22 ਦਸੰਬਰ ਨੂੰ ਹੋਏ ਨੇ ਸ਼ਾਇਦ ਇਹ ਦੇ ਵੀ ਦਿੱਤੇ ਹੋਇਆ 30 ਦਸੰਬਰ 30 ਦਸੰਬਰ ਨੂੰ ਐਲਾਨ ਹੋਏ ਨੇ ਇਹਦਾ ਤੇ ਉਹ ਪੁੱਛ ਰਹੇ ਨੇ ਜੀ ਕਿ ਇਸ ਟਾਈਮ ਦੇ ਉੱਤੇ 올 ਦਾ ਲਿਪਸ ਵੀ ਨੇਵਰ ਲਿਵਟ ਇਹ ਕਿਹਦੇ ਨੂੰ ਚੁਣਿਆ ਗਿਆ ਵਾ ਇਹ ਨੋਵਲ ਜਿੱਤਿਆ ਵਾ ਇੰਗਲਿਸ਼ ਲੈਂਗੁਏਜ ਦੇ ਵਿੱਚ ਦੈਨ ਇਹਦੇ ਵਿੱਚ ਇਹਨਾਂ ਨੂੰ ਇਹੀ ਪੁੱਛ ਰਹੇ ਨੇ ਕਿ ਇਹ ਕਿਹਨੇ ਜਿੱਤਿਆ ਪੂਰੀ ਪੂਰੀ ਚਾਂਸ ਆ ਕਿ ਇਹਦੇ ਵਿੱਚ ਆਉਣ ਦੀ ਪੇਪਰ ਦੇ ਵਿੱਚ ਪੂਰੀ ਸੰਭਾਵਨਾ ਅਨੁਰਾਧਾ ਰాయ ਵਿਨਾ ਗੁਪਤਾ ਰਸ਼ਮੀ ਚੌਧਰੀ ਜਾਂ ਗੁਲਾਮ ਮੁਹੰਮਦ ਸ਼ੇਕ ਦੱਸੋ ਜੀ 13ਵੇਂ ਦਾ ਕਿਹੜਾ ਆਨਸਰ ਸਾਡਾ ਬਿਲਕੁਲ ਸਹੀ ਬਣੇਗਾ ਜੀ ਸੋ ਇਹਦਾ ਬਿਲਕੁਲ ਸਹੀ ਬਣੇਗਾ ਜੀ ਸਾਡਾ ਅਨੁਰਾਦਾ ਰੌਏ ਨੇ ਇਹ ਜਿੱਤਿਆ ਵਾਜੇ 올 ਦੀ ਲਾਈਵਸ ਵੀ ਨੇਵਰ ਲਿਵਡ ਠੀਕ ਆ ਜੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਠੀਕ ਆ ਇਹ ਵਾਲਾ ਪੇਪਰ ਆਉਣ ਦੀ ਪੂਰੀ ਪੂਰੀ ਆਪਣੀ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਸੰਭਾਵਨਾ ਹੈਗੀ ਆ ਜੀ ਅੱਗੇ ਚੱਲਦੇ ਹਾਂ ਜੀ ਆਪਾਂ ਤੇ ਨੈਕਸਟ ਆਪਣਾ ਆ ਗਿਆ ਜੀ ਇਹਦੇ ਇਹ ਤਾਂ ਸੀਗਾ ਠੀਕ ਆ ਜੀ ਅਨੁਰਾਦਾ ਰੌਏ ਹੁਣ ਆਪਣਾ ਨਾ ਇਹਦਾ ਸਾਹਿਤਿਅ ਅਕੈਡਮੀ ਅਵਾਰਡ ਦਾ ਆਪਾਂ ਤੁਹਾਨੂੰ ਦੱਸ ਦਈਏ ਇੱਕ ਵਾਰੀ ਹੁਣ ਜੀ ਇਹਦੇ ਵਿੱਚ ਨਾ ਪਹਿਲੇ ਜਿਹੜੇ ਸਾਹਿਤਿਅਕ ਅਕੈਡਮੀ ਅਵਾਰਡ ਪੰਜਾਬੀ ਭਾਸ਼ਾ ਦੇ ਵਿੱਚ ਕਿਹਨੂੰ ਮਿਲਿਆ ਜੀ ਫਸਟ ਆਪਣਾ ਆਏਗਾ ਜੀ ਭਾਈ ਵੀਰ ਸਿੰਘ ਜੀ ਮੇਰੇ ਸਾਈਆਂ ਜੀ ਉਹ ਲਈ ਇਹ ਜ਼ਰੂਰ ਤੁਸੀਂ ਕਰ ਲਿਓ ਪੇਪਰ ਦੇ ਵਿੱਚ ਬਾਰ ਬਾਰ ਪੰਜਾਬ ਪੀ ਜੀ ਕੇ ਦੇ ਵਿੱਚ ਪੁੱਛਿਆ ਜਾਂਦਾ ਹੁਣ ਆਪਣੇ ਜਿਹੜੇ ਫਸਟ ਊਮੈਨ ਪੁੱਛਿਆ ਜਾਵੇ ਤਾਂ ਇਹ ਹੈਗੇ ਨੇ ਅਮਰਤਾ ਪ੍ਰੀਤਮ ਜੀ ਨੂੰ ਸੁਨੇਹੇ ਲਈ ਸੁਨੇਹੜੇ ਜੀ ਨੂੰ ਵੀ ਕਹਿ ਦਿੰਨੇ ਆ ਅਮਰਤਾ ਪ੍ਰੀਤਮ ਜੀ ਨੂੰ ਸੁਨੇਹੜੇ ਲਈ ਮਿਲਿਆ ਵਾ ਠੀਕ ਆ ਇਹ ਤੁਹਾਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਯਾਦ ਹੋਣਾ ਚਾਹੀਦਾ 2021 ਦੇ ਵਿੱਚ ਖਾਲਿਦ ਹੁਸੈਨ ਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਮਿਲਿਆ ਸੀ ਠੀਕ ਆ ਹੁਣ 2022 ਦੇ ਵਿੱਚ ਸਾਹਿਤਿਆ ਅਕੈਡਮੀ ਅਵਾਰਡ ਦਾ ਜਿਹੜਾ 2022 ਦਾ ਵਾ ਉਹ ਕਿਹਨੂੰ ਮਿਲਿਆ ਸੁਖਜੀਤ ਨੂੰ ਮਿਲਿਆ ਕਿਹਨੂੰ ਜੀ ਆਪਣਾ 1 ਮਿੰਟ ਦੇਣਾ ਜੀ ਠੀਕ ਹੈ ਜੀ ਇਹ ਮਿਲਿਆ ਵਾ ਜੀ ਸੁਖਜੀਤ ਨੂੰ ਮਿਲਿਆ ਪੰਜਾਬੀ ਲੈਂਗੁਏਜ ਚ 2022 ਦੇ ਵਿੱਚ ਇਹਦੇ ਵਿੱਚ ਕਨਫਿਊਜ਼ ਨਾ ਹੋਇਆ ਮੈਂ ਪੇਪਰ ਆਪਣਾ ਐਮਸੀਕਿਊ ਦੇ ਵਿੱਚ ਵੀ ਕਰਵਾਇਆ ਸੀ ਥੈਨ ਚਲੋ ਤੁਸੀਂ ਨਹੀਂ ਕੀਤਾ ਹੋਇਆ ਸੀ ਠੀਕ ਆ ਹੁਣ ਤੁਸੀਂ ਯਾਦ ਕਰ ਲਓ ਇਹਨੂੰ ਕੋਈ ਗੱਲ ਨਹੀਂ ਇੱਥੇ ਗਲਤੀ ਕਰ ਲਓ ਜਿਹੜੀ ਕਰਨੀ ਆ ਬਟ ਅੱਗੇ ਨਹੀਂ ਕਰਦੇਗੀ ਠੀਕ ਆ ਸੋ ਇਹ ਸੀਗਾ ਜੀ ਆਪਣਾ ਹੁਣ ਇਹਦੀ 2022 ਦੇ ਜਿਹੜੇ ਆਪਣੇ ਕਿਤਾਬ ਆਪਾਂ ਤੁਹਾਡੇ ਇੰਪੋਰਟੈਂਟ ਆਪਾਂ ਤੁਹਾਨੂੰ ਲਈ ਲੈ ਕੇ ਆਏ ਆ ਇਹਨੂੰ ਜਰੂਰ ਚਾਹੇ ਦਾ ਸਕਰੀਨਸ਼ਾਟ ਲੈ ਲਓ ਤੁਸੀਂ 1953 ਦੇ ਵਿੱਚ ਸਾਹਿਤ ਅਕੈडमी ਅਵਾਰਡ ਦੀ ਸਥਾਪਨਾ ਹੋਈ ਸੀ 1955 ਚ ਪਹਿਲੀ ਵਾਰ ਦਿੱਤਾ ਗਿਆ ਸੀ ਠੀਕ ਆ 2022 ਦੇ ਵਿੱਚ ਜਿਹੜੇ ਅਵਾਰਡ ਅਨਾਉਂਸ ਹੋਏ ਨੇ ਉਹਦੇ 23 ਲੈਂਗੁਏਜ ਦੇ ਵਿੱਚ ਹੋਏ ਨੇ ਜਿਸ ਵਿੱਚ ਪੋਇਟਰੀ ਕਲੈਕਸ਼ਨ ਸੱਤ ਪੋਇਟਰੀ ਕਲੈਕਸ਼ਨ 6 ਨੋਵਲਾਂ ਨੂੰ ਮਿਲਿਆ ਟੂ ਸਟੋਰੀਜ਼ ਕਲੈਕਸ਼ਨ ਨੂੰ ਟੂ ਲਿਟਰੇਸੀ ਕ੍ਰਿਟਿਸਿਜ਼ਮ ਨੂੰ ਐਂਡ ਨੈਕਸਟ ਆਪਣਾ ਆ ਗਿਆ 3 ਪਲੇਸ ਨੂੰ ਤੇ 1 ਆਟੋ ਬਾਇਓਗ੍ਰਾਫੀ ਨੂੰ ਵੀ ਮਿਲਿਆ ਔਰ ਇੰਗਲਿਸ਼ ਦੇ ਵਿੱਚ ਜਿਹੜਾ ਆਪਾਂ ਹੁਣ اے ਐਮਸੀਕਿਊ ਸੀ ਅਨੁਰਾਧਾ ਰੌਏ ਨੂੰ ਮਿਲਿਆ 올 ਦਾ ਲਾਈਫਸ ਬੀ ਨੇਵਰ ਲਿਵਡ ਇਹ ਨੋਵਲ ਸੀ ਹਿੰਦੀ ਦੇ ਵਿੱਚ ਕਿਹਨੂੰ ਮਿਲਿਆ ਬਤਰੀ ਨਰਾਇਣ ਨੂੰ ਸਾਰੇ ਯਾਦ ਹੋਣੇ ਚਾਹੀਦੇ ਨੇ ਜਿਹੜੇ ਮੈਂ ਤੁਹਾਨੂੰ ਕਰਵਾ ਰਿਹਾ ਵੈਸੇ ਦਾ ਇਹ 23 ਵਾਰਡ ਦਿੱਤਾ ਤੇ ਦਿੱਤੇ ਗਏ ਨੇ ਠੀਕ ਆ ਬਟ ਇਹਦੇ ਵਿੱਚ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਿ ਇਹ ਬਾ ਇਹ ਤੁਮੜੀ ਕੇ ਸ਼ਬਦ ਪੋਇਟਰੀ ਲਈ ਮਿਲਿਆ ਹੋ ਗਿਆ ਵਾ ਇਹਨਾਂ ਨੂੰ ਪੰਜਾਬੀ ਦੇ ਵਿੱਚ ਆਪਾਂ ਤੁਹਾਨੂੰ ਕਹਿ ਰਾਤਾ ਹੋਇਆ ਕਿ ਸੁਖਜੀਤ ਨੂੰ ਸ਼ਾਰਟ ਸਟੋਰੀਜ਼ ਬੁੱਕ ਲਿਖਦਿਨੇ ਹੈ ਲਿਖੀ ਸੀ ਇਹਨਾਂ ਨੇ ਮੈਂ ਆਇਨ ਗੋਸ਼ ਨਹੀਂ ਬਹੁਤ ਇੰਪੋਰਟੈਂਟ ਬਣਦੇ ਨੇ ਜੀ ਇਹ ਉਰਦੂ ਦੇ ਵਿੱਚ ਅਨੀਸ਼ ਅਸ਼ਫਕ ਨੂੰ ਖਵਾਬ ਸਰਾਬ ਲਈ ਮਿਲਿਆ ਤਾਮਿਲ ਦੇ ਵਿੱਚ ਐਮਰ ਰਜੇਂਦਰਨ ਨੂੰ ਮਿਲਿਆ ਕਾਲਾ ਪਾਣੀ ਨੋਬਲ ਦੇ ਲਈ ਸੋ ਇਹ ਤੁ ਆਪਣਾ ਹੋਮਵਰਕ ਦਾ ਕੁਐਸਚਨ ਆਪਾਂ ਤੁਹਾਨੂੰ ਟੈਲੀਗ੍ਰਾਮ ਤੇ ਵੀ ਕਰਵਾਇਆ ਕਿ ਇਹਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਦੀ ਇੱਕ ਨਾ ਟ੍ਰਾਂਸਲੇਸ਼ਨ ਦੇ ਵਿੱਚ ਦਿੱਤਾ ਜਾਂਦਾ ਵਾ ਇੱਕ ਅਵਾਰਡ ਠੀਕ ਆ ਸਾਹਿਤ ਅਕੈਡਮੀ ਅਵਾਰਡ ਦਾ ਉਹ ਤੁਸੀਂ ਦੱਸਣਾ ਪੰਜਾਬੀ ਲੈਂਗੁਏਜ ਦੇ ਵਿੱਚ ਕਿਹਨੂੰ ਮਿਲਿਆ ਤਾਂ ਕਿਹੜੇ ਕਿਹੜੀ ਬੁੱਕ ਲਈ ਜਾਂ ਕਿ ਕਿਹਦੇ ਲਈ ਇਹ ਮਿਲਿਆ ਵਾ ਠੀਕ ਆ ਇਹ ਤੁਹਾਨੂੰ ਆਪਾਂ ਟੈਲੀਗ੍ਰਾਮ ਦੇ ਉੱਤੇ ਕਰਵਾਇਆ ਵਾ ਅੱਜ ਹੀ ਕਰਵਾਇਆ ਪੰਜਾਬੀ ਲੈਂਗੁਏਜ ਦੇ ਵਿੱਚ ਟ੍ਰਾਂਸਲੇਸ਼ਨ ਵਰਕ ਲਈ ਠੀਕ ਆ ਉਹ ਅਲੱਗ ਆ ਇਹਦੇ ਨਾਲ ਇਹਨੂੰ ਵਿੱਚ ਮਤਲਬ ਕਿ ਕਨਫਿਊਜ਼ ਨਾ ਕਰਿਓ ਨੈਕਸਟ ਚੱਲਦੇ ਆਂ ਜੀ ਆਪਾਂ ਹਾਂਜੀ ਆਸਟ੍ਰੇਲੀਆ ক্রিকেট ਬੋਰਡ ਨੇ ਮਹਾਨ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ ਕਿਹੜੇ ਮਹਾਨ ਖਿਡਾਰੀ ਨੂੰ ਸਨਮਾਨਿਤ ਕੀਤਾ ਜਿਹੜੋਂ ਕਿ ਟੈਸਟ ਪਲੇਅਰ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਡੇਮियन ਮਾਰਟਿਨ ਰਿੱਕੀ ਪੌਂਟਿੰਗ ਸ਼ੇਨ ਵਾਰਨ ਜਾਂ ਬ੍ਰੇਟਲੀ ਸੋ 14ਵਾਂ ਦਾ ਸਹੀ ਆਨਸਰ ਸੀ ਬਣਦਾ ਜੀ ਸ਼ੇਨ ਵਾਰਨ ਤੋਂ ਤੁਸੀਂ ਸਾਰੇ ਜਾਣਦੇ ਹੋ ਠੀਕ ਆ ਬਹੁਤ ਵਧੀਆ ਲੈਗ ਸਪਿਨਰ ਸੀਗੇ ਇਹ ਤੇ ਆਸਟ੍ਰੇਲੀਆ ਦੇ ਇਹਨਾਂ ਨੂੰ ਇਹਨਾਂ ਦਾ ਹੁਣੇ ਰੀਸੈਂਟਲੀ ਇਹਨਾਂ ਦੀ ਡੈਥ ਹੋ ਗਈ ਸੀ ਹਾਰਟ ਅਟੈਕ ਨਾਲ ਹੋਈ ਸੀ ਸ਼ਾਇਦ ਠੀਕ ਆ ਪਿਛਲੇ ਸਾਲ ਦਾ ਸ਼ਾਇਦ ਥਿਸ ਈਅਰ ਦਾ MCQ ਆ ਇਹ ਦੈਨ ਏ ਸੀਗਾ ਜੀ ਆਪਣਾ ਠੀਕ ਆ ਕੁ ਆ ਵੀ ਕੁਐਸਚਨ ਬਹੁਤ ਇੰਪੋਰਟੈਂਟ ਰਹੂਗਾ ਜੀ ਬੀਸੀਸੀਆਈ ਦੇ ਨਵੇਂ ਪ੍ਰੈਜ਼ੀਡੈਂਟ ਦੱਸੋ ਜੀ ਕਿਹੜੇ ਬਣੇ ਨੇ ਜੇਸ਼ਾ ਸੌਰਵ ਗਾਂਗੂਲੀ ਰੋਜ਼ਰ ਬਿਨਿਜਰ ਰਾਹੁਲ ਰਾਵਿਡ ਇਹ ਵੀ ਪੂਰਾ ਪੂਰਾ ਚਾਂਸ ਆ ਕਿ ਪੇਪਰ ਦੇ ਵਿੱਚ ਆਉਂਦੀ ਸੋ ਇਹਦੇ ਰਹਿ ਗਿਆ ਜੀ ਰੋਜ਼ਰ ਬਿਨੀਆਂ ਜਿਹੜੇ ਆਪਣੇ ਬੀਸੀਸੀਆਈ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਹੁਣ ਆਪਾਂ ਥੋੜੇ ਪਿੱਛੇ ਚੱਲ ਪਏ ਹੋਏ ਹਾਂ ਕਿਉਂਕਿ ਦਸੰਬਰ ਤੱਕ ਦੇ ਆਪਣੇ ਕਰੰਟ ਅਫੇਅਰ ਜਿਹੜੇ ਇੰਪੋਰਟੈਂਟ ਲੈ ਕੇ ਆਏ ਸੀ ਆਪਾਂ ਤੁਹਾਡੇ ਇਹਦੇ ਵਿੱਚ ਖਤਮ ਹੋ ਗਏ ਹੋਏ ਸੌਰਵ ਗਾਂਗੂਲੀ ਨੇ ਰਿਪਲੇਸ ਕੀਤਾ ਸੈਕਟਰੀ ਕੌਣ ਨੇ ਜੀ ਜੇਸ਼ਾ ਹਰ ਦੀ ਕਿਹੜੀ ਸਿਟੀ ਨੂੰ ਵਰਲਡ ਗ੍ਰੀਨ ਸਿਟੀ ਅਵਾਰਡ 2022 ਮਿਲਿਆ ਜੀ 16ਵੇਂ ਦਾ ਆਨਸਰ ਤੁਸੀਂ ਦੱਸਣਾ ਮਾ ਜੀ ਕਿਹੜਾ ਬਣਦਾ ਹਰਿਆਣਾ ਪੈਰਿਸ ਹైదరాబాద్ ਜਾਂ ਪੰਜਾਬ ਤਾਂ ਵਰਲਡ ਗ੍ਰੀਨ ਸਿਟੀ 2022 ਦਾ ਅਵਾਰਡ ਹైదరాబాద్ ਨੂੰ ਮਿਲਿਆ ਵਾ ਜੀ ਨੈਕਸਟ ਚੱਲਦੇ ਆ ਜੀ 17 ਨੰਬਰ ਕੁਐਸਚਨ ਤੇ ਠੀਕ ਆ ਹੁਣ ਜੀ ਆਹ ਕੁਐਸਚਨ ਬਹੁਤ ਇੰਪੋਰਟੈਂਟ ਆ ਪੀਪੀਐਸਸੀ ਦੇ ਇੱਕ ਰੀਸੈਂਟਲੀ ਪੇਪਰ ਹੋਇਆ ਵਾ ਉਹਦੇ ਵਿੱਚ ਇਹ ਕੁਐਸਚਨ ਉਹਨਾਂ ਨੇ ਪੁੱਛੇ ਆ ਵਾ ਏਸ਼ੀਆ ਦਾ ਸਭ ਤੋਂ ਵੱਡੇ ਮਤਲਬ ਏਸ਼ੀਆਸ ਲਾਰਜੈਸਟ ਕੰਪਰੈਸਡ ਬਾਇਓਗੈਸ ਸੀਬੀਜੀ ਪਲਾਂਟ ਇਨਾਗੂਰੇਟ ਕੀਤਾ ਵਾ ਕਿਹੜੀ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਗੋਆ ਦੇ ਵਿੱਚ ਮਨੀਪੁਰ ਦੇ ਵਿੱਚ ਜਾਂ ਹਰਿਆਣਾ ਪੀਪੀਐਸਸੀ ਲਗਭਗ 1.5 2 ਮਹੀਨੇ ਪਹਿਲਾਂ ਇਹ ਕੁਐਸਚਨ ਪੁੱਛ ਚੁੱਕੀ ਆ ਇੰਪੋਰਟੈਂਟ ਕੁਐਸਚਨ ਬਣਦਾ ਪੀਟਰ ਪਲਸ ਵੀ ਦੇ ਵਿੱਚ ਵੀ ਇਹ ਚੀਜ਼ ਪੁੱਛੀ ਜਾ ਸਕਦੀ ਆ ਠੀਕ ਆ ਸੋ ਇਹ ਆਪਣਾ ਬਣ ਰਿਹਾ ਜੀ ਸਾਡਾ ਏ ਆਨਸਰ ਪੰਜਾਬ ਦੇ ਵਿੱਚ ਕੀਤਾ ਗਿਆ ਠੀਕ ਆ ਸੰਗਰੂਰ ਡਿਸਟ੍ਰਿਕਟ ਦੇ ਸੰਗਰੂਰ ਡਿਸਟ੍ਰਿਕਟ ਦੇ ਪੁਟਾਲ ਕਲਾਂ ਪਿੰਡ ਦੇ ਵਿੱਚ ਕਿਤਾ ਜੀ ਸੰਗਰੂਰ ਡਿਸਟ੍ਰਿਕਟ ਦੇ ਪੁਟਾਲ ਕਲਾ ਪਿੰਡ ਦੇ ਵਿੱਚ ਦੇਖੋ ਜੀ ਇਹ ਜਿਹੜੀ ਐਕਸਟਰਾ ਇਨਫੋਰਮੇਸ਼ਨ ਆਪਾਂ ਤੁਹਾਨੂੰ ਐਡ ਕਰਦੇ ਹੁੰਨਾ ਨਾ ਇਹ ਇੰਪੋਰਟੈਂਟ ਹੁੰਦੀ ਆ ਹੁਣ ਦੇਖੋ ਪੀਪੀਐਸਸੀ ਨੇ ਕੁਐਸਚਨ ਕੀ ਪੁੱਛਿਆ ਸੀ ਪੀਪੀਐਸਸੀ ਨੇ ਨਾ ਪੰਜਾਬ ਪੁੱਛਿਆ ਨਾ ਸੰਗਰੂਰ ਪੁੱਛਿਆ ਕੁਝ ਨਹੀਂ ਪੁੱਛਿਆ ਉਹਨਾਂ ਨੇ ਸਿੱਧਾ ਚਾ ਕੇ ਪਿੰਡ ਪੁੱਛ ਲਿਆ ਸੀ ਕਿ ਕਿਹੜੇ ਪਿੰਡ ਦੇ ਵਿੱਚ ਇਨਾਗੂਰੇਟ ਕੀਤਾ ਗਿਆ ਦੇਖੋ ਜੇ ਆਪਾਂ ਡਿਟੇਲ ਦੇ ਵਿੱਚ ਕੋਈ ਚੀਜ਼ ਕਰਦੇ ਹੁੰਦੇ ਆ ਨਾ ਉਹਦਾ ਇੱਕ ਰੀਜ਼ਨ ਹੁੰਦਾ ਵਾ ਕਿਉਂਕਿ ਪੇਪਰ ਦੇ ਵਿੱਚ ਅੱਜ ਕੱਲ ਇਸ ਤਰ੍ਹਾਂ ਦੇ ਸਿੱਧੇ ਸਿੱਧੇ ਕੁਐਸਚਨ ਵੀ ਪੁੱਛੇ ਜਾਂਦੇ ਨੇ ਬਟ ਥੋੜਾ ਜਾਂ ਕੁਝ ਕੁਐਸਚਨ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਥੋੜਾ ਜਾਂ ਡੀਪ ਪੁੱਛੇ ਜਾਂਦੇ ਨੇ ਕਿ ਹਾਂਜੀ ਕੀ ਤੁਸੀਂ ਉਹ ਚੀਜ਼ ਨੂੰ ਉਸ ਨੂੰ ਥੋੜਾ ਡਿਟੇਲ ਦੇ ਵਿੱਚ ਪੜਿਆ ਵਾ ਕਿ ਨਹੀਂ ਪੜਿਆ ਵਾ ਸੋ ਇਹ ਚੀਜ਼ ਜ਼ਰੂਰ ਕਰ ਲੈਣਾ ਕਰੋ ਜਿਹੜੀ ਐਕਸਪਲੇਨੇਸ਼ਨ ਵੀ ਐਡ ਕੀਤੀ ਹੁੰਦੀ ਆ ਉਹ ਵੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਆ ਤੁਹਾਨੂੰ ਆਪਾਂ ਐਡ ਕੀਤੀ ਹੋਈ ਆ ਹਾਂਜੀ ਭਾਰਤੀ ਰਾਸ਼ਟਰੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਵੇਂ ਪ੍ਰੈਜ਼ੀਡੈਂਟ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਠੀਕ ਹੈ ਜੀ ਮਲਿਕ ਕਾਰਜਨ ਖੜਗੇ ਨੂੰ ਸ਼ਸ਼ੀ ਧਰੂਰ ਨੂੰ ਸੋਨੀਆ ਗਾਂਧੀ ਨੂੰ ਜਾਂ ਡਾਕਟਰ ਰਾਹੁਲ ਗਾਂਧੀ ਇਹਦਾ ਆਨਸਰ ਜੀ ਸਾਡਾ ਬਿਲਕੁਲ ਸਹੀ ਬਣਦਾ ਜੀ ਮਲਿਕ ਕਾਰਜਨ ਖੜਗੇ ਨੂੰ ਇਹ ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਨਵੇਂ ਪ੍ਰੈਜ਼ੀਡੈਂਟ ਨਿਯੁਕਤ ਕੀਤੇ ਗਏ ਨੇ ਠੀਕ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਆਪਣਾ ਬਣਦਾ ਵਾ ਜੀ ਹੁਣ ਚੱਲਦੇ ਹਾਂ ਹੁਣ ਆਪਾਂ ਥੋੜਾ ਤੇਜ਼ੀ ਨਾਲ ਕਰਦੇ ਹਾਂ ਕਿਉਂਕਿ ਆਪਣਾ ਟਾਈਮ ਜਿਆਦਾ ਵੇਸਟ ਹੋ ਰਿਹਾ ਵਾ ਠੀਕ ਹੈ ਸੋ ਹੁਣ ਆਪਾਂ ਜਿਆਦਾ ਐਕਸਪਲੇਨੇਸ਼ਨ ਨਹੀਂ ਕਰਾਂਗੇ ਜਿਹੜੀ ਇੰਪੋਰਟੈਂਟ ਹੋਊਗੀ ਉਹੀ ਕਰਾਂਗੇ ਨੈਨਸਨ ਰੈਫਿਊਜੀ ਅਵਾਰਡ 2022 ਕਿਹਨੂੰ ਦਿੱਤਾ ਗਿਆ ਜੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਜੋ ਬਿਡਨ ਨੂੰ ਇੰਜਲਾ ਮਾਰਕਲ ਨੂੰ ਜਾਂ ਸੋਨੂੰ ਸੂਤ ਨੂੰ 19ਵੇਂ ਦਾ ਸਾਡਾ ਬਿਲਕੁਲ ਸਹੀ ਸਹੀ ਆਨਸਰ ਬਣਦਾ ਪਿਆ ਜੀ ਇੰਜਲਾ ਮਾਰਕਲ ਨੂੰ ਮਿਲ ਰਿਹਾ ਨੈਨਸਨ ਰੈਫਿਊਜੀ ਅਵਾਰਡ 2022 ਹੌਣ ਅਗੇ ਜੀ 20 ਮੈਂਬਰ ਕੁਐਸਚਨ ਤੇ ਐਫ ਆਈ ਐਚ ਠੀਕ ਹੈ ਜੀ ਮੈਂਸ ਗੋਲ ਕੀਪਰ ਆਫ ਦਾ ਈਅਰ ਦਾ ਅਵਾਰਡ ਕਿਹਨੂੰ ਮਿਲਿਆ ਸੁਨੀਲ ਛੇਤਰੀ ਸੰਦੀਪ ਸਿੰਘ ਸੋਨਿਤ ਸ਼ਰਮਾ ਜਾਂ ਪੀ ਆਰ ਸਰਜੇਸ਼ ਨੂੰ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ ਸਪੋਰਟਸ ਦਾ ਕੁਐਸਚਨ ਆ ਜੀ ਇਹ ਪੀ ਆਰ ਸਰਜੇਸ਼ ਨੂੰ ਗੋਲ ਕੀਪਰ ਆਫ ਦੀ ਈਅਰ ਦਾ ਅਵਾਰਡ ਮਿਲਿਆ ਜੇਕਰ ਆਵੇਗੇ ਕਿ ਊਮਨਸ ਗੋਲ ਕੀਪਰ ਆਫ ਦਾ ਈਅਰ ਕੌਣ ਬਣੇ ਨੇ ਇਹ ਨੇ ਜੀ ਆਪਣੇ ਸविता ਪੂਨੀਆ ਇਹ ਵੀ ਜ਼ਰੂਰ ਨੋਟ ਕਰ ਲਿਓ ਇਹ ਦੋਨੇ ਹੀ ਨਾਮ ਇੰਪੋਰਟੈਂਟ ਬਣਦੇ ਨੇ ਜੀ 21 ਨੰਬਰ ਕੁਐਸਚਨ ਦੇ ਉੱਤੇ ਆ ਗਿਆ ਹੁਣ ਐਫ ਆਈ ਐਚ ਪਲੇਅਰ ਆਫ ਦਾ 2021 ਬਾਈ ਕਿਨੂ ਮਿਲਿਆ ਮੈਨਸ ਦਾ ਮਿਲਿਆ ਜੀ ਹਰਮਨ ਪ੍ਰੀਤ ਸਿੰਘ ਇੰਡੀਆ ਨੂੰ ਠੀਕ ਹੈ ਜੀ ਫਲਾਈਸ ਐਲਬਰ ਊਮਨ ਦਾ ਮਿਲਿਆ ਨੀਦਰਲੈਂਡ ਦੀ ਨੈਕਸਟ ਚੱਲਦੇ ਆ ਜੀ ਹੁਣ ਆਪਾਂ 21 ਨੰਬਰ ਕੁਐਸਚਨ 21 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਰੈਂਕਿੰਗ ਚੋ ਕੁਐਸਚਨ ਆ ਰਿਹਾ ਜੀ ਰਿਡਿਊਸਿੰਗ ਇਨ ਇਕੁਐਲਿਟੀ ਇੰਡੈਕਸ 2022 ਦੇ ਵਿੱਚ ਇੰਡੀਆ ਦਾ ਰੈਂਕ ਦੱਸੋ ਜੀ ਕਿਹਾ ਜੀ 1920 1925 1928 ਜਾਂ 1930 21ਵੇਂ ਦਾ ਬਿਲਕੁਲ ਸਹੀ ਆਨਸਰ ਸਾਡਾ ਬਣ ਰਿਹਾ ਜੀ 123 ਨੰਬਰ ਰੈਂਕ ਆ ਇੰਡੈਕਸ ਦੇ ਵਿੱਚੋਂ ਕਈ ਵਾਰ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਇੱਕ ਅਦਾ ਕੁਐਸਚਨ ਤਾਂ ਹੁੰਦਾ ਹੀ ਹੁੰਦਾ ਹਾਂ ਹਾਂ ਜੀ 36 ਨੈਸ਼ਨਲ ਗੇਮਸ ਹੋਈਆਂ ਨੇ ਸਾਰਿਆਂ ਨੂੰ ਪਤਾ ਆਪਾਂ ਤੁਹਾਨੂੰ ਬਹੁਤ ਵਾਰੀ ਕਰਵਾਈ ਹੋਈ ਆ ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਸਭ ਤੋਂ ਵੱਧ ਮੈਡਲ ਮੈਡਲ ਟੈਲੀ ਦੀ ਉਹਨਾਂ ਨੇ ਮੈਡਲ ਟੈਲੀ ਪੁੱਛਿਆ ਨੇ ਮਤਲਬ ਉਹਨਾਂ ਨੇ ਐ ਨਹੀਂ ਕਿਹਾ ਵੀ ਕਿਹੜੀ ਮਤਲਬ ਨੰਬਰ 1 ਦੇ ਉੱਤੇ ਰੈਂਕ ਰਿਹਾ ਵਾ ਠੀਕ ਆ ਸੋ ਪੰਜਾਬ ਮਹਾਰਾਸ਼ਟਰ ਗੋਆ ਜਾਂ ਹਰਿਆਣਾ ਤਾਂ 36ਵੀਂ ਜਿਹੜੀ ਨੈਸ਼ਨਲ ਗੇਮਸ ਹੋਈਆਂ ਇਦੇ ਵਿੱਚ ਮਹਾਰਾਸ਼ਟਰ ਜਿਹੜਾ ਬੀ ਆਂਸਰ ਸਾਡਾ ਸਹੀ ਬੰਦਾ ਮਹਾਰਾਸ਼ਟਰ ਨੇ ਸਭ ਤੋਂ ਵੱਧ ਮੈਡਲ ਜਿੱਤੇ ਨੇ ਠੀਕ ਹੈ ਕਿੰਨੇ ਮੈਡਲ ਜਿੱਤੇ ਨੇ ਜੀ ਹੁਣ ਮੇਨ ਜੇਕਰ ਤੁਹਾਨੂੰ ਇਹਦੇ ਵਿੱਚ ਪੁੱਛਿਆ ਜਾਵੇ ਕਿ ਹਾਂਜੀ ਇਹਦੇ ਵਿੱਚ ਇੱਕ ਨੰਬਰ ਦੇ ਉੱਤੇ ਕੌਣ ਰਿਹਾ ਵੈਸੇ ਆਪਣਾ ਇੱਕ ਨੰਬਰ ਦੇ ਉੱਤੇ ਸਰਵਿਸਿਸ ਰਹੀ ਆ ਠੀਕ ਹੈ ਜੀ ਸਰਵਿਸਿਸ ਇੱਕ ਨੰਬਰ ਦੇ ਉੱਤੇ ਰਹੀ ਆ ਕਿਉਂਕਿ ਕਾਰਨ ਕੀ ਆ ਸਰਵਿਸਿਸ ਨੇ ਸਭ ਤੋਂ ਵੱਧ 골ਡ ਜਿੱਤੇ ਆ ਸਟਾਟ 골ਡ ਇਨਾਂ ਨੇ ਜਿੱਤੇ ਸਰਵਿਸਿਸ ਨੇ ਬਟ ਇਨਾਂ ਨੇ ਮੈਡਲ 128 ਜਿੱਤੇ ਬਟ 골ਡ ਕਾਊਂਟ ਹੁੰਦੇ ਹੁੰਦੇ ਨੇ ਚਾਹੇ ਤੁਸੀਂ 올림픽 ਵੀ ਦੇਖਦੇ ਹੋ ਕੋਈ ਵੀ ਤੁਸੀਂ ਦੇਖਦੇ ਹੋ ਨਾ ਦਨ ਇੱਕ ਨੰਬਰ ਤੇ ਵੈਸੇ ਸਰਵਿਸਿਸ ਰਹੀਆ ਬਟ ਇੱਥੇ ਇਹਨਾਂ ਨੇ ਕੀ ਪੁੱਛਿਆ ਸੀ ਸਭ ਤੋਂ ਵੱਧ ਮੈਡਲ ਪੁੱਛਿਆ ਸੀ ਜੇਕਰ ਸਭ ਤੋਂ ਵੱਧ ਮੈਡਲ ਪੁੱਛ ਲਿਆ ਤਾਂ ਮੈਡਲ ਦੇ ਵਿੱਚ ਤੁਹਾਡਾ ਮਹਾਰਾਸ਼ਟਰ ਆਊਗਾ ਮਹਾਰਾਸ਼ਟਰ ਨੇ ਕਿੰਨੇ ਮੈਡਲ ਜਿੱਤੇ ਆ ਜੀ ਟੋਟਲ ਮਹਾਰਾਸ਼ਟਰ ਨੇ 140 ਮੈਡਲ ਦਿੱਤੇ ਆ ਠੀਕ ਆ ਬਟ ਇਹ 골ਡ ਸਿਰਫ 39 ਹੀ ਜਿੱਤ ਸਕੇ ਸੀ ਠੀਕ ਆ ਹਰਿਆਣਾ ਇਹਦੇ ਵਿੱਚ ਨੰਬਰ 3 ਦੇ ਉੱਤੇ ਰਿਹਾ ਹਰਿਆਣੇ ਨੇ ਕਿੰਨੇ ਮ ਹੁਣ ਕਈ ਵਾਰ ਨਾ ਪੰਜਾਬ ਦਾ ਜੇਕਰ ਉਹ ਪੁੱਛ ਲਣ ਕਿ ਹਾਂਜੀ ਪੰਜਾਬ ਨੇ ਕਿੰਨੇ ਮੈਡਲ ਜਿੱਤੇ ਆ ਤੇ ਕਿੰਨੇ 골ਡ ਜਿੱਤੇ ਆ ਪੰਜਾਬ ਪਹਿਲੀ ਗੱਲ ਤਾਂ ਜੀ 10ਵੇਂ ਨੰਬਰ ਤੇ ਰਹੀ ਸੀ ਇਹਦੀ ਮੈਡਲ ਟੈਲੀ ਦੇ ਵਿੱਚ ਜਿੰਨੀਆਂ ਵੀ ਟੀਮਾਂ ਨੇ ਭਾਗ ਲਿਆ ਸੀ ਦੈਨ ਪੰਜਾਬ ਨੇ ਜੀ 76 ਟੋਟਲ ਮੈਡਲ ਜਿੱਤੇ ਆ ਤੇ ਉਨੇ ਹੀ 골ਡ ਜਿੱਤੇ ਆ ਪੰਜਾਬ ਨੇ ਤਾਂ ਇਹ ਆਪਣਾ ਸਾਰਾ ਦਾ ਸਾਰਾ ਹੋ ਸੀ ਹੋਸਟ ਜ਼ਰੂਰ ਯਾਦ ਰੱਖਿਓ ਠੀਕ ਹੈ ਹੋਸਟ ਇਹਦਾ ਗੁਜਰਾਤ ਸੀ ਠੀਕ ਹੈ ਗੁਜਰਾਤ ਨੇ ਹੋਸਟ ਕੀਤੀ ਸੀ ਤਾਂ ਇਹ ਸਾਰਾ ਆਪਣਾ ਸੀਗਾ ਸੋ ਇਹ ਐਕਸਪਲੇਨ ਕਰਨਾ ਜ਼ਰੂਰੀ ਸੀਗਾ ਵੈਸੇ ਤੁਹਾਨੂੰ ਦੋ ਤਿੰਨ ਵਾਰੀ ਮੇਰਾ ਕਰਵਾਇਆ ਵੀ ਹੋ ਸੋ ਇਹ ਚੀਜ਼ ਤੁਸੀਂ ਨਹੀਂ ਭੁੱਲੋਗੇ ਦਨ ਐਸੀ ਠੀਕ ਆ ਆ ਦੇਖੋ ਜੀ ਸਰਵਿਸ ਜਿਹੜੀ ਆ ਨਾ ਇਹ ਆਪਣੇ ਸਰਵਿਸਸ ਨੇ ਇਹਨਾਂ ਨੇ ਟੌਪ ਕੀਤਾ 46 골ਡ ਮੈਡਲ ਦੇ ਨਾਲ ਤੇ ਦਨ ਇਹਦੇ ਵਿੱਚ ਇਹਨਾਂ ਨੇ ਰੀਟੇਨ ਕੀਤਾ ਰਾਜਾ ਬਲਿੰਦਰ ਸਿੰਘ ਟਰੋਫੀ ਮਿਲਦੀ ਹੁੰਦੀ ਹੈ ਜਿਹੜੀ ਟੀਮ ਇੱਕ ਨੰਬਰ ਦੇ ਉੱਤੇ ਰਹਿੰਦੀ ਹੁੰਦੀ ਆ ਠੀਕ ਆ ਇਹ ਸੀਗਾ ਬੈਸਟ ਮੇਲ ਐਥਲੀਟ ਸਾਧਨ ਪ੍ਰਕਾਸ਼ ਨੂੰ ਮਿਲਿਆ ਕੇਰਲਾ ਦੇ ਨੇ ਪੰਜ 골ਡ ਦੋ ਸਿਲਵਰ ਤੇ ਇੱਕ ਬ੍ਰੌਂਜ਼ ਜਿੱਤੇ ਆ ਬੈਸਟ ਫੀਮੇਲ ਐਥਲੀਟ ਕੌਣ ਰਏ ਨੇ ਜੀ ਬੈਸਟ ਫੀਮੇਲ ਐਥਲੀਟ ਰਏ ਨੇ ਜੀ ਹਾਸ਼ੀਕਾਤ रामचंद्रन कर्नाटक 6 गोल्ड एंड 1 ब्रोंज सो ਇਹਦੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਆਪਾਂ ਤੁਹਾਨੂੰ ਇੱਕ ਵਾਰੀ ਕਰ ਦਿੰਦੇ ਹਾਂ ਠੀਕ ਹੈ ਸਕਰੀਨ ਸ਼ਾਟ ਲੈ ਲਓ ਇਹਨੂੰ ਨੋਟ ਕਰ ਲਓ ਇੱਕ ਜਗ੍ਹਾ ਦੇ ਉੱਤੇ ਕਿਉਂਕਿ ਇੰਪੋਰਟੈਂਟ ਕੁਐਸਚਨ ਬਣਦੇ ਨੇ ਕਿਉਂਕਿ ਇਹ ਵੀ ਇੰਪੋਰਟੈਂਟ ਅਵਾਰਡ ਦੇ ਵਿੱਚ ਹੀ ਹੁੰਦੇ ਨੇ 2022 ਦਾ ਜੀ ਬੁਕਰ ਪ੍ਰਾਈਜ਼ ਦੱਸੋ ਜੀ ਕਿਹਨੇ ਜਿੱਤੇ ਹੁਣ ਇਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਦਾ ਬਹੁਤ ਕਨਫਿਊਜ਼ ਹੁੰਦੇ ਨੇ ਬਹੁਤ ਕਨਫਿਊਜ਼ ਹੁੰਦੇ ਨੇ ਕਿ ਹਾਂ ਜੀ ਬੁਕਰ ਪ੍ਰਾਈਜ਼ ਦੇ ਵਿੱਚ ਉਹ ਕਨਫਿਊਜ਼ ਹੋ ਕੇ ਅਲੱਗ ਟਿਕ ਕਰਦੇ ਹੁੰਦੇ ਆ ਠੀਕ ਆ ਸੋ ਇਹਦਾ ਜ਼ਿਆਦਾਤਰ ਕੈਂਡੀਡੇਟ ਹੋਣਗੇ ਤਾਂ ਜਿਲੀ ਸ਼੍ਰੀ ਲਾਉਣਗੇ ਅੱਪਾ ਕਟੋਕਟ ਚਾਰ ਤੋਂ ਪੰਜ ਵਾਰੀ ਇਹ ਚੀਜ਼ ਕਰ ਚੁੱਕੇ ਆਂ ਚਾਰ ਤੋਂ ਪੰਜ ਵਾਲੀ ਤੁਹਾਨੂੰ ਮੈਂ ਐਕਸਪਲੇਨ ਕਰ ਚੁੱਕਿਆ ਇਹ ਦੋਨੇ ਅਵਾਰਡ ਅਲੱਗ ਨੇ ਜੇਕਰ ਤੁਹਾਨੂੰ ਕੱਲਾ ਬੁਕਰ ਪ੍ਰਾਈਜ਼ ਲਿਖਿਆ ਆ ਜਾਵੇ 2022 ਦਾ ਤਾਂ ਸ਼ਿਹਾਨ ਕਾਰਨਲਤ ਕਾ ਨੂੰ ਲਾਉਣਾ ਮੈਂ 2022 ਦਾ ਠੀਕ ਆ ਏ શ્રીਲੰਕਨ ਆਉਗਰ ਨੇ ਠੀਕ ਆ ਇਹ ਲਾਉਣਾ ਵਾ ਤੁਸੀਂ ਜੇਕਰ ਤੁਹਾਨੂੰ ਪੁੱਛਿਆ ਜਾਵੇ ਇੰਟਰਨੈਸ਼ਨਲ ਜੇਕਰ ਪੇਪਰ ਦੇ ਵਿੱਚ ਇੰਟਰਨੈਸ਼ਨਲ ਲਿਖਿਆ ਕਿਉਂਕਿ ਇੰਟਰਨੈਸ਼ਨਲ ਉਹ ਪੁੱਛ ਚੁੱਕੇ ਨੇ ਪੀਰ ਪਲੱਸ ਵੀ ਦੋ ਵਾਰੀ ਇਹ ਕੁਐਸਚਨ ਪੁੱਛ ਚੁੱਕਿਆ ਵਾ 2022-22 ਦੇ ਵਿੱਚ ਇੰਟਰਨੈਸ਼ਨਲ ਤਾਂ ਇਸ ਵਾਰ ਕੱਲਾ ਬੁਕਰ ਪ੍ਰਾਈਜ਼ ਆ ਸਕਦਾ ਵਾ ਤਾਂ ਜੀ ਜੇਕਰ ਤੁਹਾਨੂੰ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਪੁੱਛਿਆ ਜਾਵੇ ਤਾਂ ਗਿਤਾंजलि श्री ਲਾਉਣਾ ਵਾ ਠੀਕ ਆ ਰੇਤ ਕੀ ਸਮਾਧੀ ਜਿਹੜੇ ਕਹਿ ਦਿੰਦੇ ਆ ਰੇਤ ਕੀ ਸਮਾਧੀ ਜਾਂ ਟੌਮਬ ਆਫ ਸਾਂੜ ਲਈ ਇਹਨਾਂ ਨੂੰ ਮਿਲਿਆਗਾ ਜਿਹੜਾ ਕਿ ਫਰਸਟ ਹਿੰਦੀ ਨੋਵਲ ਆ ਜਿਸ ਨੇ ਕਿ ਇ ਭਾਈ ਇਹਨਾਂ ਨੂੰ ਮਿਲਿਆ ਵਾ ਠੀਕ ਹੈ ਜੀ ਤੇ ਜੇਕਰ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਆ ਜਾਵੇ ਦੈਨ ਇਹ ਮਿਲਿਆ ਵਾ ਸਾਡਾ ਗੀਤਾ ਅੰਜਲੀ ਸ਼ਿਰੀ ਨੂੰ ਸੋ ਇਹ ਸੀਗਾ ਜੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਪੀਪਲ ਚ ਆ ਰਹੇ ਨੇ ਇਹ ਕੁਐਸਚਨ ਦੋ ਤਿੰਨ ਵਾਰੀ ਕੁਐਸਚਨ ਪੁੱਛ ਚੁੱਕੇ ਨੇ ਬੁਕਰ ਪਰ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਠੀਕ ਹੈ ਜੀ ਸੋ ਇਹਨਾਂ ਦੀ ਜੇਕਰ ਆਪਣਾ ਬੁਕਰ ਪ੍ਰਾਈਜ਼ ਦਾ ਪੁੱਛਦਾ ਤਾਂ ਮੂਨਸ ਆਫ ਹਮਾਲੀ ਅਲਵੇਡੀਆਂ 7 ਮੂਨਸ ਤੇ 2022 ਦਾ ਪਤਾ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਸੋ ਟ੍ਰਾਂਸਲੇਟ ਕਿੰਨੇ ਦਾ ਡੇਜ਼ੀ ਰੌਕਵੈਲ ਦੀ ਟ੍ਰਾਂਸਲੇਸ਼ਨ ਸੀਗੀ ਏ ਕਨਫਿਊਜ਼ਡ ਮਾਈਂਡ ਸਟੋਰੀ ਦਾ ਲੇਖਕ ਦੱਸੋ ਕੌਣ ਆ ਜੀ ਆ ਉਧਰ ਕੌਣ ਆ ਜੀ 24ਵੇਂ ਦਾ ਸਹੀ ਆਨਸਰ ਬਣ ਰਿਹਾ ਜੀ ਸਾਹਿਲ ਸੇਠ ਸੋ ਥੋੜਾ ਤੇਜ਼ੀ ਨਾਲ ਕਰਦੇ ਆ ਜੀ ਆਪਣਾ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਐਕਸਪਲੇਨੇਸ਼ਨ ਨੂੰ ਤੇਜ਼ੀ ਕਿਹੜੀ ਕੰਟਰੀ ਆ ਜਿਹੜੀ ਕਿ 2022 ਦੀ वूਮਨਸ 2020 ਏਸ਼ੀਆ ਕੱਪ ਜਿੱਤੇ ਆ ਪਾਕਿਸਤਾਨ ਨੇ ਜਿੱਤੇ ਆ ਸ਼੍ਰੀਲੰਕਾ ਨੇ ਜਿੱਤੇ ਆ ਇੰਡੀਆ ਨੇ ਜਿੱਤੇ ਆ ਜਾਂ ਬੰਗਲਾਦੇਸ਼ ਨੇ ਜਿੱਤੇ ਆ ਦੱਸੋ ਜੀ ਆ ਦਾ ਕਿਹੜਾ ਆਨਸਰ ਸਹੀ ਬਣੇਗਾ ਜੀ ਬਹੁਤ ਵਾਰ ਕਰਵਾਇਆ ਹੋਇਆ ਆ ਆਪਾਂ ਤੁਹਾਨੂੰ 2022 ਦਾ ਜੇਕਰ वूਮਨ ਆਜ ਬੈਠੇਗਾ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਆ ਜਾਵੇ ਕਿ ਮੈਨਸ ਜੇਕਰ ਤੁਹਾਨੂੰ ਆ ਜਾਵੇ ਕਿ ਮੈਨਸ ਏਸ਼ੀਆ ਕੱਪ ਜਿਹੜਾ ਹੁਣੇ 2022 ਦਾ ਹੋਇਆ 2022 ਉਹ ਕਿਨੇ ਜਿੱਤਿਆ ਉਹ ਜਿੱਤਿਆ ਬਾਜੀ ਸਾਡਾ ਸ਼੍ਰੀਲੰਕਾ ਨੇ ਸ਼੍ਰੀਲੰਕਾ ਨੇ ਜਿੱਤਿਆ ਹਰਾਇਆ ਕਿਨੇ ਆ ਸ਼੍ਰੀਲੰਕਾ ਨੇ ਪਾਕਿਸਤਾਨ ਹਰਾਇਆ ਠੀਕ ਆ ਸੋ ਊਮਨਸ ਜਿੱਤਿਆ ਇੰਡੀਆ ਨੇ ਠੀਕ ਆ ਊਮਨਸ ਜਿੱਤਿਆ ਇੰਡੀਆ ਨੇ ਤੇ ਮੈਨਸ ਕਿਨੇ ਜਿੱਤਿਆ ਬਾ ਆਪਣਾ ਸ਼੍ਰੀਲੰਕਾ ਇਹ ਜ਼ਰੂਰ ਕਰ ਲਿਓ ਬਹੁਤ ਐ ਮੋਡਰਨ ਕੁਐਸਚਨ ਬਣਦਾ ਬਾ ਪੇਪਰ ਚੋਂ ਦੀ ਪੂਰੀ ਪੂਰੀ ਸੰਭਾਵਨਾ ਬਾਜੀ ਇਹਦੀ ਇਹ ਆ ਵੀ ਚੁੱਕਿਆ ਸ਼ਾਇਦ ਮੈਨਸ ਦਾ ਪੁੱਛ ਵੀ ਚੁੱਕ ਡੈਪਟੀ ਇਲੈਕਸ਼ਨ ਕਮਿਸ਼ਨਰ ਦੱਸੋ ਜੀ ਕਿੰਨਾਂ ਨੂੰ ਨਵੇਂ ਡੈਪਟੀ ਇਲੈਕਸ਼ਨ ਕਮਿਸ਼ਨਰ ਨਿਯੁਕਤ ਕੀਤਾ ਗਿਆ ਜੀ ਸੋ ਨਵੇਂ ਡੈਪਟੀ ਇਲੈਕਸ਼ਨ ਕਮਿਸ਼ਨਰ ਅਜੇ ਬੜਾਉ ਨੂੰ ਕੀਤਾ ਗਿਆ ਜੀ ਇਹ ਵੀ ਕਰ ਲਿਓ ਜੀ ਇੰਪੋਰਟੈਂਟ ਦਾ 27 ਨੰਬਰ ਸੋ ਇਹਦੇ ਵਿੱਚ ਜ਼ਿਆਦਾਤਰ ਇੰਪੋਰਟੈਂਟ ਕੁਐਸਚਨ ਹੀ ਲੈਂਦੇ ਆ ਕਹਿੰਦੇ AirTel ਨੇ ਭਾਰਤ ਦੇ ਪਹਿਲੇ 5G ਜਿਹੜੇ ਅਨੇਬਲ ਇਮਰਸਿਵ ਟਰੈਵਲ ਐਕਸਪੀਰੀਅੰਸ ਲਈ ਕਿਹੜੀ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ Samsung ਨਾਲ Apple ਨਾਲ Nokia ਨਾਲ ਜਾਂ Jio ਨਾਲ ਦਾ 27ਵਾਂ ਦਾ ਸਹੀ ਆਨਸਰ ਬਣ ਰਿਹਾ ਜੀ ਸਾਡਾ Nokia ਦੇ ਨਾਲ ਸਾਂਝੇਦਾਰੀ ਕੀਤੀ ਹੈ ਜੀ 28 ਨੰਬਰ ਕੁਐਸਚਨ ਆ ਗਿਆ ਜੀ 28 ਨੰਬਰ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਮਤਲਬ CRPF ਦਾ ਨਵਾਂ ਡਾਇਰੈਕਟਰ ਜਰਨਲ ਕਿਹਨੂੰ ਨਿਯੁਕਤ ਕੀਤਾ ਗਿਆ ਜੀ ਹਿੰਮਤ ਕੁਮਾਰ ਨੂੰ ਕੁਲਦੀਪ ਸਿੰਘ ਨੂੰ ਜਾਂ ਜਾਂ ਸੁਝੇ ਲਾਲ ਥਾਉਜ਼ੰਦ ਨੂੰ ਕੀਤਾ ਗਿਆ ਜਾਂ ਅਨੀਸ਼ ਦਿਆਲ ਸਿੰਘ ਨੂੰ ਕੀਤਾ ਗਿਆ ਜੀ 28ਵੇਂ ਦਾ ਬਿਲਕੁਲ ਸਹੀ ਸਾਡਾ ਮੰਨਦਾ ਪਿਆ ਜੀ ਸੁਝੇ ਲਾਲ ਥਾਉਜ਼ੰਦ ਨੂੰ ਕੀਤਾ ਗਿਆ ਠੀਕ ਹੈ ਜੀ ਅਨੀਸ਼ ਦਿਆਲ ਸਿੰਘ ਨੂੰ ਕਿਹਦਾ ਕੀਤਾ ਇਹਨਾਂ ਨੂੰ ਸ਼ਾਇਦ ਆਈਟੀ ਬੀਪੀ ਦਾ ਕੀਤਾ ਗਿਆ ਜੀ ITBP ਦਾ ਡਾਇਰੈਕਟਰ ਜਨਨ ਕੀਤਾ ਗਿਆ ਠੀਕ ਹੈ ਸੋ ਇਹਦਾ ਆਨਸਰ ਬੀ ਬਣਦਾ ਪਿਆ 28ਵੇਂ ਦਾ ਸੋ ਨੀਚੇ ਲਿਖਿਆ ਵੀ ਹੋਏਗਾ ਹਾਂਜੀ ਅਨੀਸ਼ ਦਿਆਲ ਜਿਹੜੇ ਆਪਣੇ ਹੈਗੇ ਨੇ ਅਨੀਸ਼ ਦਿਆਲ ਸਿੰਘ ਨੇ ਇਹ ਹੈਗੇ ਨੇ ITBP ਦੇ ਤੇ ਸੁਝੇ ਲਾਲ ਦਾ ਥਾਊਜ਼ੈਂਡ ਹੈਗੇ ਨੇ CRPF ਦੇ 29 ਨੰਬਰ ਕੁਐਸਚਨ ਦੇ ਉੱਤੇ ਆਪਾਂ ਆ ਗਏ ਹਾਂ ਨੋਬਲ ਪ੍ਰਾਈਜ਼ ਦੇ ਉੱਤੇ ਆਪਾਂ ਡਿਟੇਲ ਦੇ ਵਿੱਚ ਚਰਚਾ ਕਰ ਚੁੱਕੇ ਹਾਂ ਸੋ ਇਹਦੇ ਉੱਤੇ ਜ਼ਿਆਦਾ ਆਪਾਂ ਟਾਈਮ ਨਹੀਂ ਵੇਸਟ ਕਰਾਂਗੇ ਤਾਂ ਉਹ ਪੁੱਛ ਰਾਇਏ ਨੇ ਕਿ ਮੈਡੀਸਨ ਤੇ ਫਿਜ਼ੀਓਲੋਜੀ ਦੇ ਵਿੱਚ ਕਿਹਨੂੰ ਮਿਲਿਆ ਆਪਾਂ ਤੁਹਾਨੂੰ ਬਹੁਤ ਬਾਰੇ ਇੱਕ ਵੀਡੀਓ ਵੀ ਬਣਾਈ ਆ ਟ੍ਰਿਕ ਦੀ ਵੀਡੀਓ ਬਣਾਈ ਹੋਈ ਆ ਐਮਸੀਕਿਊ ਮੈਡੀਸਨ ਐਂਡ ਫਿਜ਼ੀਓਲੋਜੀ ਦਾ 2022 ਦਾ ਨੋਬਲ ਪੁਰਸਕਾਰ ਮਿਲਿਆ ਪਾਲਮਪੁਰ ਆਇਸ਼ਟੇਮੇ ਬਿਕਮ ਦਾ ਫੁਲੀ ਡਿਜੀਟਲੀ ਲਿਟਰੇਟ ಗ್ರಾಮ ਪੰਚਾਇਤ ਇਨ ਇੰਡੀਆ ਕਿਹੜੀ ਸਟੇਟ ਦੇ ਵਿੱਚ ਆ ਜੀ ਤਾਮਿਲਨਾਡੂ ਚਾ ਕੇਰਲਾ ਚਾ ਤੇਲੰਗਾਨਾ ਚਾ ਜਾਂ ਰਾਜਸਥਾਨ ਚਾ ਤੀਮੇ ਦਾ ਸਾਡਾ ਬਿਲਕੁਲ ਸਹੀ ਆਨਸਰ ਬਣਦਾ ਜੀ ਤੇਲਗਾਨਾ ਦੇ ਵਿੱਚ ਆ ਜੀ ਪਾਲਮਪੁਰ ਜਿਹੜੀ ਆਪਣੀ ਪੂਰੀ ਤਰ੍ਹਾਂ ਨਾਲ ਡਿਜੀਟਲ ਸਾਖਰ ಗ್ರಾಮ ਪੰਚਾਇਤ ਬਣ ਗਈ ਹੋਈ ਹੈ ਜੀ ਹੁਣ ਨੈਕਸਟ ਆ ਗਿਆ ਜੀ ਸਾਡੇ ਹਾਲੀ ਦੇ ਵਿੱਚ ਦਿੱਤੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਿਸ ਨੇ আরাਬਲੀ ਰੇਂਜ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਵਿਕਸਿਤ ਕੀਤਾ ਵਾ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਦਿੱਲੀ ਰਾਜਸਥਾਨ ਪੰਜਾਬ ਜਾਂ ਹਰਿਆਣਾ 31 ਨੰਬਰ ਕੁਐਸਚਨ ਦਾ ਸਹੀ ਆਨਸਰ ਬਣ ਰਿਹਾ ਜੀ ਸਾਡਾ ਹਰਿਆਣਾ ਡੀ ਆਨਸਰ ਸਾਡਾ ਬਿਲਕੁਲ ਸਹੀ ਬਣ ਰਿਹਾ ਜੀ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਦੱਸੋ ਜੀ ਕੌਣ ਬਣਿਆ ਜੀ ਦੁਨੀਆ ਦੇ ਮੋਸਟ ਪਪੂਲਰ ਨੇਤਾ ਬਣੇ ਨੇ ਜੀ ਨਰਿੰਦਰ ਮੋਦੀ ਠੀਕ ਹੈ 32ਵੇਂ ਦਾ ਏ ਆ ਗਿਆ ਖੇਡ ਦਿੱਤਿਆਂ ਵਿੱਚੋਂ ਡੇਵਿਸ ਕੱਪ ਦਾ ਖਿਤਾਬ ਉਹ ਪੁੱਛ ਰਹੇ ਨੇ ਜੀ ਕਿਹਨੂੰ ਮਿਲਿਆ ਵਾ ਜੀ 2022 ਦਾ ਇੰਡੀਆ ਯੂਐਸਏ ਆਸਟ੍ਰੇਲੀਆ ਜਾਂ ਕੈਨੇਡਾ ਤਾਂ 33ਵੇਂ ਦਾ ਸਾਡਾ ਸਹੀ ਆਨਸਰ ਬਣ ਰਿਹਾ ਵਾ ਜੀ ਕੈਨੇਡਾ ਨੇ 2022 ਦਾ ਡੇਵਿਸ ਕੱਪ ਟਾਈਟਲ ਜਿੱਤਿਆ ਵਾ ਜੀ 34 ਨੰਬਰ ਕੁਐਸਚਨ ਕੈਨੇਡਾ ਨੇ ਜਿੱਤਿਆ ਵਾ ਤੇ ਜੀ ਕਿਹੜਾ ਦੇਸ਼ ਆ ਐਸਈਓ ਸਮਿਟ ਜਿਹੜੀ 2023 ਦੀ ਆ ਉਹਦੀ ਮੇਜਬਾਨੀ ਕਰੇਗਾ ਇੰਡੀਆ ਕਰੇਗਾ ਚਾਈਨਾ ਕਰੇਗਾ ਪਾਕਿਸਤਾਨ ਕਰੇਗਾ ਜਾਂ ਰਸ਼ੀਆ ਕਰੇਗਾ ਤਾਂ 34ਵੇਂ ਦਾ ਆਪਣਾ ਕੁਐਸਚਨ ਤਾਂ ਬਣ ਰਿਹਾ ਏ ਇੰਡੀਆ ਆਪਣਾ ਐਸਈਓ ਸਮਿਟ 2023 ਦੀ ਹੋਸ 3 ਨੰਬਰ ਕੁਐਸਚਨ ਦੇ ਉੱਤੇ ਕਿਉਂਕਿ 2022 ਦੀ ਜਿਹੜੀ ਸੀ ਇਹ ਉਜ਼ਬੇਕਿਸਤਾਨ ਦੇ ਵਿੱਚ ਹੋਈ ਸੀ ਜੇਕਰ ਤੁਹਾਨੂੰ 2022 ਦੀ ਪੁੱਛਿਆ ਸੋ ਇਹ ਆਪਣੀ ਰਿਵੀਜ਼ਨ ਕਲਾਸ ਆ ਜਿਸ ਕਰਕੇ ਆਪਾਂ ਥੋੜਾ ਜਲਦੀ ਇਸ ਟਾਈਮ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਹਿਤ ਲਈ ਜੀਸੀਬੀ ਪ੍ਰਾਈਜ਼ ਜਿਹੜਾ 2022 ਦਾ ਲਿਟਰੇਚਰ ਦੇ ਵਿੱਚ ਕਿਹਨੂੰ ਮਿਲਿਆ ਜੀ ਸ਼ਹਿਨਾਜ਼ ਕੁਰੇਸ਼ੀ ਨੂੰ ਅਮਤਾ ਬੱਤਨੋ ਇਬਰਾਹਿਮ ਕਾਦਰ ਨੂੰ ਜਾਂ ਖਾਲਿਦ ਜਾਵੇਦ ਨੂੰ ਤਾਂ ਖਾਲਿਦ ਜਾਵੇਦ ਨੂੰ ਜੀਸੀਬੀ ਪ੍ਰਾਈਜ਼ ਆ ਜਿਹੜਾ ਲਿਟਰੇਚਰ ਦੇ ਵਿੱਚ 2022 ਦਾ ਮਿਲਿਆ ਇਹ ਸਾਰੇ ਮੋਸਟ ਇੰਪੋਰਟੈਂਟ ਕੁਐਸਚਨ ਹੀ ਐਡ ਕੀਤੇ ਨੇ ਆਪਾਂ ਨੈਕਸਟ ਚੱਲਦੇ ਹਾਂ ਜੀ ਦਾ ਪੈਰਾਡਾਈਜ਼ ਆਫ ਫੂਡ ਲਈ ਮਿਲਿਆ ਵਾ ਇਹਨਾਂ ਨੂੰ ਠੀਕ ਹੈ ਇਹ ਵੀ ਤੁਸੀਂ ਕਰ ਲਿਓ ਇਸਰੋ ਨੇ ਕਿਹੜੇ ਦੇਸ਼ ਦੇ ਨਾਲ ਆਈਐਨਸੀ 2ਬੀ ਉਪਗ੍ਰਹਿ ਲਾਂਚ ਕੀਤਾ ਭੂਟਾਨ ਦੇ ਨਾਲ ਯੂਕੇ ਦੇ ਨਾਲ ਸ਼੍ਰੀਲੰਕਾ ਨਾਲ ਜਾਂ ਨੇਪਾਲ ਦੇ 36ਵੇਂ ਦਾ ਸਾਡਾ ਸਹੀ ਆਨਸਰ ਬੰਦਾ ਜੀ ਭੂਟਾਨ ਦੇ ਨਾਲ ਇਸਰੋ ਨੇ ਆਈਐਨਐਸ 2ਬੀ ਸੈਟੇਲਾਈਟ ਲਾਂਚ ਕੀਤਾ ਵਾ ਬਹੁਤ ਇਮਪੋਰਟੈਂਟ ਕੁਐਸਚਨ ਬਣਦਾ ਸਾਇੰਸ ਐਂਡ ਟੈਕ ਦਾ ਭਾਰਤੀ 올림픽 ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਫਰਸਟ ਊਮਨ ਪ੍ਰੈਜ਼ੀਡੈਂਟ ਆਫ ਇੰਡੀਅਨ 올림픽 ਐਸੋਸੀਏਸ਼ਨ ਦੀ ਕੌਣ ਬਣਿਆ ਜੀ ਮੀਰਾਬਾਈ ਚਾਨੂੰ ਪੀਟੀ ਊਸ਼ਾ ਪੀਵੀ ਸਿੰਧੂ ਜਾਂ ਮਿਥਾਲੀ ਰਾਜ ਤਾਂ 37 ਨੰਬਰ ਦਾ ਸਾਡਾ ਸਹੀ ਆਨਸਰ ਬਣਦਾ ਪਿਆ ਜੀ ਪੀਟੀ ਊਸ਼ਾ ਨੂੰ ਫਰਸਟ ਊਮਨ ਪ੍ਰੈਜ਼ੀਡੈਂਟ ਬਣੇ ਨੇ ਇੰਡੀਅਨ 올림픽 ਐਸੋਸੀਏਸ਼ਨ ਦੇ ਐਫਆਈਐਚ ਦੇ ਨਵੇਂ ਪ੍ਰਧਾਨ ਕਿਹਨੂੰ ਨਿਯੁਕਤ ਕੀਤਾ ਮਤਲਬ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਨਵੇਂ ਪ੍ਰੈਜ਼ੀਡੈਂਟ ਕੌਣ ਆ ਤਿਆਬ ਅਕਰਮ ਇਹ ਨੰਬਰ ਤਰਾ ਜਾਂ ਰੋਜ਼ ਰੁਪਈ ਨਹੀਂ ਦੱਸੋ ਜੀ 38ਵੇਂ ਦਾ ਸਾਡਾ ਸਹੀ ਆਨਸਰ ਬੰਦਾ ਤਿਆਬ ਇਕਰਮ ਨੂੰ ਐਫ ਆਈ ਐਚ ਦੇ ਨਵੇਂ ਪ੍ਰੈਜ਼ੀਡੈਂਟ ਨਿਯੁਕਤ ਕੀਤੇ ਗਏ ਨੇ ਜੀ ਨੈਕਸਟ ਚੱਲਦੇ ਆ ਜੀ 15ਵੀਂ ਸ਼ਾਹਿਦ ਮੁਸ਼ਤਾਕ ਅਲੀ ਟਰਾਫੀ ਆ ਜਿਹੜੀ ਇੱਕ ਕ੍ਰਿਕਟ ਟੂਰਨਾਮੈਂਟ ਆ ਪਹਿਲੀ ਗੱਲ ਤਾਂ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਈ ਵਾਰ ਪੁੱਛ ਲੈਣਾ ਸ਼ਾਹਿਦ ਮੁਸ਼ਤਾਕ ਅਲੀ ਟਰਾਫੀ ਆ ਕਿਹੜੀ ਗੇਮ ਦੇ ਨਾਲ ਸੰਬੰਧਿਤ ਆ ਕਿਹਦੇ ਨਾਲ ਆ ਜੀ ਕ੍ਰਿਕਟ ਟੂਰਨਾਮੈਂਟ ਆ ਇਹ ਇੰਡੀਆ ਦਾ ਘਰੇਲੂ ਟੂਰਨਾਮੈਂਟ ਆ ਇਹ ਤੇ ਡੋਮੈਸਟਿਕ ਟੂਰਨਾਮੈਂਟ ਜਿਹਨੂੰ ਆਪਾਂ ਕਹ ਦਿੰਨੇ ਆ ਠੀਕ ਹੈ ਇੰਗ 39 ਦਾ ਸਾਡਾ ਸਹੀ ਆਨਸਰ ਬੰਦਾ ਹੈ ਜੀ ਮੁੰਬਈ ਮੁੰਬਈ ਨੇ 15ਵੀਂ ਸੈਦ ਮੁਸ਼ਤਾਕ ਅਲੀ ক্রিকেট ਟਰਾਫੀ ਜਿੱਤੀ ਹੈ ਜੀ ਹੁਣ ਜੀ ਨੈਕਸਟ ਆ ਗਿਆ ਜੀ ਪੈਰਿਸ 올림픽 2022 ਦਾ 24 ਦਾ ਸੌਰੀ 2024 ਦੇ ਜਿਹੜਾ ਪੈਰਿਸ ਦੇ ਵਿੱਚ ਹੋਣੀਆਂ ਹਨ 올림픽ਸ ਤਾਂ ਇਹਦਾ ਮਾਸਕਟ ਪੁੱਛ ਲਿਆ ਜੀ ਕੀ ਹੈ ਜੀ ਫਰਗਨ ਕੈਪ ਆ ਲਾਈਬਾ ਪੈਰੀਬੋਲਾ ਜਾਂ ਨਾ ਤਾਂ 40ਵਾਂ ਦਾ ਸਾਡਾ ਸਹੀ ਆਨਸਰ ਤੁਹਾਨੂੰ ਕਰਵਾਇਆ ਹੋਇਆ ਫਰਗਨ ਕੈਪ ਆ दे, दे 41 ਨੰਬਰ ਕੁਐਸਚਨ ਕਹਿੰਦੇ ਹਾਲੀ ਦੇ ਵਿੱਚ ਰੀਸੈਂਟਲੀ ਕਿੰਨਾਂ ਨੂੰ ਫੁੱਲ ਟਾਈਮ ਮੈਂਬਰ ਬਣਾਇਆ ਗਿਆ ਵਾਜੀ ਨੀਤੀ ਅਯੋਗ ਦਾ ਅਮਿਤਆਪ ਕਾਂਤ ਕਰਨ ਸ਼ਰਮਾ ਅਰਵਿੰਦ ਬਿਰਮਾਨੀ ਜਾਂ ਕਰਨ ਸਹਾਈ ਇਹ 40% ਦਾ ਸਾਡਾ ਸਹੀ ਆਨਸਰ ਅਰਵਿੰਦ ਬਿਰਮਾਨੀ ਬਣ ਰਿਹਾ ਜੀ ਨੈਕਸਟ ਆਪਾਂ ਚੱਲਦੇ ਹਾਂ ਜੀ 42 ਨੰਬਰ ਕੁਐਸਚਨ ਦੇ ਉੱਤੇ ਕਿਹੜੇ ਰਾਜ ਦਾ ਰਾਣੀਪੁਰ ਟਾਈਗਰ ਰਿਜ਼ਰਵ ਆ ਜਿਹੜਾ ਭਾਰਤ ਦਾ 53rd ਟਾਈਗਰ ਰਿਜ਼ਰਵ ਬਣਿਆ ਠੀਕ ਆ 52nd ਸੀਗਾ ਪਹਿਲਾਂ ਆਪਣੇ ਟਾਈਗਰ ਰਿਜ਼ਰਵ ਇੰਡੀਆ ਦੀਆਂ ਹੁਣ 53rd ਬਣਿਆ ਉੱਤਰ ਪ੍ਰਦੇਸ਼ ਗੁਜਰਾਤ ਪੰਜਾਬ ਜਾਂ ਮੱਧ ਪ੍ਰਦੇਸ਼ 142 ਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਜੀ ਸਾਡਾ ਉੱਤਰ ਪ੍ਰਦੇਸ਼ 43 ਨੰਬਰ ਕੁਐਸਚਨ ਦੇ ਉੱਤੇ ਆ ਗਏ ਹੋਇਆ ਜੀ ਕਿਹੜੇ ਦੇਸ਼ ਨੇ ਵਿੱਚ ਕੰਟਰੀ ਵਾਉਣ ਦਾ ਟਾਈਟਲ ਆਫ ਦਾ 2022 ICC ਮੈਨਸ T20 ਵਰਲਡ ਕੱਪ ਹਾਂ ਜੀ 2022 ਦਾ ICC ਮੈਨਸ T20 ਵਰਲਡ ਕੱਪ ਪਾਕਿਸਤਾਨ ਆਇਰਲੈਂਡ ਇੰਗਲੈਂਡ ਜਾਂ ਇੰਡੀਆ ਕਿਹਨੇ ਜਿੱਤਿਆ ਜੀ ਸਪੋਰਟਸ ਦਾ MCQ ਆ ਜਾ ਜੀ 43rd ਦਾ ਸਾਡਾ ਆ ਗਿਆ ਜੀ ਸਾਡਾ ਇੰਗਲੈਂਡ ਨੇ ਜਿੱਤਿਆ ਇੰਗਲੈਂਡ ਨੇ ਕਿਹਨੂੰ ਹਰਾਇਆ ਜੀ ਪਾਕਿਸਤਾਨ ਨੂੰ ਹਰਾਇਆ ਵਾ ਠੀਕ ਆ ਹੁਣ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕਈ ਵਾਰ ਪੁੱਛ ਲੈਂਦੇ ਹੋ ਨੇ ਕਿ ਸਭ ਤੋਂ ਪਹਿਲਾ ICC ਮੈਨਸ ਦਾ ਜਿਹੜਾ T20 ਵਰਲਡ ਕੱਪ ਹੋਇਆ ਸੀ ਉਹ ਕਿਹਨੇ ਜਿੱਤਿਆ ਸੀ ਇੰਡੀਆ ਨੇ ਜਿੱਤਿਆ ਸੀ ਇਹ ਵੀ ਯਾਦ ਕਰ ਲਿਓ ਸਾਰਿਆਂ ਨੂੰ ਪਤਾ ਹੀ ਹੋਏਗਾ ਜਿਹੜੇ ਕ੍ਰਿਕਟ ਦੇਖਦੇ ਨੇ 2007 ਚ ਜਿੱਤਿਆ ਸੀ ਇੰਡੀਆ ਨੇ ਕਿਹਨੂੰ ਹਰਾਇਆ ਸੀ ਪਾਕਿਸਤਾਨ ਨੂੰ ਹਰਾਇਆ ਸੀ 5 ਰਨਾਂ ਨਾਲ ਨੈਕਸਟ ਚੱਲਦੇ ਆ ਜੀ ਆਪਾਂ ਇਹ ਪੁੱਛਦੇ ਨੇ ਜੀ ਮਤਲਬ ਕਿ ਆਈਪੀਐਲ ਦੇ ਵਿੱਚ ਪਹਿਲਾ ਸੈਕੜਾ ਕਿਹਨੇ ਲਾਇਆ ਆਈਪੀਐਲ ਦੇ ਵਿੱਚ ਇੰਡੀਅਨ ਪਲੇਅਰ ਨੇ ਇਹ ਕਿਹੜਾ ਸੈਂਚੁਰੀ ਲਗਾਈ ਆ ਪਹਿਲਾ ਖਿਤਾਬ ਕਿਹਨੇ ਜਿੱਤੇ ਆ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ ਐਵੇਂ ਨਹੀਂ ਆਪਾਂ ਐਡ ਕਰਦੇ ਪਏਗੇ ਮਤਲਬ ਕੋਈ ਐਕਸਟਰਾ ਇਨਫੋਰਮੇਸ਼ਨ ਜੇਕਰ ਤੁਹਾਨੂੰ ਦਿੱਤੀ ਜਾਂਦੀ ਆ ਤਾਂ ਉਹ ਇੰਪੋਰਟੈਂਟ ਹੁੰਦੀ ਆ ਮਤਲਬ ਐਸੇ ਨਹੀਂ ਇਹ ਐਡ ਕੀਤੀ ਹੁੰਦੀ ਆ ਆਪਾਂ 44 ਨੰਬਰ ਕੁਐਸਚਨ ਦੇ ਉੱਤੇ ਹੁਣ ਆਪਾਂ ਅੱਗੇ ਹੋਏ ਆ ਜੀ ਕਿਹੜੇ ਦੇਸ਼ ਨੇ ਵਿੱਚ ਕੰਟਰੀ ਆਪਰੇਟ ਵਰਲਡਸ ਲੌਂਗੇਸਟ ਪੈਸੇਂਜਰ ਟ੍ਰੇਨ ਸਭ ਤੋਂ ਲੰਬੀ ਯਾਤਰੀ ਰੇ ਵਾਟ ਇਜ਼ ਦਾ ਨੇਮ ਆਫ ਦਾ ਇੰਡੀਆਸ ਫਰਸਟ ਪ੍ਰਾਈਵੇਟਲੀ ਡਿਵੈਲਪਡ ਰਾਕਟ ਕਲਾਮ 105 ਅਦਿੱਤਿਆ L2 ਵਿਕਰਮ ਸਪਰਤਿਊਸ਼ ਸੋ 45 ਦਾ ਸਾਡਾ ਬਣ ਰਿਹਾ ਜੀ ਵਿਕਰਮ S ਸਾਡਾ ਇੰਡੀਆ ਦਾ ਫਰਸਟ ਪ੍ਰਾਈਵੇਟਲੀ ਡਿਵੈਲਪਡ ਰਾਕਟ ਹੁਣ ਆ ਗਿਆ ਜੀ T20 ਕ੍ਰਿਕਟ ਦੇ ਵਿੱਚ 4000 ਰੰਸ ਬਣਾਉਣ ਵਾਲਾ ਫਰਸਟ ਬੈਟਸਮੈਨ ਕੌਣ ਬਣਿਆ ਜੀ ਰੋਹਿਤ ਸ਼ਰਮਾ ਬਾਬਰ ਆਜ਼ਮ ਸਟੀਵ ਸਮੈਥ ਜਾਂ ਵਿਰਾਟ ਕੋਹਲੀ ਸੋ ਇਹਦਾ ਸਹੀ ਆਨਸਰ ਬਣਦਾ ਪਿਆ ਜੀ ਵਿਰਾਟ ਕੋਹਲੀ 4000 ਰੰਸ ਬਣਾ ਚੁੱਕਿਆ ਗਾਂਧੀ ਮੰਡੇਲਾ ਅਵਾਰਡ ਜਿਹੜਾ 2022 ਦਾ ਸੋ ਰਿਵੀਜ਼ਨ ਕਲਾਸ ਆ ਇਸ ਲਈ ਆਪਾਂ ਥੋੜਾ ਤੇਜ਼ੀ ਨਾਲ ਕਰ ਰਹੇ ਹਾਂ ਕਿਉਂਕਿ ਟਾਈਮ ਤੁਹਾਡਾ ਵੀ ਬਹੁਤ ਕੀਮਤੀ ਆ ਜੀ ਤਾਂ ਗਾਂਧੀ ਮੰਡੇਲਾ ਅਵਾਰਡ 2022 ਦਾ ਨਰਿੰਦਰ ਮੋਦੀ ਭਗਵੰਤ ਮਾਨ ਨੂੰ ਮਿਲਿਆ ਦলাই লামਾ ਨੂੰ ਮਿਲਿਆ ਜਾਂ ਨਨ ਆਫ ðiਸ ਨੂੰ ਮਿਲਿਆ ਜੀ 47 ਦਾ ਸਾਡਾ ਸਹੀ ਆਨਸਰ ਬਣਾ ਦলাই লামਾ ਨੂੰ ਗਾਂਧੀ ਮੰਡੇਲਾ ਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਜੀ ਆਈਸੀਸੀ ਪਲੇਅਰ ਆਫ ði ਮੰਥ 2022 ਦਾ ਅਕਤੂਬਰ ਮਹੀਨੇ ਦਾ ਪੁੱਛ ਰਿਹਾ ਜੀ ਕਿੰਨੇ ਮਿਲਿਆ ਰੋਹਿਤ ਸ਼ਰਮਾ ਵਿਰਾਟ ਕੋਹਲੀ ਜੋ ਰੂਟ ਜਾਂ ਬਾਬਰ ਬੰਦ ਸੋ ਆਈਸੀਸੀ ਦੇ ਜਿਹੜੇ ਪਲੇਅਰ ਆਫ ਦੀ ਮੰਥ ਹਨ ਨਾ ਇੱਕ ਮੈਨਸ ਕੈਟਾਗਰੀ ਚ ਦਿੱਤੇ ਜਾਂਦੇ ਨੇ ਇੱਕ ਊਮੈਨਸ ਦੇ ਵਿੱਚ ਦਿੱਤਾ ਤਾਂ ਹਰੇਕ ਮੰਥ ਪੂਰੇ ਮੰਥ ਦੇ ਵਿੱਚ ਪਰਫਾਰਮੈਂਸ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤਾ ਜਾਂਦਾ ਵਾ ਤਾਂ 48 ਦਾ ਸਾਡਾ ਸਹੀ ਜਾਂ ਸਮਣਾ ਅਕਤੂਬਰ ਮਹੀਨੇ ਦਾ ਮਿਲਿਆ ਜੀ ਆਪਣਾ ਵਿਰਾਟ ਕੋਹਲੀ ਨੂੰ ਬਹੁਤ 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 ਇੰਪੋਰਟੈਂਟ ਕੁਐਸਚਨ ਮੰਨਦਾ ਵਾ ਜੀ ਠੀਕ ਹੈ ਤੇ ਨਵੰਬਰ ਦੇ ਵਿੱਚ ਸ਼ਾਇਦ ਇਹ ਜੋਸ ਬਟਲਰ ਨੂੰ ਮਿਲਿਆ ਜੀ ਹਾਂ ਨਵੰਬਰ ਦੇ ਵਿੱਚ ਜੋਸ ਬਟਲਰ ਨੂੰ ਮਿਲਿਆ ਵਾ ਠੀਕ ਹੈ ਇਹ ਵੀ ਕਰ ਲ ਹੁਣ ਆਪਾਂ ਚੱਲਦੇ ਹਾਂ ਜੀ 49 ਨੰਬਰ ਕੁਐਸਚਨ ਦੇ ਕਿਹੜੇ ਦੇਸ਼ ਨੇ 17ਵੇਂ G20 ਸਿਖਰ ਸੰਮੇਲਨ 2022 ਦੀ ਮੇਜਬਾਨੀ ਕੀਤੀ 17th G20 ਸੰਮੇਲਨ ਜਾਪਾਨ ਇੰਡੀਆ ਇੰਡੋਨੇਸ਼ੀਆ ਮਲੇਸ਼ੀਆ ਹੁਣ ਬਹੁਤ ਸਾਰੇ ਬੱਚੇ ਇਹਦੇ ਵਿੱਚ ਕਨਫਿਊਜ਼ ਹੋ ਕੇ ਇੰਡੀਆ ਲਗਾਉਣਗੇ ਜੀ ਇੰਡੀਆ ਜੀ 18th ਜਿਹੜਾ G20 ਸਮਿਟ ਹੋਊਗਾ ਨਾ ਉਹ ਨੂੰ ਕਰੇਗਾ ਬਟ ਇਹਦਾ ਇੰਡੋਨੇਸ਼ੀਆ ਬਣੇਗਾ ਠੀਕ ਹੈ ਇੰਡੀਆ ਨਹੀਂ ਬਣੇਗਾ ਇੰਡੀਆ ਕਦੋਂ ਬਣੇ ਕਰੇਗਾ ਜਿਹੜਾ 18th G20 ਸਮਿਟ ਹੋਏਗਾ 2023 ਦੇ ਵਿੱਚ ਇਹਦੀ ਮੇਜਬਾਨੀ ਕਰੂਗਾ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਇਹਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾ ਚੁੱਕੀ ਆ ਠੀਕ ਆ ਇੰਡੋਨੇਸ਼ੀਆ ਦੇ ਵਿੱਚ 70 ਸੋ ਇਹਦਾ ਆਨਸਰ ਸੀ ਮੰਨਦਾ ਪਿਆ ਠੀਕ ਆ 2022 ਦਾ 17th ਇੰਡੋਨੇਸ਼ੀਆ 2023 ਦਾ ਇੰਡੀਆ 2024 ਦਾ ਬ੍ਰਾਜ਼ੀਲ ਦੇ ਵਿੱਚ ਹੋ ਗਿਆ ਇੰਡੀਅਨ ਇਕਨੋਮੀ ਫਰੋਮ ਨਹਿਰੂ ਟੂ ਮੋਦੀ ਇਹ ਬਰੀਫ ਹਿਸਟਰੀ ਵਾਲੀ ਕਿਤਾਬ ਬੁక్స్ ਐਂਡ ਆਊਦਰ ਦੇ ਵਿੱਚੋਂ ਆ ਗਿਆ ਹੋਇਆ ਜੀ ਐਮਸੀਕਿਊ ਰਜਿੰਦਰ ਪ੍ਰਸਾਦ ਸੁਬਰਮਨਿਅਮ ਸੁਆਮੀ ਨਰਮਲਾ ਸੀਥਾਰਮਨ ਜਾਂ ਪੁਲਪਾਰੇ ਬਾਲਾਕ੍ਰਿਸ਼ਨਨ ਪੰਜਾਵੇਂ ਦਾ ਸਾਡਾ ਬਿਲਕੁਲ ਸਹੀ ਆਨਸਰ ਸਾਡਾ ਬੰਦਾ ਪਿਆ ਵਾ ਜੀ ਪੁਲਪਾਰੇ ਪੀ ਬਾਲਾਕ੍ਰਿਸ਼ਨਨ ਨੇ ਜਿਹੜੇ ਇੰਡੀਅਨ ਇਕਨੋਮੀ ਫਰੋਮ ਨਹਿਰੂ ਟੂ ਮੋਦੀ ਬਣ ਗਿਆ ਸੋ ਜੀ 50 ਕੁਐਸਚਨ ਆਪਣੇ ਹੋ ਚੁੱਕੇ ਨੇ ਸੋ ਹੁਣ ਆਪਾਂ 51 ਨੰਬਰ ਕੁਐਸਚਨ ਦਾ ਉੱਤਰ ਕਰਾਂਗੇ ਕਿਉਂਕਿ 1/3 ਆਪਣੇ ਕੁਐਸਚਨਸ ਹੋ ਚੁੱਕੇ ਨੇ ਕਿ ਦੋਸਤੋ ਜਿਹੜੀ ਐਕਸਪਲੇਨੇਸ਼ਨ ਐਡ ਕੀਤੀ ਹੁੰਦੀ ਹੈ ਨਾ ਉਹ ਵੀ ਜ਼ਰੂਰ ਕਰਾ ਕਰੋ ਹੁਣ ਦੇਖੋ ਜੀ ਇਹ ਪਲੇਸ ਕਾਲਡ ਹੋਮ ਪ੍ਰੀਤੀ ਸ਼ੋਨੀ ਨੇ ਲਿਖੀ ਆ ਦਾ ਇੰਡੀਅਨ ਸਟੋਰੀ ਵਿਮਲ ਜਲਨ ਦੀ ਆ ਇਡਿਟਰੀ ਬੁੱਕ ਆਫ ਇੰਡੀਆ ਰਸਕਿਨ ਬਾਉਂਡ ਦੀ ਆ 10 ਟ੍ਰਿਲਿਨ ਡ੍ਰੀਮ ਆ ਜਿਹੜੀ ਸੁਭਾਸ਼ ਗਰ ਕਦੀ ਆ ਕਿਉਂ ਨਾ ਫਾਇਰ ਹੈਗੀ ਆ ਜੀ ਦੇਵਿਕਾ ਰੰਗਾਚਾਰੀ ਦੀ ਆਹਲਾ ਕੁਐਸਚਨ ਪੀਪਲੱਸਬੀ ਦੇ ਇੱਕ ਪੇਪਰ ਦੇ ਵਿੱਚ ਰੀਸੈਂਟਲੀ ਹੋਇਆ ਸੀ ਸ਼ਾਇਦ ਫੋਰੈਸਟ ਗਾਰਡ ਦੇ ਵਿੱਚ ਜਾਂ ਕਿਸੇ ਦੇ ਵਿੱਚ ਆਇਆ ਹੋਆ ਕਿਉਂ ਨਾ ਫਾਇਰ ਦੇਵਿਕਾ ਰੰਗਾਚਾਰੀਆ ਸੋ ਨੈਕਸਟ ਚੱਲਦੇ ਆ ਜੀ ਆਪਾਂ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਆਪਣੇ ਨਵੇਂ ਸੀਡੀਐਸ ਨੂੰ ਨਿਯੁਕਤ ਕੀਤਾ ਗਿਆ ਵਾ ਜਰਨਲ ਕੁਮਾਰਸ ਤੋਂ ਗਈ ਲੈਫਟਨੈਂਟ ਜਰਨਲ ਅਨਿਲ ਚੋਹਾਨ ਜਰਨਲ ਮਨੋਜ ਪਾਂਡੇ ਜਾਂ ਲੈਫਟਨੈਂਟ ਜਰਨਲ ਵੀਰ ਸਿੰਘ 51 ਦਾ ਸਾਡਾ ਸਹਿਯਦਾ ਲੈਫਟਨੈਂਟ ਜਰਨਲ ਅਨਿਲ ਚੋਹਾਨ ਨੂੰ ਨਵੇਂ ਸੀਡੀਐਸ ਨਿਯੁਕਤ ਕੀਤਾ ਗਿਆ ਵਾ ਤੇ ਮਤਲਬ ਪਹਿਲੇ ਸੀਡੀਐਸ ਕੌਣ ਸੀਗੇ ਆਪਣੇ ਵਿੱਪਨ रावत ਪਹਿਸ ਸੀਬੀਐਸ ਕੌਣ ਸੀ ਜੀ ਵਿੱਪਨ ਰਾਵਤੇ ਵੀ ਜਰੂਰ ਕਰ ਲਿਓ ਤੁਸੀਂ ਇਹ ਵੀ ਇੰਪੋਰਟੈਂਟ ਬਣਦਾ ਜੀ 50 ਸੈਕੰਡ ਨੰਬਰ ਕੁਐਸਚਨ ਦੇ ਉੱਤੇ ਆਪਾਂ ਆ ਗਏ ਹੁਏ ਆਂ ਜੀ ਹੂ ਹੈਸ ਬੀਨ ਅਪੋਇੰਟਡ ਐਸ ਦਾ ਨਿਊ ਅਟਾਰਨੀ ਜਰਨਲ ਆਫ ਇੰਡੀਆ ਨਵੇਂ ਅਟਾਰਨੀ ਜਰਨਲ ਆਫ ਇੰਡੀਆ ਕਿਹਨੂੰ ਬਣਾਇਆ ਗਿਆ ਜੀ ਆਰ ਕੇਸਨਾ ਆਰ ਆਰ ਬੈਂਕਟਾਰਮਨੀ ਜਾਂ ਆਪਣਾ ਅਜੀਤ ਦੇਸ਼ਪਾਂਡੇ ਜਾਂ ਕੇ ਕੇ ਵੇਨਕੋਪਾ ਤਾਂ ਜੀ ਆਰ ਬੈਂਕਾ ਟਰਮਨੀ ਨੂੰ ਬਣਾਇਆ ਗਿਆ ਜੀ ਨਿਊ ਅਟਾਰਨੀ ਜਰਨਲ ਨੈਕਸਟ ਚੱਲਦੇ ਆਂ ਜੀ 53 ਨੰਬਰ ਕੁਐਸਚਨ ਦੇ ਉੱਤੇ ਹੀਟ ਫਿਲਮ ਆਯੋਗ ਦੇ ਵਿੱਚ who will be honored with the dada saifald ke award for outstanding contribution to the film industry e bhi bahut important question banda ji jayabachan nu milya ji apna hemamalni nu milya saira banu nu milya ya aasha parakh nu milya so ye bhi tusi mere according ta to honda hovega aasha parakh nu milya ta e bhi bahut important question banda va next chalde ha ji hun apna 54th question de utte pehla badi sige apne devika rani 1969 ho e bhi question cbse plus b 2021 de ਕਿਸ ਹਵਾਈ ਅੱਡੇ ਨੂੰ 에어ਪੋਰਟ ਕਾਉਂਸਲ ਇੰਟਰਨੈਸ਼ਨਲ ਏਸੀਆਈ ਦੁਆਰਾ 에어ਪੋਰਟ ਸਰਵਿਸ ਕੁਆਲਿਟੀ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਹੈ ਕੋਚਨ ਇੰਟਰਨੈਸ਼ਨਲ 에어ਪੋਰਟ ਗੁਆ ਇੰਟਰਨੈਸ਼ਨਲ ਜੈਪੁਰ ਜਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤਾਂ 45ਵੇਂ ਦਾ ਬਣਦਾ ਪਿਆ ਜੀ ਇਹ ਕੋਚਨ ਇੰਟਰਨੈਸ਼ਨਲ 에어ਪੋਰਟ ਨੂੰ ਐਸਕਿਊ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਜੀ ਕਿਸ ਭਾਰਤੀ ਮਹਿਲਾ ਕ੍ਰਿਕਟਰ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਹੁਣੇ ਰੀਸੈਂਟਲੀ ਸਮ੍ਰਿਤੀ ਮਦਾਨਾ ਝੁਲਣਗੋਸਵਾਮੀ ਜਾਂ ਆਪਣੇ ਯਸਿਕਾ ਬੱਟੀਆਂ ਜਾਂ ਸਿਮਰਨ ਬਹਾਦੂਰ ਤਾਂ ਜੀ ਜਹੂਲਨ ਗੁਸਵਾਮੀ ਆ ਜਿਹੜੇ ਇਹਨਾਂ ਨੇ ਰਿਟਾਇਰ ਕੀਤੀ ਆ ਇੰਡੀਆ ਦੇ ਇਹ ਮੀਡੀਅਮ ਪੇਸਰ ਬੋਲਰ ਨੇ ਠੀਕ ਹੈ ਹਾਈएस्ट ਵਿਕਟੇ ਕਰਨੇ ਹੈ ਊਮਨ ਕ੍ਰਿਕਟ ਦੇ ਵਿੱਚ ਠੀਕ ਹੈ 255 ਵਿਕਟ ਲੈ ਚੁੱਕੇ ਨੇ ਹਾਈएस्ट ਰਿਕਾਰਡ ਹੈ ਇਹਨਾਂ ਦਾ ਮੋਸਟ ਨੰਬਰ ਆਫ ਵਿਕਟ ਇਨ ਊਮਨਸ ਵਨ ਡੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਤੇ ਮਿਥਾਲੀ ਰਾਜ ਨੇ ਵੀ ਪਿਛਲੇ ਸਾਲ ਰਿਟਾਇਰਮੈਂਟ ਦਾ ਅਨਾਉਂਸ ਕੀਤਾ ਸੀ ਜਿਨ੍ਹਾਂ ਦੇ ਕਿ ਹਾਈएस्ट ਰਨ ਸੀਗੇ ਆਪਣੇ ਊਮਨ ਕ੍ਰਿਕਟ ਦੇ ਵਿੱਚ ਵਿਚ ਕੰਟਰੀ ਵਿੱਚ ਸਿਟੀ ਵਿਲ ਹੋਸਟ ICC ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਐਮਸਟ੍ਰੋਡਮ ਦਾਵਲ ਲੰਡਨ ਜਾਂ ਈਡਨ ਗਾਰਡਨ ਦਾ ਓਵਲ ਆਪਣਾ ਇਹਦਾ ਬਿਲਕੁਲ ਸੀਗਾ ICC ਵਰਲਡ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਦੀ ਮੇਜਬਾਨੀ ਕਰੇਗਾ ਹੋਸਟ ਕਰੇਗਾ ਇਹ ਤੇ ICC ਜਿਹੜੀ ਟੈਸਟ ਚੈਂਪੀਅਨਸ਼ਿਪ ਦਾ ਜਿਹੜਾ ਪਹਿਲਾ ਜੀਨਰ ਕੌਣ ਸੀ ਜੇਕਰ ਆਪਾਂ ਨੂੰ ਆਵੇਗਾ ਫਰਸਟ Winner ICC ਟੈਸਟ ਚੈਂਪੀਅਨਸ਼ਿਪ ਦਾ ਕੌਣ ਸੀ ਨਿਊਜ਼ੀਲੈਂਡ ਆ ਨਿਊਜ਼ੀਲੈਂਡ ਨੇ ਫਾਈਨਲ ਦੇ ਵਿੱਚ ਇੰਡੀਆ ਨੂੰ ਹਰਾਇਆ ਸੀ ਨਿਊਜ਼ੀਲੈਂਡ ਬੀਟ ਇੰਡੀਆ ਟੈਸਟ ਕਰਕੇ ਅੰਦਰ ਵਿੱਚ ਠੀਕ ਇਹ ਕਰ ਲਿਓ ਤੁਸੀਂ ਹੁਣ ਚਲਦੇ ਹਾਂ ਜੀ ਆਪਾਂ 57 ਨੰਬਰ ਕੁਐਸਚਨ ਤੇ ਪੰਜਾਬ ਦੇ ਕਿਹੜੇ 에ਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਉੱਤੇ ਰੱਖਿਆ ਗਿਆ ਵਾ ਸੋ ਇਹ ਸਾਰਿਆਂ ਨੂੰ ਤੁਹਾਨੂੰ ਆਉਂਦਾ ਹੋਵੇਗਾ ਚੰਡੀਗੜ੍ਹ 에ਰਪੋਰਟ ਆ ਜਿਹੜਾ ਉਹਦਾ ਨਾਮ ਬਦਲ ਕੇ ਭਗਤ ਸ਼ਹੀਦ ਭਗਤ ਸਿੰਘ 에ਰਪੋਰਟ ਚੰਡੀਗੜ੍ਹ 에ਰਪੋਰਟ ਦਾ ਨਾਮ ਰੱਖ ਦਿੱਤਾ ਗਿਆ ਠੀਕ ਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਚੰਡੀਗੜ੍ਹ ਕਿਸ ਭਾਰਤੀ ਫਿਲਮ ਨੂੰ 95ਵੇਂ ਔਸਕਰ ਅਵਾਰਡ ਲਈ ਨੋਮੀਨੇਟ ਕੀਤਾ ਗਿਆ ਜੀ ਠੀਕ ਹੈ ਇਹ ਵੀ ਇੰਪੋਰਟੈਂਟ ਬਣਦਾ ਚੈਲੋ ਸ਼ੋ ਰੌਕਟਰੀ ਬ੍ਰਹਮਸਤ ਬ੍ਰਹਮਾਸਤਰ ਜਾਂ ਕਸ਼ਮੀਰ ਪਰ ਤਾਂ 58 ਦਾ ਸਾਡਾ ਬੰਦਾ ਚੈਲੋ ਸ਼ੋ ਇੱਕ ਗੁਜਰਾਤੀ ਮੂਵੀ ਆ ਜਿਹਨੂੰ ਕਿ ਔਸਕਰ ਲਈ ਅਵਾਰਡ ਮਤਲਬ ਨੋਮੀਨੇਟ ਕੀਤਾ ਗਿਆ ਵਾ ਠੀਕ ਆ ਇਹ ਵੀ ਕਰ ਲਿਓ ਹੁਣ 22 ਦਸੰਬਰ ਨੂੰ ਇੱਕ ਹੋਰ ਨਿਊਜ਼ ਆਈ ਸੀ ਜੀ ਬਹੁਤ ਵੱਡਾ ਦੇਣਾ ਉਹ ਕਹਿੰਦਾ ਜੀ ਇੰਡੀਆ ਲਈ ਕਿਉਂਕਿ ਚਾਰ ਫਿਲਮਾਂ ਸ਼ਾਰਟਲਿਸਟ ਹੋਈਆਂ ਨੋਮੀਨੇਟ ਨੋਮੀਨੇਟ ਅਵਾਰਡ ਨਹੀਂ ਜਿੱਤੇ ਅੱਜ ਠੀਕ ਆ ਅਵਾਰਡ ਜੇ ਹੋਣਗੇ 95 ਤਾਂ ਅਪਕਮਿੰਗ 2023 ਔਸਕਰ ਅਵਾਰਡ ਲਈ ਸ਼ਾਰਟਲਿਸਟ ਜਿਹੜੇ ਚਾਰ ਕੈਟਾਗਰੀ ਦੇ ਵਿੱਚ ਕੀਤਾ ਇੱਕ ਚੈਲੋ ਸ਼ੋ ਆਪਾਂ ਤੁਹਾਨੂੰ ਕਰਾਤਾ ਦਾ ਲਾਸਟ ਫਿਲਮ ਸ਼ੋ 올 दैट 브리드 더 엘리펀트 위스퍼스 ਐਂਡ ਦਾ ਇੱਕ 나투 나투 송 ਨੂੰ ਨੋਮੀਨੇਟ ਕੀਤਾ ਗਿਆ ਜਿਹੜੀ ਕਿ 트리플 ਆਰ ਮੂਵੀ ਆਈ ਸੀ ਹੁਣੇ ਰੀਸੈਂਟਲੀ ਸਾਊਥ ਦੀ ਉਹਦੇ ਠੀਕ ਹੈ ਚਾਰਾਂ ਦੇ ਨਾਮ ਤੁਸੀਂ ਯਾਦ ਕਰ ਲੈਣੇ ਨੇ ਸਕਰੀਨ ਸ਼ਾਟ ਲੈ ਲਓ ਵੀ ਛੱਕੇ ਦਾ ਤੁਹਾਨੂੰ ਇਹਨਾਂ 'ਚ ਕੋਈ ਵੀ ਪੁੱਛਿਆ ਜਾ ਸਕਦਾ ਵਾ 31ਵਾਂ ਵਿਆਸ ਸਨਮਾਨ ਕਿਹਨੂੰ ਦਿੱਤਾ ਗਿਆ ਜੀ ਅਸਕਰ ਵਜਾਹਤ ਨੂੰ ਅਬੀ ਅਬੀਬ ਮਿਰਜ਼ਾ ਨੂੰ ਆਦਰਸ਼ ਕ੍ਰਿਸ਼ਨਨ ਨੂੰ ਜਾਂ ਮਨੋਹਰ ਪਾਂਡੇ ਨੂੰ ਦੈਨ 59 ਦਾ ਸਾਡਾ ਸਹੀ ਆਨਸਰ ਬਣਦਾ ਪਿਆ ਜੀ ਅਸਕਰ ਵਜਾਹਤ ਦੈਨ ਨੈਕਸਟ ਆਪਾਂ ਚੱਲਦੇ ਆਂ ਜੀ ਪ੍ਰੋਜੈਕਟ ਚੀਤਾ ਦੇ ਤਹਿਤ ਆਹ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਾ ਜੀ 8 ਚੀਤੇ ਆਏ ਨੇ ਨੰਬੀਬੀਆ ਤੋਂ ਪ੍ਰੋਜੈਕਟ ਚੀਤਾ ਦੇ ਅੰਦਰ ਉਹ ਕੌਣ ਲੈ ਕੇ ਆ ਜੀ ਵੈਂਕਿਆ ਨਰਦੂ ਅਮਿਤ ਸ਼ਾ ਜਾਂ ਆਪਣੇ ਦ੍ਰੋਪਦੀ ਮੁਰਮੂ ਜਾਂ ਨਰਿੰਦਰ ਮੋਦੀ ਨਰਿੰਦਰ ਮੋਦੀ ਨੇ ਰਿਲੀਜ਼ ਕੀਤੇ ਨੇ ਇਹ ਚੀਤੇ ਠੀਕ ਆ ਸੋ ਇਹ ਕਿੱਥੇ ਆਪਣੇ ਚੀਤੇ ਕੰਨੋ ਨੈਸ਼ਨਲ ਪਾਰਕ ਆ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਕੰਨੋ ਨਾ ਇਹ ਇਹ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਾ ਹੈ ਨੈਸ਼ਨਲ ਪਾਰਕ ਮੱਧ ਪ੍ਰਦੇਸ਼ ਦੇ ਵਿੱਚ ਹੁਣੇ ਰੀਸੈਂਟਲੀ ਆਇਆ ਵਾ ਇਹ ਇੱਕ ਪੇਪਰ ਦੇ ਵਿੱਚ ਦਨ ਕਾਟਮੇ ਨੰਬਰ ਕੁਐਸਚਨ ਦੇ ਉੱਤੇ ਆ ਗਿਆ ਹੈ ਕਹਿੰਦਾ ਜੀ ਕਿਹੜਾ ਦੇਸ਼ ਆ ਵਿੱਚ ਕੰਟਰੀ ਵਿਲ ਹੋਸਟ ਜੀ 20 ਦੀ ਜਿਹੜੀ ਲੀਡਰ ਸਮਿਟ 2023 ਦੀ ਹੋਊਗੀ ਸੋ ਹੁਣ ਦੇਖੋ ਜੀ ਹੁਣੇ 2023 ਦੀ ਲੀਡਰ ਸਮਿਟ ਆਹੇ ਅਲੱਗ-ਅਲੱਗ ਸਮਿਟਸ ਹੁੰਦੀਆਂ ਹੁੰਦੀਆਂ ਨੇ ਇਹ ਸੋ ਇਹ ਲੀਡਰ ਸਮਿਟ 2023 ਦਾ ਆਪਾਂ ਇੰਡੀਆ ਲਾ ਸਕਦੇ ਹਾਂ ਠੀਕ ਹੈ ਕਿਉਂਕਿ ਇੰਡੀਆ ਨੇ ਚੋਣ ਨਹੀਂ ਕਰਿਆ ਸੋ ਇਸ ਕਾਟਮੇ ਦਾ ਆਪਣਾ 61ਸਟ ਦਾ ਆ ਗਿਆ ਜੀ ਆ ਸਾਡਾ ਇੰਡੀਆ ਹੁਣ ਆ ਗਿਆ ਜੀ ਅਸੀਂ ਆ ਦੇਖ ਲਓ ਜੀ ਥੀਮ ਜ਼ਰੂਰ ਕਰ ਲਿਓ ਆ ਦੀ ਜੀ 20 ਪ੍ਰੈਜ਼ੀਡੈਂਸੀ ਦੀ ਹੈਗੀ ਆ ਜੀ ਆਪਣੀ ਵਨ ਅ ਇੱਕ ਮੰਨ ਲੀ ਸੋ 1 ਅਰਥਾ 1 ਫੈਮਿਲੀ 1 ਫਿਊਚਰ ਕਿਹੜੀ ਫੁੱਟਬਾਲ ਟੀਮ ਨੇ ਦੁਰਾਂਡ ਕੱਪ 2 ਦਾ 131 ਮਾ ਐਡੀਸ਼ਨ ਹੋਇਆ ਹੁਣ ਕਿਹਨੇ ਜਿੱਤਿਆ ਜੀ ਇਹ ਜਿੱਤਿਆ ਵਾ ਜੀ ਬੈਂਗਲੌਰ ਐਸਸੀ ਨੇ ਜਿੱਤਿਆ ਵਾ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਵਾ ਬਾੜਨਾ ਇਹਨੇ ਕਿਹਨੂੰ ਹਰਾਇਆ ਇਹਨੇ ਹਰਾਇਆ ਜੀ ਮੁੰਬਈ ਨੂੰ ਮੁੰਬਈ ਨੂੰ ਹਰਾਇਆ ਵਾ ਨੈਕਸਟ ਚੱਲ ਜਾਂ ਜੀ 63ਵੇਂ ਨੰਬਰ ਕੁਐਸਚਨ ਦੇ 63 ਨੰਬਰ ਕੁਐਸਚਨ ਦੇ ਉੱਤੇ ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਯੂ ਐਨ ਹਿਊਮਨ ਰਾਈਟਸ ਦੇ ਨਵੇਂ ਚੀਫ ਕੌਣ ਬਣੇ ਨੇ ਜੀ ਵੋਲਕਰ ਟਰਕ ਠੀਕ ਹੈ ਜੀ ਸੋ ਇਹ ਇਹੀ ਆਨਸਰ ਸਾਡਾ ਬਣਦਾ ਪਿਆ ਜੀ ਵੋਲਕਰ ਟਰਕ ਨੈਕਸਟ ਚੱਲਦੇ ਆਂ ਜੀ 64 ਤੇ ਨੀਤੀਯੋਗ ਨੇ ਕਿਹੜੀ ਮਤਲਬ ਹੈਜ਼ ਡਿਕਲੇਅਰ ਵਿਚ ਡਿਸਟ੍ਰਿਕਟ ਐਡ ਵੈਸਟ ਐਸਪੀ ਰੈਸ਼ਨਲ ਡਿਸਟ੍ਰਿਕਟ ਮਤਲਬ ਵੈਸਟ ਅਭਿਲਾਸ਼ੀ ਜ਼ਿਲ੍ਹਾ ਐਲਾਨਿਆ ਬਹਾਲੀ ਅਯੁੱਧਿਆ ਵਾਰਾਨਸੀ ਜਾਂ ਹਰਦਵਾਰ ਦੈਨ ਇਹ ਬਣਦਾ ਵਾ ਜੀ ਸਾਡਾ ਹਰਿਦਵਾਰ ਨੂੰ ਵੈਸਟ ਅਭਿਲਾਸ਼ੀ ਜ਼ਿਲ੍ਹਾ ਐਲਾਨਿਆ ਗਿਆ ਜੀ ਸੋ ਨੀਤੀਯੋਗ ਨਾਲ ਇੰਪੋਰਟੈਂਟ ਕੁਐਸਚਨ ਬਣਦੇ ਨੇ ਇਹ ਜਿਹੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ ਜੀ ਕਿਹੜੀ ਫਿਲਮਾਂ ਜਿਹਨੂੰ ਕੋਈ ਕਾਮਿਕ ਬੁੱਕ ਸੀਰੀਜ਼ ਲਈ ਅਡਾਪਟ ਕੀਤਾ ਜਾਵੇਗਾ ਖਟਪੁਤਲੀ ਨੂੰ ਭੂਲ ਬਲਈਆ 2 ਨੂੰ ਜਾਂ ਸ਼ਮਸ਼ੇਰਾ ਨੂੰ ਜਾਂ ਬ੍ਰਹਮਾਸਤਰਾ ਨੂੰ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਵੇਗਾ ਆਪਾਂ ਤੁਹਾਨੂੰ ਕਰਵਾਇਆ ਵੀ ਹੋਇਆ 3 ਵਾਰੀ ਕਰਵਾਇਆ ਹੋਇਆ ਭੂਲ ਬਲਈਆ 2 ਨੂੰ ਹਾਲੀ ਦੇ ਵਿੱਚ ਟਵਿੱਟਰ ਦੇ ਉੱਤੇ 50 ਮਿਲੀਅਨਸ ਫੋਲੋਅਰਸ ਵਾਲਾ ਕਿਹੜਾ ਕ੍ਰਿਕਟਰ ਬਣ ਗਿਆ ਰਿਸ਼ਭ ਪੰਦ ਮਹਿੰਦਰ ਸਿੰਘ ਧੋਨੀ ਵਿਰਾਟ ਕੋਹਲੀ ਜਾਂ ਯੁਵਰਾਜ ਸਿੰਘ ਸ਼ਾਰਦ ਦਾ ਸਾਡਾ ਸਹੀ ਆਨਸਰ ਬਣਦਾ ਪਿਆ ਜੀ ਵਿਰਾਟ ਕੋਹਲੀ ਪਹਿਲੇ ਕ੍ਰਿਕਟਰ ਬਣੇ ਨੇ ਜਿਹੜੇ ਕਿ 50 ਮਿਲੀਅਨਸ ਫੋਲੋਅਰਸ ਹੋ ਗਏ ਇਹਨਾਂ ਦੇ ਟਵਿੱਟਰ ਦੇ ਉੱਤੇ ਅਕੋਰਡਿੰਗ ਟੂ ਦਾ ਫੋਰਚੂਨ ਇੰਡੀਆ ਲਿਸਟ 2022 ਦੇ ਵਿੱਚ ਹੂ ਇਜ਼ ਦਾ richest man of the india ਸ਼ਾਹਪੂਰ ਮਿਸਤਰੀ ਆਪਣੇ ਮੁਕੇਸ਼ ਸ਼ੰਭਾਨੀ ਗੌਤਮ ਅਡਾਨੀ ਜਾਂ ਅਜ਼ੀਮ ਪ੍ਰਮੀਜ਼ ਫੋਰਚੂਨ ਦੀ ਜਿਹੜੀ ਲਿਸਟ ਜਾਰੀ ਹੋਈ ਆ ਇਹਦੇ ਵਿੱਚ ਸਾਡੇ ਗੌਤਮ ਅਡਾਨੀ ਆਪਣੇ richest man of the india ਬਣੇ ਨੇ which country is a longest serving monarch ਆਪਣੀ ਕਿਉਨ ਐਲੀਜ਼ਾਬੈਥ 2 ਦਾ ਦੇਹਾਂਤ ਹੋਇਆ ਵਾ ਜੀ ਕਿੱਥੋਂ ਦੇ ਸੀ ਜੀ ਇਹ ਬ੍ਰਿਟੇਨ ਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜੀ ਹੈ ਕਿਹੜੀ ਸਕੀਮ ਅਨਾਉਂਸ ਕੀਤੀ ਆ ਪ੍ਰਾਈਮ ਮਿਨਿਸਟਰ ਨਰਿੰਦਰ ਸਿੰਘ ਮੋਦੀ ਨੇ ਸੌਰੀ ਨਰਿੰਦਰ ਮੋਦੀ ਨੇ ਜਿਨੇ ਓਕੇਸ਼ਨ ਆਫ ਦਾ ਨੈਸ਼ਨਲ ਟੀਚਰਸ ਡੇ ਦੇ ਉੱਤੇ ਪੀਐਮ ਪੜਾਓ ਯੋਜਨਾ ਪੀਐਮ ਗ੍ਰਿਜ ਯੋਜਨਾ ਪੀਐਮ ਗਤੀ ਯੋਜਨਾ ਪੀਐਮ ਸ਼੍ਰੀ ਯੋਜਨਾ ਜੀ ਸੋ ਜੀ ਪਹਿਲੀ ਗੱਲ ਤਾਂ ਤੁਹਾਨੂੰ ਨੈਸ਼ਨਲ ਟੀਚਰਸ ਡੇ ਪਤਾ ਹੋਣਾ ਚਾਹੀਦਾ ਕਿ ਡਾਕਟਰ ਐਸ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਉੱਤੇ ਮਨਾਇਆ ਜਾਂਦਾ ਵਾ ਦਨ ਪੀ ਐਮ ਸ਼੍ਰੀ ਯੋਜਨਾ ਹੁਣ ਤੁਸੀਂ ਦੱਸਣਾ ਕਿ ਇਸ ਰਾਧਾਕ੍ਰਿਸ਼ਨਨ ਨੇ ਆਪਣੇ ਪਹਿਲੇ ਕੀ ਸੀ ਕੀ ਇਹ ਵਾਈਸ ਪ੍ਰੈਜ਼ੀਡੈਂਟ ਸੀ ਕੀ ਇਹ ਪ੍ਰੀਮਿੰਿਸਟਰ ਸੀ ਜਾਂ ਪ੍ਰੈਜ਼ੀਡੈਂਟ ਸੀ ਸੋ ਤੁਸੀਂ ਇਹਦਾ ਆਨਸਰ ਦੇਣਾ ਨੈਕਸਟ ਚੱਲਦੇ ਹਾਂ ਜੀ ਸਾਡਾ ਹੂ ਹੈਜ਼ ਬੀਨ ਅਪੋਇੰਟਡ ਐਸ ਦਾ ਨਿਊ ਸੀਈਓ ਆਫ ਸੰਸਦ ਟੀਵੀ ਸੰਸਦ ਟੀਵੀ ਦੇ ਨਵੇਂ ਸੀਈਓ ਕੌਣ ਬਣੇ ਨੇ ਜੀ ਇਹ ਬਣੇ ਨੇ ਜੀ ਆਪਣੇ ਉਤਪਲ ਕੁਮਾਰ ਸਿੰਘ ਕਿਹੜਾ ਦੇਸ਼ ਜਾਂ ਯੂਟੀ ਆ ਜਿਹੜਾ ਪਹਿੜਾ ਕੇ ਪਹਿਲਾ ਪੁਲਿਸ ਫੋਰਸ ਬਣ ਗਿਆ ਹੋਇਆ ਵਾ ਜਿਨੇ ਕੇ 6 ਸਾਲ ਤੋਂ ਵੱਧ ਸਜ਼ਾ ਵਾਲੇ ਅਪਰਾਧਾਂ ਵਿੱਚ ਫੋਰੈਂਸਿਕ ਸਬੂਤ ਇਕੱਠੇ ਕਰਨਾ ਲਾਜ਼ਮੀ ਬਣਾ ਦਿੱਤਾ ਗਿਆ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਦਿੱਲੀ ਜਾਂ ਮਹਾਰਾਸ਼ਟਰ 71 ਦਾ ਸਾਡਾ ਆਨਸਰ ਬਣ ਰਿਹਾ ਜੀ ਦਿੱਲੀ ਦੀ ਜਿਹੜੀ ਪੁਲਿਸ ਨੇ ਇਹ ਬਣਾ ਦਿੱਤਾ ਹੋਇਆ ਵਾ ਪੁਲਿਸ ਫੋਰਸ ਨੇ ਪਾ ਇੰਡੀਆ ਦਾ ਪਹਿਲਾ ਨਾਈਟ ਸਕਾਈ ਸੈਂਚਰੀ ਆ ਜਿਹੜਾ ਉਹ ਕਿਹੜੀ ਸਟੇਟ ਜਾਂ ਯੂਟੀ ਦੇ ਵਿੱਚ ਆਏਗਾ ਸਿਕਮ ਦੇ ਵਿੱਚ ਲਦਾਖ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਂ ਮਹਗਾਲਿਆ ਦੇ ਵਿੱਚ ਤਾਂ ਇੰਡੀਆ ਦਾ ਜਿਹੜਾ ਪਹਿਲਾ ਨਾਈਟ ਸਕਾਈ ਸੈਂਚਰੀ ਆ ਇਹ ਸਾਡਾ ਲਦਾਖ ਦੇ ਵਿੱਚ ਹੋਏਗਾ ਨੈਕਸਟ ਚਲਦੇ ਆਂ ਜੀ ਆਈਐਨਐਸ ਵਿਕਰਾਂਤ ਇੰਡੀਆ ਦਾ ਫਰਸਟ ਹੋਮ ਬਿਲਟ 에ਅਰ ਕ੍ਰਾਫਟ ਆ ਜਿਹੜਾ ਉਹਨੂੰ ਕਮਿਸ਼ਨ ਕੀਤਾ ਵਾ ਕਿਹੜੇ ਸ਼ਿਪਯਾਰਡ ਦੇ ਉਤੇ ਗੁਆ ਕੋਚਿੰਗ ਗੁਆ ਜਾਂ ਗੁਆ ਦੋ ਵਾਰੀ ਆ ਗਿਆ ਜੀ ਸੋ ਇਹਦਾ ਬਿਲਕੁਲ ਸਹੀ ਸਾਡਾ ਆਨਸਰ ਬਣਦਾ ਪਿਆ ਕੋਚਿੰਗ ਸ਼ਿਪਯਾਰਡ ਲਿਮਟਿਡ ਦੇ ਵਿੱਚ 73rd ਦਾ ਸਾਡਾ ਕੀ ਬਣਦਾ ਪਿਆ ਜੀ ਵੀ ਅਨਸਰ ਬਣਦਾ ਪਿਆ ਵਾ ਜੀ ਪ੍ਰਮਾਣ ਨਾਸ਼ਨ ਨਰਿੰਦਰ ਮੋਦੀ ਨੇ ਇਹਨੂੰ ਹੋ ਕੀਤਾ ਵਾ ਗ੍ਰੈਂਡ ਸਰਮਨੀ ਕੀਤੀ ਸੀ ਇਹਦੀ ਕੋਚਿੰਗਸ਼ਿਪ ਚਾਰਟ ਦਾ ਕਿਹੜਾ ਦੇਸ਼ ਆ ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਿਆ ਵਾ 2022 ਦੇ ਰਸ਼ੀਆ ਇੰਡੀਆ ਜਾਪਾਨ ਜਾਂ ਫਰਾਂਸ ਬਿਲਕੁਲ ਸਹੀ ਜੀ ਇੰਡੀਆ ਆਪਣਾ ਇੰਡੀਆ ਦੀ ਪੰਜਵੀਂ ਲਾਰਜੈਸਟ ਇਕਨੋਮੀ ਬਣ ਚੁੱਕਿਆ ਵਾ ਤੇ ਪਹਿਲੇ ਨੰਬਰ ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿਹੜੀ ਆ ਜੀ ਯੂ ਐਸ ਏ ਨੈਕਸਟ ਚੱਲਦੇ ਆ ਜੀ ਆਪਾਂ 67 ਜਿਹੜਾ ਫਿਲਮ ਫੇਅਰ ਅਵਾਰਡ ਹੋਇਆ ਵਾ 2022 ਦਾ ਉਹਦੇ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਹਨੂੰ ਮਿਲਿਆ ਸ਼ਤਰੂਗਦਰਨ सिन्हा ਅਮਿਤਾਭਚਨ ਸੁਭਾਸ਼ ਗਈ ਜਾਂ ਅਨੁਰਾਗ ਕਸ਼ਯਪ ਨੂੰ ਤਾਂ ਆ ਸੁਭਾਸ਼ ਗਈ ਆ ਜਿਹੜੇ ਇਹਨਾਂ ਨੂੰ 67th ਫਿਲਮ ਫੇਅਰ ਅਵਾਰਡ 2022 ਦੇ ਨਾਮ ਮੱਝੇਗਾ ਬਹੁਤ ਸਾਰੇ ਬੱਚੇ ਇਹਨੂੰ ਨੈਸ਼ਨਲ ਅਵਾਰਡ ਜਿਹੜੇ ਆਪਣੇ ਦੂਸਰੇ 68th ਨੈਸ਼ਨਲ ਅਵਾਰਡ ਹੋਏ ਸੀ ਉਹਦੇ ਨਾਲ ਕੰਪੇਅਰ ਕਰਦੇ ਨੇ ਉਹ ਅਲੱਗ ਨੇ ਇਹ ਫਿਲਮ ਫੇਅਰ ਅਵਾਰਡ ਨੇ ਠੀਕ ਹੈ ਸੋ ਇਹਦੇ ਵਿੱਚ ਹੋਣਾ ਹੋਇਆ ਕਨਫਿਊਜ਼ ਨਾ ਹੋਇਆ ਬੈਸਟ ਫਿਲਮ ਇਹਦੇ ਵਿੱਚ ਛੇੜਛਾ ਰਹੀ ਸੀ ਬੈਸਟ ਫਿਲ ਸ਼ੇਰ ਸ਼ਾ ਰਹੀ ਸੀ ਠੀਕ ਆ ਫਿਲਮ ਫੇਅਰ ਆਹੇ ਨਾ ਕਿ ਨੈਸ਼ਨਲ ਅਵਾਰਡ ਦੂਜਾ ਤੇ ਦੇਖ ਲਓ ਜੀ ਇੱਕ ਵਾਰ ਤੁਹਾਡੀ ਰਿਵੀਜ਼ਨ ਕਰਵਾ ਦਿੰਨੇ ਆ ਮੁੰਬਈ ਦੇ ਵਿੱਚ ਉਹ ਹੈ ザ ਬੈਸਟ ਫਿਲਮ ਸ਼ੇਰ ਸ਼ਾ ਬੈਸਟ ਐਕਟਰ ਰਣਵੀਰ ਸਿੰਘ ਕ੍ਰਿਤੀ ਸਨਨ ਆਪਣੇ ਬੈਸਟ ਐਕਟ੍ਰੈਸ ਬੈਸਟ ਡਾਇਰੈਕਟਰ ਵਿਸ਼ਨੂ ਵਰਦਾਨ ਬਸ ਇੱਥੇ ਤੱਕ ਕਰ ਲਓ ਹੋਰ ਨਿਕਲਦੇ ਲੋ ਤੇ ਨੈਕਸਟ ਆਪਣਾ ਆ ਗਿਆ ਜੀ ਵਾਟ ਇਜ਼ ਦਾ ਨੇਮ ਆਫ ਦਾ ਇੰਡੀਆਜ਼ ਫਰਸਟ ਟੀਚਿੰਗ ਤਾਂ ਜੀ 75 ਕੁਐਸਚਨ ਹੋ ਗਿਆ ਅੱਧੇ ਕੁਐਸਚਨ ਆਪਾਂ ਕਰ ਲਏ ਹੋਏ ਆ ਅੱਧੇ ਕੁਐਸਚਨ ਆਪਣੇ 50% ਆਪਣੇ ਕੁਐਸਚਨ ਰਹਿ ਗਏ ਹੋਏ ਆ ਵਾਟ ਇਜ਼ ਦਾ ਨੇਮ ਆਫ ਦਾ ਇੰਡੀਆਜ਼ ਫਰਸਟ ਟੀਚਿੰਗ ਰੋਬੋਟ ਇੰਟਰਡਿਊਸਡ ਬਾਈ ਇੰਡਸ ਇੰਟਰਨੈਸ਼ਨਲ ਸਕੂਲ ਕਾਈਟ ਰੋਬੋਟ ਸਪੈਰੋ ਰੋਬੋਟ ਈਗਲ ਰੋਬੋਟ ਜਾਂ ਟੈਕਰ ਰੋਬੋਟ 76 ਦਾ ਸਾਡਾ ਆਨਸਰ ਬਣਦਾ ਪਿਆ ਜੀ ਈਗਲ ਰੋਬੋਟ ਫਰਸਟ ਟੀਚਿੰਗ ਰੋਬੋਟ ਇੰਟਰਡਿਊਸ ਕੀਤਾ ਵਾ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਡਾਇਰੈਕਟਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਜੀ ਸ਼ਵੇਤਾ ਸਿੰਘ ਰਵੀ ਕੁਮਾਰ ਨੂੰ ਰੂਚੀ ਮਿਸ਼ਰਾ ਨੂੰ ਜਾਂ ਮਧੁਕਰ ਬਾਟਨ এসএসসি ਸੀਜੀਐਲ ਜਾਂ ਸੀਐਚਐਸਐਲ ਦੇ ਵਿੱਚ ਰੀਸੈਂਟਲੀ ਇਹ ਕੁਐਸਚਨ ਪੁੱਛਿਆ ਗਿਆ ਸੀ ਜੀ ਸ਼ਵੇਤਾ ਸਿੰਘ ਨੂੰ ਪੀਐਮਓ ਆਫਿਸ ਦੇ ਨਵੇਂ ਡਾਇਰੈਕਟਰ ਵਜੋਂ ਅਪਾਇੰਟ ਕੀਤਾ ਗਿਆ ਜੀ ਨੈਕਸਟ ਚੱਲਦੇ ਹਾਂ 78 ਨੰਬਰ ਕੁਐਸਚਨ ਦਾ ਇੰਡੀਆ ਦਾ ਇਹ ਪਹਿਲ ਦਾ 14ਵਾਂ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਕੌਣ ਬਣਿਆ ਜੀ ਜਗਦੀਪ ਦਾਨਕਰ ਨਾਲ ਨਾਲਿਨ ਨੇਗੀ ਜਾਂ ਮਿਸ ਮਾਰਗਰਟ ਆਵਟਾ ਜਾਂ ਐਮ ਬੈਂਕਿਆ ਨਾਇਡੂ ਤਾਂ ਜਗਦੀਪ ਦਾਨਕਰ 14ਵਾਂ ਵਾਈਸ ਪ੍ਰੈਜ਼ੀਡੈਂਟ ਬਣੇ ਰਿਪਲੇਸ ਕਿਹਨੂੰ ਕੀਤਾ ਇਹਨਾਂ ਨੇ ਐਮ ਬੈਂਕਿਆ ਨਾਇਡੂ ਨੂੰ 78 ਕੁਐਸਚਨ ਸਾਡੇ ਹੋ ਗਏ ਹੋਏ ਨੇ ਜੀ 79th ਕੁਐਸਚਨ ਦੇ ਉੱਤੇ ਆਪਾਂ ਗਾ ਰਾਸ਼ਟ ਮੰਡਲ ਖੇਡਾਂ ਦੇ ਵਿੱਚ ਇੰਡੀਆ ਨੇ ਆਪਾਂ ਸਾਰਿਆਂ ਨੂੰ ਪਤਾ ਕਿ 22 ਸੋਨੇ ਦੇ 골ਡ ਮੈਡਲ ਜਿੱਤੇ ਨੇ ਠੀਕ ਆ 16 ਸਿਲਵਰ ਜਿੱਤੇ ਨੇ 23 ব্রোঞ্জ ਜਿੱਤੇ ਤਾਂ ਇੰਡੀਆ ਦਾ ਉਹ ਕਿੰਨਾ ਰਿਹਾ ਵਾ ਦੇਖੋ ਜੀ ਇਹ ਕੁਐਸਚਨ ਵੀ ਪੇਪਰ 'ਚ ਆ ਚੁੱਕਾ ਹੈ ਪੀਟਰ ਪਲੱਸ ਵੀ ਦੇ ਹੀ 2022 ਦੇ ਇੱਕ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਾ ਹੈ ਪਹਿਲਾ ਦੂਜਾ ਤੀਜਾ ਜਾਂ ਚੌਥਾ ਤਾਂ ਚੌਥਾ ਰੈਂਕ ਰਿਹਾ ਵਾ ਇੰਡੀਆ ਦਾ ਤਾਂ 79th ਕੁਐਸਚਨ ਵੀ ਇਹ ਬਹੁਤ ਇੰਪੋਰਟੈਂਟ ਮੰਨਦਾ ਵਾ ਜੀ ਪਹਿਲਾ ਐਡੀਸ਼ਨ ਜਿਹੜਾ ਊਮੈਨਸ ਇੰਡੀਅਨ ਪ੍ਰੀਮੀਅਰ ਲੀਗ ਦਾ ਪਦੋਂ ਤੋਂ ਸਟਾਰਟ ਹੋਵੇਗਾ 2022 23 24 ਜਾਂ 23 ਤੋਂ ਹੋਵੇਗਾ ਇਹ 202 82 ਨੰਬਰ ਕੁਐਸਚਨ ਦੇ ਉੱਤੇ ਆਪਾਂ ਚੱਲਦੇ ਹਾਂ ਜੀ ਹੁਣ ਦੁਨੀਆ ਦਾ ਸਭ ਤੋਂ ਉੱਚਾ ਸਿੰਗਲ ਆਰਕ ਰੇਲਵੇ ਬ੍ਰਿਜ ਜਿਹੜਾ ਵਾ ਸਿੰਗਲ ਆਰਕ ਰੇਲਵੇ ਬ੍ਰਿਜ ਕਿਸ ਨਦੀ ਤੇ ਬਣਾਇਆ ਜਾ ਰਿਹਾ ਚਨਾਬ ਜੇਹਲਮ ਗੰਗਾ ਜਾਂ ਸਤਲੁਜ ਤਾਂ 80% ਦਾ ਸਾਡਾ ਸਹੀ ਆਨਸਰ ਬਣ ਰਿਹਾ ਜੀ ਚਨਾਬ ਰਿਵਰ ਤੇ ਉਹਨੇ ਰੀਸੈਂਟਲੀ ਸਬ ਇੰਸਪੈਕਟਰ ਜਾਂ ਹੈੱਡ ਕਨਸਟੇਬਲ ਦਾ ਪੇਪਰ ਹੋਇਆ ਸੀ ਪੰਜਾਬ ਪੁਲਿਸ ਦਾ ਜਿਹੜਾ ਕਿ ਰੀਕੰਡਕਟ ਪੇਪਰ ਹੋਇਆ ਸੀ 2022 ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਸਿੰਗਲ ਆਰਕ ਰੇਲਵੇ ਪ੍ਰੋਜੈਕਟ ਦੀ ਇਹਦੀ ਹਾਈਟ ਪੁੱਛ ਲਈ ਸੀ ਹਾਈਟ ਕਿੰਨੀ ਸੀ ਜੀ 359 ਮੀਟਰ ਹਾਈਟ 359 ਮੀਟਰ ਇਹ ਵੀ ਯਾਦ ਕਰ ਲਓ ਠੀਕ ਹੈ ਜੀ ਸਾਹ ਲਿਖਿਆ ਹੋਇਆ ਆਪਣਾ 359 ਮੀਟਰ ਆਪਣਾ 1178 ਬੇਟਾ ਬੋਪਾ ਜੰਮੂ ਐਂਡ ਕਸ਼ਮੀਰ ਚ ਕਿਹੜਾ ਰਾਜ ਆ ਜਿਹੜਾ ਦੇਸ਼ ਦਾ ਪਹਿਲਾ ਹਰਕਰ ਜਲ ਫਸਟ ਜਿੱਥੇ ਤੁਹਾਨੂੰ ਫਸਟ ਲਿਖਿਆ ਆ ਗਿਆ ਫਸਟ ਹਰਕਰ ਜਲ ਡਿਸਟ੍ਰਿਕਟ ਕੌਣ ਬਣਿਆ ਸਟੇਟ ਕਿਹੜੀ ਬਣੀਆ ਗੋਆ ਬਣੀਆ ਕਨਫਿਊਜ਼ ਨਹੀਂ ਹੋਣਾ ਠੀਕ ਹੈ ਹੋਰ ਵੀ ਹੁਣ ਬਾਕੀ ਬਣ ਰਹੀਆਂ ਨੇ ਬਟ ਇੱਕ ਨੰਬਰ ਦੇ ਉੱਤੇ ਫਸਟ ਹੀ ਜ਼ਿਆਦਾਤਰ ਉਹ ਪੁੱਛੀ ਜਾਊਗੀ ਤਾਂ ਗੋਆ ਲਾਉਣਾ ਕਿਹੜੇ ਅੰਤਰਰਾਸ਼ਟਰੀ ਦੁਵਾਰਾ ਆ ਗਿਆ ਜੀ ਅੰਤਰਰਾਸ਼ਟਰੀ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਉੱਤੇ ਚੰਡੀਗੜ੍ਹ ਇੰ ਸਤਾਰ ਮਾ ਜਿਹੜਾ ਪ੍ਰਵਾਸੀ ਭਾਰਤੀ ਦਿਵਸ ਆ 9 ਜਨਵਰੀ 2023 ਨੂੰ ਕਿਹੜੇ ਸ਼ਹਿਰ ਦੇ ਵਿੱਚ ਆਯੋਜਿਤ ਕੀਤਾ ਜਾਏਗਾ Indore ਦੇ ਵਿੱਚ Bhopal ਦੇ ਵਿੱਚ Rewa ਦੇ ਵਿੱਚ ਜਾਂ Gwalior ਦੇ ਵਿੱਚ 84th ਦਾ ਸਾਡਾ ਸਹੀ ਆਨਸਰ Indore ਬੰਦਿਆ ਜੀ 9 ਜਨਵਰੀ 2023 ਨੂੰ ਹੈਲਡ ਕੀਤਾ ਜਾਏਗਾ 17th ਪ੍ਰਵਾਸੀ ਭਾਰਤੀ ਦਿਵਸ ਨੈਕਸਟ ਚੱਲਦੇ ਆ ਜੀ ਮੱਧ ਪ੍ਰਦੇਸ਼ ਦੇ ਵਿੱਚ ਆ ਜੀ ਠੀਕ ਆ ਜੀ Indore ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਮੀ巴巴 ਕੈਂਸਰ ਹਸਪੀਟਲ ਦਾ ਉਦਘਾਟਨ ਕਿੱਥੇ ਕੀਤਾ ਜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਣਾਟਕਾ ਦੇ ਵਿੱਚ ਜਾਂ ਖੇਡ ਲਖਦੇ ਵਿੱਚ ਹੋਮੀ ਬਾਬਾ ਕੈਂਸਰ ਹਸਪੀਟਲ ਦਾ ਜਿਹੜਾ ਉਹ ਕੀਤਾ ਗਿਆ ਕਿੱਥੇ ਕੀਤਾ ਗਿਆ ਜੀ ਪੰਜਾਬ ਦੇ ਵਿੱਚ ਕੀਤਾ ਗਿਆ। ਤਾਂ ਜੀ ਹੋਮੀ ਜੇਕਰ ਆਪਾਂ ਪੇਪਰ ਦੇ ਵਿੱਚ ਨਾ ਇੱਕ ਕੁਐਸਚਨ ਆਇਆ ਜੇ ਫਾਦਰ ਆਫ ਦਾ ਇੰਡੀਅਨ ਨਿਊਕਲੀਅਰ ਪ੍ਰੋਗਰਾਮ ਕੌਣ ਬਣੇ ਨੇ ਜੀ ਹੋਮੀ ਜਹਾਂਗੀਰ ਬਾਬਾ ਠੀਕ ਹੈ ਮੋਹਾਲੀ ਦੇ ਵਿੱਚ ਕੀਤਾ ਹੈ। ਇਹ ਕੁਐਸਚਨ ਆ ਚੁੱਕਿਆ ਜੀ ਪੀਟਰ ਪਲਸ ਵੀ ਦੇ ਕਿ ਫਾਦਰ ਆਫ ਦਾ ਇੰਡੀਆਸ ਦਾ ਨਿਊਕਲੀਅਰ ਪ੍ਰੋਗਰਾਮ ਕੌਣ ਹੈ? ਕਿਹੜਾ ਦੇਸ਼ 1 ਦਸੰਬਰ 2022 ਤੋਂ 30 ਨਵੰਬਰ 2023 ਤੱਕ G20 ਦੀ ਪ੍ਰਧਾਨਗੀ ਕਰੇਗਾ ਇਹ ਤੁਹਾਨੂੰ ਕੁਐਸਚਨ ਆਉਣਾ ਹੀ ਆਉਣਾ ਵਾ ਇੱਕ ਵਾਰੀ ਆ ਵੀ ਚੁੱਕਿਆ ਛੇਦੇ ਇੰਡੀਆ 31 ਮਾ ਜਿਹੜਾ ਵਿਆਸ ਸਨਮਾਨ ਆ ਉਹ ਕਹਿੰਦੇ ਜੀ ਕਿਨੂੰ ਮਿਲਿਆ ਜੀ ਡਾਕਟਰ ਅਸਕਰ ਵਜਾਹਤ ਨੂੰ ਮਿਲਿਆ ਸੋ ਇਹ ਰਿਪੀਟ ਹੋ ਗਿਆ ਜੀ ਕੁਐਸਚਨ ਦੋ ਕੋ ਦੋ ਕੁਐਸਚਨ ਆਪਣੇ ਰਿਪੀਟ ਹੋ ਗਏ ਵਾ ਤਾਂ ਜੀ ਡੀਆਰਡੀਓ ਦੇ ਨਵੇਂ ਚੇਅਰਮੈਨ ਵਜੋਂ ਕਿਨੂੰ ਨਿਯੁਕਤ ਕੀਤਾ ਗਿਆ ਜੀ ਡਾਕਟਰ ਸਮੀਰ ਵੀਕਵਤ ਡਾਕਟਰ ਪ੍ਰਵੀਨ ਕੇ ਮਹਿਤਾ ਡਾਕਟਰ ਸਤੀਸ਼ ਰੈਡੀ ਡਾਕਟਰ ਸਮੀਰ ਕੇਵਲ ਕਾਬਤ ਜਿਹੜੇ ਨੇ ਆਪਣੇ ਡੀਆਰਡੀਓ ਦੇ ਨਵੇਂ ਜੀ ਕਿਹੜਾ ਖਿਡਾਰੀ ਹਰੇਕ ਫਾਰਮੈਟ ਦੇ ਵਿੱਚ 100 ਇੰਟਰਨੈਸ਼ਨਲ ਮੈਚਸ ਖੇਡ ਚੁੱਕਿਆ ਵਾ ਈਚ ਫਾਰਮੈਟ ਦੇ ਵਿੱਚ ਮਤਲਬ ਟੈਸਟ ਦੇ ਵਿੱਚ ਵੀ ਈਚ ਫਾਰਮੈਟ ਟੈਸਟ ਕਿਉਂਕਿ ਤਿੰਨ ਫਾਰਮੈਟ ਹੁੰਦੇ ਨੇ T20 ਤੇ 1 ਡੇ ਇੰਟਰਨੈਸ਼ਨਲ ਦੇ ਵਿੱਚ ਰੋਹਿਤ ਸ਼ਰਮਾ ਵਿਰਾਟ ਕੋਹਲੀ ਰਿਸ਼ਭ ਪੰਦ ਜਾਂ ਜਸਪ੍ਰੀਤ ਬੁਮਰਾ ਵਿਰਾਟ ਕੋਹਲੀ ਨੇ ਜਿਹੜੇ ਕਿ ਪਹਿਲੇ ਇੰਡੀਅਨ ਪਲੇਅਰ ਬਣਨੇ ਹਨ ਜਿਨੇ ਕਿ 100 ਇੰਟਰਨੈਸ਼ਨਲ ਮੈਚਸ ਖੇਡੇ ਨੇ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਾਵਰ ਪਲਾਂਟ ਕਿਹੜੀ ਥਾਂ ਤੇ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਇਹ ਬਣਾ ਰਮਾ ਗੁੰਡਮ ਦੇ ਬੱਚੇ ਇਹ ਆਪਣਾ ਆਨਸਰ ਬਿਲਕੁਲ ਸਹੀ ਬਣੇਗਾ ਜੀ ਇਹਦਾ ਤੇਲਿਗਾਨਾ ਦੇ ਵਿੱਚ ਹੈ ਜੀ ਕਿਸ ਭਾਰਤੀ ਬਨੇਤਰੀ ਅਤੇ ਅਦਾਕਾਰ ਨੂੰ ਔਸਕਰ ਅਕੈਡਮੀ ਅਵਾਰਡ 2022 ਦੀ ਗੱਲ ਹੋ ਰਹੀ ਹੈ ਠੀਕ ਹੈ 2023 ਦਾ ਜੇ ਹੋਣਾ ਵਾ 2022 ਦੀ ਕਲਾਸ ਮੈਂਬਰ ਬਣਨ ਦਾ ਮੌਕਾ ਮਿਲਿਆ ਤੇ ਕਾਜਲ ਤੇ ਸੂਰਿਆ ਨੂੰ ਮਿਲਿਆ ਵਾ ਜੀ ਵਾਨਮੇ ਨੰਬਰ ਕੁਐਸਚਨ ਦਿੱਤੇ ਹਾਲੀ ਦੇ ਵਿੱਚ ਕਿਸ ਭਾਰਤੀ ਕ੍ਰਿਕਟ ਖਿਡਾਰੀ ਨੇ ਭਾਰਤੀ ਖਿਡਾਰੀ ਨੇ ਟੈਸਟ ਕ੍ਰਿਕਟ ਦੇ 1 ਓਵਰ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ ਬਣਾਇਆ ਦਾ ਨਾਮ ਜਸਪ੍ਰੀਤ ਬੁਮਰਾ ਰੋਹਿਤ ਸ਼ਰਮਾ ਕੇਐਲ ਰਾਹੁਲ ਜਾਂ ਹਰਦਿਕ ਬਾਨ ਟੈਸਟ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਇੰਡੀਆ ਦੇ ਫਾਸਟ ਬੋਲਰ ਜਸਪ੍ਰੀਤ ਬੁਮਰਾ ਦੇ ਨਾਮ ਤੇ ਹੈ 93 ਦੇ ਉੱਤੇ ਆ ਗਿਆ ਜੀ ਹੂ ਅਮੋਂਗ ਦਾ ਫੋਲੋਇੰਗ ਇਜ਼ ਦਾ ਫਾਦਰ ਆਫ ਦਾ ਇੰਡੀਅਨ ਇੰਟਰਨੈਟ ਪਾਸਡ ਅਵੇ ਬਰਜਿੰਦਰ ਕੇ ਸੰਘਿਆਲ ਸੁਖਵਿੰਦਰ ਵਿਸ਼ਨੋਈ ਰਜਿੰਦਰ ਨਾਗਰ ਕੀ ਇਹਦਾ ਆਨਸਰ ਬਣੇਗਾ ਜੀ 93 ਦਾ ਸਾਡਾ ਸਹੀ ਆਉਂਦਾ ਬਰਜਿੰਦਰ ਕੇ ਸੰਘਿਆਲ 94 ਨੰਬਰ ਤੇ ਆਗੇ ਜੀ ਆਪਾਂ ਹੁਣ ਆ ਸਾਰੇ ਯਾਦ ਰੱਖਣਾ ਫਾਦਰ ਆਫ ਸਟੈਟਿਸਟਿਕਸ ਐਬੀ ਪੀਸੀ ਮੋਹਨਾ ਇਸ ਐਬੀ ਬਹੁਤ ਮਹੰਦ ਦਾ ਪੀਐਸਸੀਓ ਦੇ ਕੇ ਕ੍ਰਿਸ਼ਨਾ ਮੂਰਤੀ ਇੰਡੀਅਨ ਇੰਟਰਨੈਟ ਆਪਾਂ ਤੁਹਾਨੂੰ ਕਰਵਾਤਾ ਹੋਇਆ ਹੈ ਗ੍ਰੀਨ ਰੈਗੂਲੇਸ਼ਨ ਇੰਡੀਆ ਦੇ ਐਮਐਸ ਸੁਆਮੀਨਾਥਨ ਜਿਹੜਾ ਵਰਲਡ ਦੇ ਪੁੱਛਿਆ ਜਾਂਦਾ ਨੋਰਮਨ ਵਾਰਲਿੰਗ ਇਹ ਵੀ ਯਾਦ ਰੱਖਣਾ ਬਹੁਤ ਵਾਰੀ ਆਪਾਂ ਤੁਹਾਨੂੰ ਕਰਵਾਇਆ ਹੋਇਆ ਹਾਂ ਤੇ ਫਾਦਰ ਆਫ ਦਾ ਵਾਈਟ ਰੈਵੋਲੂਸ਼ਨ ਵਾਈ ਵਰਗਿਸ ਕਰੀਆ ਜੈਂਡਰ ਗ੍ਰੋਪ ਜਿਹੜੀ ਜੈਂਡਰ ਗੈਪ ਰਿਪੋਰਟ ਜਾਰੀ ਹੋਈ ਆ ਉਹਦੇ ਵਿੱਚ ਇੰਡੀਆ ਦੀ ਜਿਹੜੀ ਪੋਜੀਸ਼ਨ ਦੱਸੋ ਜੀ ਕਿਹੜੀ ਆ 131 140 134 ਜਾਂ 135 ਤਾਂ 94 ਤਾਂ ਸਾਡਾ ਸਹੀ ਆਨਸਰ ਬੰਦਾ ਜੀ 135 ਨੰਬਰ ਦੇ ਉੱਤੇ ਰਿਹਾ ਆ ਇੰਡੀਆ ਨੰਬਰ ਬੰਤੇ ਆਈਸਲੈਂਡ ਆ ਕਿਹੜਾ ਸ਼ਹਿਰ ਆ ਵਿੱਚ ਸਿਟੀ ਵਿਲ ਹੋਸਦਾ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2022 ਦਿੱਲੀ ਵਿਜ਼ਿੰਗ ਟੋਕੀਓ ਜਾਂ ਲੰਡਨ 95 ਦਾ ਸਹੀ ਜਵਾਬ ਮੰਨਦਾ ਹੈ ਟੋਕੀਓ ਕਰੇਗਾ ਜੀ वर्ल्ड ਐਥਲੈਟਿਕਸ ਚੈਂਪੀਅਨਸ਼ਿਪ 2025 2022 ਦੀ ਜੇਕਰ ਪੁੱਛਿਆ ਜਾਵੇ ਤਾਂ ਯੂ ਐਸ اے ਚ ਹੋਈ ਹੈ 2023 ਦੀ ਅੰਗਰੀ ਦੇ ਵਿੱਚ ਤੇ 2025 ਦੀ ਟੋਕੀਓ ਚ ਜਪਾਨ ਦੇ ਵਿੱਚ ਵਿਚ ਸਟੇਟ ਹੈਜ਼ ਨਾਓ ਬਿਕਮ ਦਾ ਫਰਸਟ ਐਂਡ ਦਾ ਓਨਲੀ ਸਟੇਟ ਇਨ ਇੰਡੀਆ ਟੂ ਹੈਵ ਇਟਸ ਓਨ ਇੰਟਰਨੈਟ ਸਰਵਿਸ ਮਤਲਬ ਸਟੇਟ ਦੇ ਕੋਲੇ ਆ ਗਈ ਜੀ ਪੂਰੀ ਇੰਟਰਨੈਟ ਸਰਵਿਸ ਕਰਨਾਟਕਾ ਕੇਰਲਾ ਤਾਮਿਲਨਾਡੂ ਜਾਂ ਤੇਲंगाना ਕੇਰਲਾ ਇਹਦਾ ਸਹੀ ਆਨਸਰ ਬਣੇਗਾ ਬੀ ਆਨਸਰ 97th ਇਹ ਆ ਗਿਆ ਜੀ ਆਪਣਾ ਕਿਹੜਾ ਸ਼ਹਿਰ ਆ ਜਿਹੜਾ ਕਿ ਸਮਰ 올림픽 ਅਤੇ ਪੈਰਾ 올림픽 2028 ਦੀ ਮੇਜਬਾਨੀ ਕਰੇਗਾ ਲਾਸ ਐਂਜਲਸ ਜਾਂ ਟੋਕਿਓ ਦਿੱਲੀ ਜਾਂ ਦੁਬਈ ਨਹੀਂ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਵੇਗਾ ਕਿ 2028 ਦੀ ਜਿਹੜੀ ਸਮਰ 올림픽 ਤੇ ਪੈਰਾ 올림픽ਸ ਲਾਸ ਐਂਜਲਸ ਦੇ ਵਿੱਚ ਹੋਏਗੀ ਠੀਕ ਹੈ ਜੀ 2022 ਦੀ ਬੀਜਿੰਗ ਦੇ ਵਿੱਚ ਹੋਈ ਆ 2024 ਦੀ ਪੈਰਿਸ ਤੇ 2026 ਦੀ ਮਿਲਾਨੋ ਦੇ ਵਿੱਚ 2028 ਦੀ ਲਾਸ ਐਂਜਲਸ ਦੇ ਵਿੱਚ ਤੇ 2032 ਦੀ ਬਰਸਪੈਨ ਦੇ ਵਿੱਚ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਕਿਹਨੂੰ ਚੁਣਿਆ ਗਿਆ ਜੀ ਸ਼੍ਰੀਲੰਕਾ ਦੇ 9th ਰਾਸ਼ਟਰਪਤੀ ਕੌਣ ਬਣੇ ਨੇ ਜੀ ਇਹ ਤੁਸੀਂ ਦੱਸਣਾ ਵਾ ਜੀ ਇਹਦਾ ਸਹੀ ਆਨਸਰ ਬੰਦਾ ਹੈ ਰਾਨੇਲ ਵਿਕਰਮ ਸਿੰਗੇ ਸ਼੍ਰੀਲੰਕਾ ਦੇ 9th ਪ੍ਰੈਜ਼ੀਡੈਂਟ ਬਣੇ ਨੇ ਜੀ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਜੀ ਇਹ ਹੈਗਾ ਜੀ ਦਿਨੇਸ਼ ਗੁਣਾਵਰਦਨ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਵਾ ਜੀ ਪੰਜਾਬ ਪੁਲਿਸ ਦੇ 6th ਥਾਰਡ ਮੇ ਦੇਖੋ ਜੀ ਥਾਰਡ ਮੇ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਦੇ ਵਿੱਚ ਸਰਵਤ ਅਦਾਕਾਰ ਦਾ ਪੁਰਸਕਾਰ ਕਿਹਨੂੰ ਮਿਲਿਆ ਬੈਸਟ ਐਕਟਰ ਕੌਣ ਬਣਿਆ 68th ਨੈਸ਼ਨਲ ਅ A ਐਂਡ B ਤਾਈ ਵੀ ਕੁਐਸਚਨ ਆ ਚੁੱਕਿਆ ਜੀ A ਐਂਡ B ਆ ਸੂਰਿਆ ਨੂੰ ਵੀ ਮਿਲਿਆ ਤੇ ਅਜੇ ਦੇਗਨ ਨੂੰ ਵੀ ਮਿਲਿਆ ਸੰਜੇ ਦੌਰ ਦੇ ਉੱਤੇ ਇਹ ਬੈਸਟ ਐਕਟਰ ਬਣੇ ਨੇ ਹੁਣ ਆ ਦੇਖ ਲਓ ਜੀ ਇੱਕ ਵਾਰੀ 68th ਨੈਸ਼ਨਲ ਅਵਾਰਡ ਬੈਸਟ ਐਕਟਰ ਕੌਣ ਰਹੀ ਨੇ ਜੀ ਬੈਸਟ ਐਕਟਰ ਅਪਰਨਾ ਬਾਲਾਮੁਰਾਰੀ ਬੈਸਟ ਐਕਟ੍ਰੈਸ ਸੌਰੀ ਠੀਕ ਆ ਤੇ ਬੈਸਟ ਐਕਟਰ ਸੂਰਿਆ ਤੇ ਅਜੇ ਦੇਗਨ ਬੈਸਟ ਫਿਲਮ ਆਪਾਂ ਕੀਤੀ ਹੋਈ ਇਹ ਵੀ ਪੀ ਰਿਪਲਸ ਵੀ ਦਾ ਕੁਐਸਚਨ ਆ ਦੇਖੋ ਇਹਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਆ ਸੂਰਉਰਾਰੀ ਪਟਰੂ ਬੈਸਟ ਚੰਦੀ ਫਿਲਮ ਤੁਲਸੀਦਾਸ ਜੂਨੀਅਰ ਇਹ ਵੀ ਆਉਣ ਦੀ ਪੂਰੀ ਪੂਰੀ ਸੰਭਾਵਨਾ ਵਾ ਸਟਾਰਮਾਰਕ ਕਰ ਲਓ ਠੀਕ ਹੈ ਜੀ ਇਹਨੂੰ ਤੇ ਬੈਸਟ ਡਾਇਰੈਕਟਰ ਸਚਿਤਾਨਾ ਕਿਹੜੇ ਰਾਜ ਨੇ ਨੀਤੀਯੋਗ ਦੇ ਇੰਡੀਆ ਇਨੋਵੇਸ਼ਨ ਇੰਡੈਕਸ 2022 ਦੇ ਵਿੱਚ ਮੇਜਰ ਸਟੇਟ ਦੇ ਵਿੱਚ ਨੰਬਰ 1 ਦੇ ਉੱਤੇ ਰਿਹਾ ਇਹ ਵੀ ਕੁਐਸਚਨ ਪੀ ਟ੍ਰਿਪਲ ਐਸ ਵੀ ਪੁੱਛ ਚੁੱਕਿਆ ਹੋਇਆ ਵਾ ਇਹ ਕੁਐਸਚਨ ਕਰਨਾਟਕਾ ਤੇਲੰਗਾਨਾ ਹਰਿਆਣਾ ਜਾਂ ਮਹਾਰਾਸ਼ਟਰ ਦੈਨ ਇਹ ਕਰਨਾਟਕ ਦੇ ਆਪਣੇ ਇੰਡੀਆ ਇਨੋਵੇਸ਼ਨ ਇੰਡੈਕਸ ਦੇ ਵਿੱਚ ਮੇਜਰ ਸਟੇਟਸ ਦੇ ਵਿੱਚ ਰਿਹਾ ਵਾ 100 ਕੁਐਸਚਨ ਹੋ ਗਏ ਹੋਏ ਆ ਜੀ ਆਪਣੇ 50 ਕੁ ਹਾਂਜੀ 101 ਨੰਬਰ ਕੁਐਸਚਨ ਦੇ ਉੱਤੇ ਆਪਾਂ ਆ ਗਏ ਹਾਂ ਕਹਿੰਦੇ 올림픽 ਚੈਂਪੀਅਨ ਨੀਰਜ ਚੋਪੜਾ ਨੇ 2022 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਕਿਹੜਾ ਤਗਮਾ ਜਿੱਤਿਆ ਸੀ ਗੋਲਡ ਜਿੱਤਿਆ ਸੀ, ਸਿਲਵਰ ਜਿੱਤਿਆ ਸੀ, ব্রੋਂਜ਼ ਜਿੱਤਿਆ ਸੀ ਇਹ ਵੀ ਕੁਐਸਚਨ ਪੀਪਲਸ ਵੀ ਪੁੱਛ ਚੁੱਕਿਆ। ਦੇਖੋ ਜੀ ਪੀਪਲਸ ਵੀ ਜ਼ਿਆਦਾਤਰ ਕੁਐਸਚਨ ਇਹੋ ਜਿਹੇ ਹੀ ਪੁੱਛਦਾ। ਇਸੇ ਲਈ ਮੈਂ ਇਹੋ ਜਿਹੇ ਕੁਐਸਚਨ ਜ਼ਿਆਦਾ ਐਡ ਕੀਤੇ ਹੋਏ ਨੇ ਕਿਉਂਕਿ ਇਹੋ ਜਿਹੇ ਕੁਐਸਚਨ ਚਾਹੇ ਸਪੋਰਟਸ ਤੋਂ ਹੋ ਗਿਆ, ਚਾਹੇ ਸਾਇੰਸ ਐਂਡ ਟੈਕ ਦੇ ਵਿੱਚੋਂ ਹੋ ਗਿਆ, ਚਾਹੇ ਕਿਸੇ ਰੀਸੈਂਟਲੀ ਅਪਾਇੰਟਮੈਂਟ ਹੋ ਗਿਆ ਜਾਂ ਆਪਣੇ ਇੰਡੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਕੋਈ ਨਵੀਂ ਚੀਜ਼ ਹੋਈ ਆ ਠੀਕ ਆ। ਦੈਨ ਉਹੋ ਜਿਹੇ ਕੁਐਸਚਨ ਜ਼ਿਆਦਾ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਤੋਂ ਜ਼ਿਆਦਾ ਧਿਆਨ ਆਪਾਂ ਇਹਦੇ 'ਚ ਦੇਣਾ ਵੈਸ ਤੇ ਅੱਗੇ ਚੱਲਦੇ ਹਾਂ ਜੀ ਆਪਾਂ 2022 ਦੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦਾ ਹੂ ਹੈਜ਼ ਬੀਨ ਅਵਾਰਡਡ ਸਿਤਾਰਾ ਐ ਪਾਕਿਸਤਾਨ ਅਵਾਰਡ ਫਾਰ ਸਰਵਿਸ ਟੂ ਪਾਕਿਸਤਾਨ ਬਾਬਰ ਆਜ਼ਮ ਮੈਕਸ ਕੈਂਬਲ ਸ਼ਾਹਦ ਅਫਰੀਦੀ ਜਾਂ ਡੈਰਨ ਸੈਮੀ ਤਾਂ 102 ਦਾ ਸਾਡਾ ਸਹੀ ਆਨਸਰ ਬੰਦਾ ਰਿਹਾ ਜੀ ਡੈਰਨ ਨੇ ਸੈਮੀ ਨੂੰ ਸਿਤਾਰਾ ਐ ਪਾਕਿਸਤਾਨ ਦੇ ਅਵਾਰਡ ਦੇ ਨਾਲ ਨਮਰਜਾ ਗਿਆ ਜੀ ਨੈਕਸਟ ਚੱਲਦੇ ਹਾਂ ਜੀ 103 ਨੰਬਰ ਕੁਐਸਚਨ ਦਾ ਕਹਿੰਦੇ ਹੁਣੇ ਰੀਸੈਂਟਲੀ ਕਿਹੜੀ ਰਾਜ ਸਰਕਾਰ ਨੇ ਅਬੋਲਿਸ਼ ਕੀਤੀ ਆ ਫਿਜ਼ੀਕਲ ਸਟੈਂਪ ਪੇਪਰ ਤੇ ਲਾਂਚ ਕੀਤੇ ਨਾ ਈ ਸਟੈਂਪ ਫੈਸਿਲਿ ਹਰਿਆਣਾ ਬਿਹਾਰ ਰਾਜਸਥਾਨ ਜਾਂ ਪੰਜਾਬ ਤਾਂ ਪੰਜਾਬ ਨੇ ਈ-ਸਟੈਂਪ ਫੈਸਿਲਿਟੀ ਚਲਾਈਆ ਕਿਉਂਕਿ ਆਪਾਂ ਦੇਖਦੇ ਹਾਂ ਕਿ ਪਹਿਲਾਂ ਜਿਹੜੇ ਫਿਜ਼ੀਕਲ ਮਤਲਬ ਪੇਪਰ ਹੁੰਦੇ ਸੀ ਹੁਣ ਈ-ਸਟੈਂਪ ਫੈਸਿਲਿਟੀ ਚੱਲੇਗੀ ਆਪਣੀ ਠੀਕ ਹੈ ਜਿੱਦਾਂ ਕਿ ਆਪਾਂ ਐਫੀ ਡਾਊਟ ਵਗੈਰਾ ਲੈ ਕੇ ਜਾਂਦੇ ਹੁੰਨੇ ਨੇ ਹੁਣ ਈ-ਸਟੈਂਪ ਚੱਲੇਗੀ ਅੱਜ ਕਿਹੜਾ ਸੁਪਰ ਕੰਪਿਊਟਰ ਆ ਜਿਹੜਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੋਸਟ ਪਾਵਰਫੁਲ ਸੁਪਰ ਕੰਪਿਊਟਰ ਬਣ ਗਿਆ ਜੀ ਫਰੰਟੀਅਰ ਫੁਗਾਕੋ ਪਰਮ ਸiddhi AI ਜਾਂ ਪਰਮ ਅਨੰਤਾ ਦੁਨੀਆ ਦਾ ਪੁੱਛਿਆ ਜੀ ਠੀਕ ਹੈ ਨਾਟ ਇੰਡੀਆ ਦਾ ਤਾਂ 104 ਦਾ ਸਾ 105 ਨੰਬਰ ਕੁਐਸਚਨ what is the theme of the 8th international day of yoga ਇਹ ਵੀ ਕੁਐਸਚਨ ਪੇਪਰ 'ਚ ਆ ਚੁੱਕਾ ਆ ਜੀ ਯੋਗਾ ਡੇ ਆ ਜਿਹੜਾ 21 ਜੂਨ ਨੂੰ ਮਨਾਇਆ ਜਾਂਦਾ ਵਾ ਇਹਦਾ ਥੀਮ ਦੱਸੋ ਕੀ ਆ ਜੀ ਯੋਗਾ ਫॉर ਮਨਕਾਇਨ ਯੋਗਾ ਫॉर ਹਿਊਮਨਮਿੰਗ ਯੋਗਾ ਫॉर 브్రਦਰਹੂਡ ਜਾਂ ਯੋਗਾ ਫॉर ਹਿਊਮੈਨਿਟੀ ਇਹਦਾ ਸਹੀ ਆਨਸਰ ਬਣਦਾ ਜੀ ਜੋਗਾ ਫॉर ਹਿਊਮਿਡਿਟੀ 21 ਜੂਨ ਨੂੰ ਕਈ ਵਾਰ ਉਹ ਦਿਨ ਪੁੱਛ ਲੈਂਦੇ ਹੁੰਦੇ ਨੇ ਕਈ ਵਾਰ ਪੁੱਛ ਲੈਂਦੇ ਐਸੀ ਤਰ੍ਹਾਂ ਨਾਲ ਵਿਸ਼ਵ ਵਾਤਾਵਰਣ ਦਿਵਸ World Environment Day ਵੀ ਬਹੁਤ ਇੰਪੋਰਟੈਂਟ ਬਣਦਾ ਹੁੰਦਾ ਵਾ ਇਹ ਕਿਹੜੇ ਦਿਨ ਮਨਾਇਆ ਜਾਂਦਾ 3 ਜੂਨ 5 ਜੂਨ 7 ਜੂਨ ਨਾ 9 ਜੂਨ ਤਾਂ 5 ਜੂਨ ਨੂੰ ਇਹ ਮਨਾਇਆ ਜਾਂਦਾ ਵਾ ਇਹਦੀ ਥੀਮ ਕੀ ਓਨਲੀ 1 ਅਰਥ 107 ਨੰਬਰ ਕੁਐਸਚਨ ਆ ਗਿਆ ਜੀ ਕਹਿੰਦਾ ਜੀ ਵਰਲਡ ਫੂਡ ਸੇਫਟੀ ਡੇ ਕਿਹੜੇ ਦਿਨ ਮਨਾਇਆ ਜਾਂਦਾ 7 ਜੂਨ 8 ਜੂਨ 5 ਜੂਨ ਜਾਂ 6 ਜੂਨ 107 ਦਾ ਸਾਡਾ ਸਹੀ ਆਨਸਰ ਬਣਦਾ ਜੀ 7 ਜੂਨ ਨੂੰ ਵਰਲਡ ਫੂਡ ਸੇਫਟੀ ਡੇ ਮਨਾਇਆ ਜਾਂਦਾ ਭਾਜੀ ਟਾਈਮਜ਼ ਬਿਜ਼ਨਸ ਅਵਾਰਡ 2022 ਕਿਹਨੂੰ ਮਿਲਿਆ ਜੀ ਰਸ਼ਮੀ ਸਾਹੂ ਨੂੰ ਗਜ਼ਲ ਅਲਗਾ ਨੂੰ ਜਾਂ ਬਨੀਤਾ ਸਿੰਘ ਨੂੰ ਜਾਂ ਫਲਗੂਨੀ ਨਾਇਰ ਨੂੰ ਤਾਂ ਜੀ ਇਹ ਮਿਲਿਆ ਜੀ ਰਸ਼ਮੀ ਸਾਹੂ ਨੂੰ ਟਾਈਮਜ਼ ਅਵਾਰਡ ਮੇ ਦਿੱਤਾ ਗਿਆ ਜੀ 2022 ਦਾ ਹੁਣ ਆਗੇ ਜੀ ਆਪਾਂ 109 ਨੰਬਰ ਕੁਐਸਚਨ ਤੇ 109 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਰਿਹਾ ਹੈ ਤੇ ਇੰਡੀਆ ਦਾ ਰੈਂਕ 2022 ਦੇ ਵਿੱਚ ਜਿਹੜੇ ਸਸਟੇਨੇਬਲ ਡਵੈਲਪਮੈਂਟ ਗੋਲ ਐਸਡੀਜੀ ਗੋਲ ਦੇ ਵਿੱਚ ਇੰਡੀਆ ਦਾ ਰੈਂਕ ਪੁੱਛਿਆ ਗਿਆ ਜੀ ਕਿੰਨਾ ਮਾ ਜੀ 117 ਨੰਬਰ 120 121 ਜਾਂ 122 ਤਾਂ 121 ਰੈਂਕ ਰਿਹਾ ਜੀ ਇੰਡੀਆ ਦਾ 110 ਨੰਬਰ ਕੁਐਸਚਨ ਦੇ ਉੱਤੇ ਆ ਗਏ ਜੀ ਆਪਾਂ ਪਸ਼ੂਆਂ ਲਈ ਭਾਰਤ ਦੀ ਪਹਿਲੀ ਘਰੇਲੂ ਕੋਵਿਡ-19 ਵੈਕਸੀਨ ਕਿਹੜੀ ਆ ਜੀ ਅਨੋ ਕੋਵੈਕਸ एकोवैक्स ਜਾਂ ਅਮੋ ਕੋਵੈਕਸ ਜਾਂ ਕੋਵੈਕਸ ਦੰਨ ਇਹਦਾ ਸਹੀ ਆਨਸਰ ਬਣਦਾ ਜੀ ਅਨੋ ਕੋਵੈਕਸ ਆ ਜਿਹੜੀ ਇੰਡੀਆ ਦੀ ਜਿਹੜੀ ਪਹਿਲੀ ਹੋਮ ਗ੍ਰਾਊਂਡ ਕੋਵਿਡ 19 ਵੈਕਸੀਨ ਬਣ ਰਹੀ ਆ ਐਨੀਮਲਸ ਲਈ 111 ਨੰਬਰ 40 ਕੁਐਸਚਨ ਰਹਿ ਗਏ ਜੀ ਆਪਣੇ ਵਿਚ ਆਰਗੇਨਾਈਜੇਸ਼ਨ ਹੈਜ਼ ਅਡਾਪਟਡ ਹਿੰਦੀ ਲੈਂਗੁਏਜ ਫਾਰ ਦਾ ਫਸਟ ਟਾਈਮ ਪਹਿਲੀ ਵਾਰ ਹਿੰਦੀ ਲੈਂਗੁਏਜ ਨੂੰ ਕਿਹਨੂੰ ਅਪਣਾਇਆ ਵਾ ਕਿਹਨੇ ਕਿਹੜੀ ਮਤਲਬ ਸੰਸਥਾ ਨੇ ਆਰਗੇਨਾਈਜੇਸ਼ਨ ਹੈ ਯੂਨਜੀਏ ਯੂਨਈਪ ਯੂਨਡੀਪ ਨੇ ਤਾਂ ਯੂਨਜੀਏ ਨੇ ਮਨਾਇਆ ਯੂਨਜੀ ਦੇ ਯੂਨਾਈਟਿਡ ਨੇਸ਼ਨ ਤੋਂ ਸਾਰਿਆਂ ਨੂੰ ਪਤਾ ਹੈ ਕਿ ਜਰਨਲ ਅਸੈਂਬਲੀ ਇਹਨੇ ਐਡਾਪਟ ਕੀਤਾ ਹਿੰਦੀ ਲੈਂਗੁਏਜ ਨੂੰ 112 ਨੰਬਰ ਕੁਐਸਚਨ ਦੇ ਉੱਤੇ ਆ ਗਿਆ ਜੀ 112 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਰਿਹਾ ਜੀ ਹੂ ਇਜ਼ ਵਾਟ ਇਜ਼ ਦਾ ਰੈਂਕ ਆਫ ਦਾ ਇੰਡੀਆ ਇਨ ਵਰਲਡ ਕੰਪੀਟੀਟਿਵ ਇੰਡੈਕਸ ਫਾਰ ਦਾ 2022 ਦੇ ਵਿੱਚ 30ਵਾਂ 40ਵਾਂ 37ਵਾਂ ਜਾਂ 38ਵਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੁੰਦਾ ਜੀ 37ਥ ਰੈਂਕ ਰਿਹਾ ਜੀ ਇੰਡੀਆ ਦਾ ਠੀਕ ਹੈ ਕਿੰਨਾ 37ਵਾਂ ਰੈਂਕ ਰਿਹਾ ਨੈਕਸਟ ਚੱਲਦੇ ਹਾਂ 113 ਨੰਬਰ ਕਿੰਨੇ ਸ਼ਹਿਰ 2026 ਦੇ FIFA ਵਿਸ਼ਵ ਕੱਪ ਦੀ ਮੇਜਬਾਨੀ ਕਰਨਗੇ 1 5 15 ਜਾਂ 16 ਤਾਂ 16 ਸ਼ਹਿਰ ਕਰਨਗੇ ਜੀ ਠੀਕ ਆ ਡੀ ਆਨਸਰ ਸਾਡਾ ਸਹੀ ਬਣਦਾ ਜਿਹੜਾ 2026 ਦਾ ਜਿਹੜਾ FIFA ਵਰਲਡ ਕੱਪ ਆ ਜਿਹੜੇ ਤਿੰਨ ਸ਼ਹਿਰ ਨੇ ਮਤਲਬ ਤਿੰਨ ਜਿਹੜੇ ਉਹ ਕੰਟਰੀਸ ਇੱਕ ਹੈਗੀ ਯੂ ਐਸ ਇੱਕ ਹੈਗੀ ਆ ਕੈਨੇਡਾ ਤੇ ਇੱਕ ਹੈਗੀ ਆ ਮੈਕਸੀਕੋ ਜੇਕਰ ਤੁਹਾਨੂੰ 2022 ਦੀ ਮੇਜਬਾਨੀ ਪੁੱਛ ਲਵੇ ਇਹ ਤਾਂ ਤੁਹਾਨੂੰ ਪਤਾ ਹੀ ਆ ਹਨਾ ਕਈਆ ਕਤਰ ਚਲਦੇ ਆ ਜੀ ਹੁਣ ਆਪਾਂ ਅੱਗੇ ਪਹਿਲੀ ਵਾਰ ਕਿੱਥੇ ਹੋਇਆ ਜੀ ਉਰੂਗਵੇ ਦੇ ਵਿੱਚ ਇਹ ਵੀ ਜ਼ਰੂਰ ਕਰ ਲਿਓ ਤੁਸੀਂ 2026 ਦਾ ਤਾਂ ਜੀ ਸਿੰਗਲ ਯੂਜ਼ ਪਲਾਸਟਿਕ ਯੂਜ਼ ਬੈਨ ਕੀਤਾ ਗਿਆ ਯੂਨੀਅਨ ਗਵਰਨਮੈਂਟ ਨੇ ਕਿੰਨੀ ਤਰੀਕ ਤੋਂ 1 ਜੂਨ 1 ਜੁਲਾਈ 1 ਅਗਸਤ ਜਾਂ 1 ਸਤੰਬਰ ਕਰਵਾਇਆ ਹੋ ਤੁਹਾਨੂੰ 1 ਜੁਲਾਈ ਤੋਂ ਹੁਣ ਚਲਦੇ ਆ ਜੀ ਆਪਾਂ 115 ਨੰਬਰ ਕੁਸਚਨ ਦਾ ਕੰਟਰੀਜ਼ ਫਰਸਟ ਐਵਰ ਬਾਲੀਕਾ ਪੰਚਾਇਤ ਹੈਜ਼ ਬੀਨ ਸਟਾਰਟਡ ਇਨ 5 ਵਿਲੇजेस ਆਫ ਕਿਹੜੀ ਪੰਜਾ ਵਿਲੇजेस ਦੇ ਵਿੱਚ ਸ਼ੁਰੂ ਕੀਤੀ ਗਈ ਹੈ ਜੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਜਾਂ ਪੰਜਾਬ 115 ਦਾ ਸਹੀ ਆਨਸਰ ਬਣਦਾ ਜੀ ਗੁਜਰਾਤ ਠੀਕ ਹੈ ਗੁਜਰਾਤ ਦੇ ਵਿੱਚ ਦੇਸ਼ ਦੇ ਪਹਿਲੇ ਮਹਿਲਾ ਐਨਡੀਏ ਬੈਚ ਦੇ ਵਿੱਚ ਦਾਖਲੇ ਦੀ ਪ੍ਰਖੇਰਿਆ ਲਈ ਕਿਹਨੇ ਪਹਿਲਾ ਰੈਂਕ ਪ੍ਰਾਪਤ ਕੀਤਾ ਗਿਆ ਠੀਕ ਹੈ ਐਨਡੀਏ ਬੈਚ ਦੇ ਵਿੱਚ ਪਹਿਲਾ ਰੈਂਕ ਪਹਿਲੇ ਮਹਿਲਾ ਇੰਡੀਆ ਮਤਲਬ ਊਮੈਨਸ ਦਾ ਐਨਡੀਏ ਬੈਚ ਬਣਿਆ ਮਾ ਰੁਪਿੰਦਰ ਕੌਰ ਸੁਨੰਦਾ ਢਾਕਾ ਜਾਂ ਸ਼ਨਨ ਢਾਕਾ ਜਾਂ ਸੁਨੀਤਾ ਅਰੂੜਾ ਤਾਂ 116 ਦਾ ਸਹੀ ਆਨਸਰ ਸਾਡਾ ਸੀ ਬਣਦਾ ਠੀਕ ਹੈ ਸ਼ਨਨ ਢਾਕਾ ਨੇ ਪਹਿਲਾ ਰੈਂਕ ਪ੍ਰਾਪਤ ਕੀਤਾ ਜਿਹੜਾ ਐਨਡੀਏ ਬੈਚ ਪਹਿਲੀ ਮਹਿਲਾ ਐਨਡੀਏ ਬੈਚ ਹਾਲੀ ਦੇ ਵਿੱਚ ਕਿਹੜਾ ਹਵਾਈ ਅੱਡਾ ਜਿਹੜਾ ਪੂਰੀ ਤਰ੍ਹਾਂ ਨਾਲ ਹਾਈਡਰੋ ਸੋਲਰ ਪਾਵਰ ਤੇ ਚੱਲਣ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਵਾ ਰਜੀਵ ગાંધી ਇੰਟਰਨੈਸ਼ਨਲ 에어ਪੋਰਟ ਇੰਦਰਾ ਗਾਂਧੀ ਸੀਐਸਐਮ ਇੰਟਰਨੈਸ਼ਨਲ 에어ਪੋਰਟ ਜਾਂ ਕੈਂਪੂ ਗੋਵੜਾ ਇੰਟਰਨੈਸ਼ਨਲ 에어ਪੋਰਟ 117 ਦਾ ਸਹੀ ਆਨਸਰ ਬਣ ਰਿਹਾ ਜੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਿੱਲੀ ਬੀ ਆਨਸਰ ਸਾਡਾ ਬਿਲਕੁਲ ਸਹੀ ਮੰਨਦਾ ਪਿਆ ਕਿਹੜਾ ਦੇਸ਼ 2022 ਦੇ ਵਿੱਚ ਜੀ7 ਸਿਖਰ ਸਮਿਟ ਦੀ ਮੇਜ਼ਬਾਨੀ ਕਰੂਗਾ ਜੀ ਕੀਤੀ ਹੈ ਜੀ ਨੇ ਠੀਕ ਹੈ ਕੀਤੀ ਹੈ ਕਿਉਂਕਿ ਪੁਰਾਣਾ ਕੁਐਸਚਨ ਨਾ ਤਾਂ ਕਰ ਗਿਆ ਬ੍ਰਿਟੇਨ ਜਰਮਨੀ ਇਟਲੀ ਜਾਂ ਕੈਨੇਡਾ ਤਾਂ 118 ਦਾ ਸਹੀ ਆਨਸਰ ਬਣਦਾ ਜੀ ਜਰਮਨੀ ਦਾ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਵਾ ਨਿਕ ਚੱਲਦੇ ਆ ਜੀ ਆਪਾਂ ਤਾਂ 2023 ਦੇ ਵਿੱਚ ਕੌਣਗਾ 2023 ਦੇ ਵਿੱਚ ਜਪਾਨ ਕਰੇਗਾ ਠੀਕ ਆ 2021 ਚ ਯੂਕੇ ਨੇ ਕੀਤੀ 2022 ਜਰਮਨੀ ਨੇ 2023 ਚ ਜਪਾਨ ਨੇ ਤੇ 2024 ਇਟਲੀ ਕੋਈ ਵੀ ਪੁੱਛ ਸਕਦੇ ਆ ਤੁਹਾਨੂੰ ਕਿਹੜੇ ਦੇਸ਼ ਨੇ ਕਿਹੜੇ ਰਾਜ ਨੇ ਸੌਰੀ ਮੁੰਬਈ ਨੂੰ 6 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਰਾਂਜੀ ਟਰਾਫੀ ਦਾ ਖਿਤਾਬ ਜਿੱਤਿਆ ਜੀ ਉੱਤਰ ਪ੍ਰਦੇਸ਼ ਸਪੋਰਟਸ ਦਾ MCQ ਆ ਗਿਆ ਜੀ ਆਪਣਾ ਉੱਤਰ ਪ੍ਰਦੇਸ਼ ਬਿਹਾਰ ਪੰਜਾਬ ਦਾ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ 2022 ਦੀ ਰੰਜੀ ਟਰਾਫੀ ਦਾ ਖਿਤਾਬ ਜਿੱਤਿਆ 120 ਨੰਬਰ ਕੁਐਸਚਨ ਦੇ ਉੱਤੇ ਆਗੇ ਜੀ ਕਿਹੜੇ ਦੇਸ਼ ਨੇ ਉਵੇਰ ਕੱਪ ਉਵੇਰ ਕੱਪ ਜਿਹੜਾ 2022 ਉਵੇਰ ਕੱਪ ਕਿਹੜਾ ਟੂਰਨਾਮੈਂਟ ਹੁੰਦਾ ਇਹ ਊਮਨਸ ਦਾ ਬੈਡਮਿੰਟਨ ਟੂਰਨਾਮੈਂਟ ਹੁੰਦਾ ਕਿਹਨੇ ਜਿੱਤਿਆ ਜੀ ਇੰਡੋਨੇਸ਼ੀਆ ਨੇ ਜਿੱਤਿਆ ਸਾਊਥ ਕੋਰੀਆ ਨੇ ਜਿੱਤਿਆ ਜਾਪਾਨ ਨੇ ਜਿੱਤਿਆ ਜਾਂ ਇੰਡੀਆ ਨੇ ਜਿੱਤਿਆ ਤਾਂ ਜੀ ਇਹ ਜਿੱਤਿਆ ਬਾਜੀ ਉਵੇਰ ਕੱਪ ਠੀਕ ਹੈ ਇਹ ਜ਼ਰੂਰ ਯਾਦ ਕਰ ਲਿਓ ਕਿਉਂਕਿ ਕਈ ਵਾਰ ਆਈ ਪੁੱਛਦੇ ਨੇ ਕਿ ਉਵੇਰ ਕੱਪ ਊ ਸਾਊਥ ਕੋਰੀਆ ਬਾ ਸਾਊਥ ਕੋਰੀਆ ਜਿੱਤੀ ਆ ਜੀ ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਇੱਕ ਹੁੰਦਾ ਥੋਮਸ ਕੱਪ ਇੱਕ ਹੁੰਦਾ ਥੋਮਸ ਕੱਪ ਪੰਜਾਬ ਪੁਲਿਸ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ ਹੈ ਸਿਰ ਟੈਕਨੀਕਲ ਦੇ ਵਿੱਚ ਆਇਆ ਸੀ ਤੇ ਥੋਮਸ ਕੱਪ ਦੇ ਵਿੱਚ ਕਿਹਨੇ ਕਿਹੜੀ ਜਿੱਤੀ ਆ ਜੀ ਇਹਦੇ ਵਿੱਚ ਇੰਡੀਆ ਜਿੱਤੀ ਆ ਇਹ ਕਰ ਲਿਓ ਠੀਕ ਆ ਥੋਮਸ ਕੱਪ ਮੈਨਸ ਬੈਡਮਿੰਟਨ ਕੱਪ ਹੁੰਦਾ ਵਾ ਚੈਂਪੀਅਨਸ਼ਿਪ ਹੁੰਦੀ ਆ ਠੀਕ ਆ ਥੋਮਸ ਕੱਪ ਮੈਨਸ ਜਮੈਂ ਇੰਡੀਆ ਨੇ ਇੰਡੋਨੇਸ਼ੀਆ ਨੂੰ ਹਰਾਇਆ ਸੀ ਠੀਕ ਆ ਉਵੇਰ ਸਾਊਥ ਕੋਰੀਆ ਨੇ ਆ ਆ ਗਿਆ ਜੀ ਵਿਚ ਨੋਵਲ ਹੈਜ਼ ਵਨ ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2022 ਇਹ ਤੁਹਾਡਾ ਹੋਮਵਰਕ ਆ ਹੁਣ ਨਾ ਗਲਤ ਕਰਿਓ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਣਾ ਨਹੀਂ ਹੁਣ ਇਹਦਾ ਆਨਸਰ ਕੀ ਬਣਦਾ ਵਾ ਕਿਹੜੀ ਟੀਮ ਨੇ 2022 ਸੰਤੋਸ਼ ਟਰੋਫੀ ਦਾ ਖਿਤਾਬ ਜਿੱਤਿਆ ਜੀ 2022 ਦੀ ਸੰਤੋਸ਼ ਟਰੋਫੀ ਕੇਰਲਾ ਵੈਸਟ ਬੰਗਾਲ ਓਡੀਸ਼ਾ ਜਾਂ ਤਾਮਿਲਨਾਡੂ 122 ਦਾ ਸਾਡਾ ਸਹੀ ਬਿਲਕੁਲ ਸਹੀ ਆਨਸਰ ਬਣਦਾ ਪਿਆ ਜੀ ਕੇਰਲਾ ਠੀਕ ਹੈ ਪਹਿਲੀ ਗੱਲ ਤਾਂ ਇਹ ਸੰਤੋਸ਼ ਟਰੋਫੀ ਪੁੱਛਿਆ ਜਾਂਦਾ ਕਿ ਕਿਹੜਾ ਟੂਰਨਾਮੈਂਟ ਆ ਕਿਹਦੇ ਨਾਲ ਤਾਲੁਕਤ ਆ ਫੁੱਟਬਾਲ ਹਾਕੀ ਕ੍ਰਿਕਟ ਜਾਂ ਕਿਹਦੇ ਨਾਲ ਤਾਂ ਫੁੱਟਬਾਲ ਟੂਰਨਾਮੈਂਟ ਆ ਇਹ ਤੇ ਸੰਤੋਸ਼ ਟਰੋਫੀ ਕინੇ ਜਿੱਤੀ ਆ ਜੀ 122 ਦਾ ਸਾਡਾ ਏ ਆਨਸਰ ਬਿਲਕੁਲ ਸਹੀ ਬਣਦਾ ਜੀ ਬੈਸਟ ਮੈਗਲ ਨੂੰ ਹਰਾਇਆ ਜੀ ਇਹਨਾਂ ਨੇ ਕਿਸ ਟੀਮ ਨੇ 2022 ਦਾ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਚਨਈ ਸੁਪਰ ਕਿੰਗ ਰਾਜਸਥਾਨ ਰਾਇਲਸ ਗੁਜਰਾਤ ਟਾਈਟਨ ਜਾਂ ਆਰਸੀਬੀ 123 ਦਾ ਸਾਡਾ ਸਹੀ ਆਨਸਰ ਬੰਦਾ ਹੈ ਜੀ ਗੁਜਰਾਤ ਟਾਈਟਨ ਨੇ ਜਿੱਤਿਆ ਵਾ ਜੀ ਬਹੁਤ 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 ਇੰਪੋਰਟੈਂਟ ਕੁਐਸਚਨ ਬੰਦਾ 2022 ਦਾ ਆਈਪੀਐਲ ਕਿਨੇ ਜਿੱਤਿਆ ਜੇਕਰ ਸਾਨੂੰ ਪੁੱਛਿਆ ਜਾਵੇ ਕਿ ਪਹਿਲਾ ਵਿਨਰ ਕੌਣ ਆ 2008 ਦੇ ਵਿੱਚ ਪਹਿਲਾ ਵਿਨਰ ਸੀਗਾ ਜੀ ਰਾਜਸਥਾਨ ਰਾਇਲਸ ਇਹ ਕੁਐਸਚਨ ਪੀਟਪਲੱਸਬੀ ਦੇ ਹੀ ਸੌਰੀ ਪੀਟਪਲੱਸਬੀ ਨਹੀਂ ਕੋਆਪਰੇਟਿਵ ਬੈਂਕ ਕਲਰਕ 2021 ਦੇ ਵਿੱਚ ਆ ਚੁੱਕਿਆ ਜੀ ਇਹ ਕੁਐਸਚਨ ਰਾਜਸਥਾਨ ਰਾਇਲਸ ਨੇ ਚਨਈ ਸੁਪਰ ਕਿੰਗਸ ਨੂੰ ਹਰਾਇਆ ਸੀ ਪਹਿਲਾ ਜਿਹੜਾ ਆਈਪੀਐਲ ਦਾ ਖਿਤਾਬ ਜਿੱਤਿਆ ਸੀ who has been awarded the WCP Child Right Hero of the Decade? Shankar Kumar, Malala, Yusuf Z, ਜਾਂ ਡਾਕਟਰ ਦਿਆਲਚੰਦ ਜਾਂ ਮਿਸਟਰ ਅਨਾਨ ਡਾਕਟਰ ਦਿਆਲਚੰਦ ਨੂੰ ਚਾਈਲਡ ਰਾਈਟ ਹੀਰੋ ਆਫ ਦਾ ਡਕੇਡ ਨਾਲ ਸਨਮਾਨਿਤ ਕੀਤਾ ਤਾਂ ਇਹ 26 ਕੁਐਸਚਨ ਰਹਿ ਗਏ ਹੋਏ ਨੇ ਆਪਣੇ ਪਾਕਿਸਤਾਨ ਦੇ ਮੋਲਾਲਾ ਜੋ ਸੁਜਾਈ ਨੂੰ ਵੋਟਡ ਕੀਤਾ ਗਿਆ ਠੀਕ ਹੈ WCP ਚਾਈਲਡ ਰਾਈਟ ਹੀਰੋ ਆਫ ਦਾ ਡਕੇਡ ਠੀਕ ਹੈ ਜਿੱਤਿਆ ਕਿਨੇ ਆ ਜੀ ਚਾਈਲਡ ਰਾਈਟ ਹੀਰੋ ਆਫ ਦਾ ਡਕੇਡ ਡਾਕਟਰ ਦਿਆਲਚੰਦ ਨੇ ਠੀਕ ਹੈ ਅਲੱਗ-ਅਲੱਗ ਨੇ ਇਹ ਧਿਆਨ ਰੱਖਿਓ ਪਹਿਲੇ ਲਤਾ ਦੀਨਾ ਨਾਥ ਮੰਗੇਸ਼ਕਰ ਅਵਾਰਡ ਦੇ ਨਾਲ ਕਿਹਨੂੰ ਸਨਮਾਨਿਤ ਕੀਤਾ ਜਾਊਗਾ ਨਰਿੰਦਰ ਮੋਦੀ ਆਰਮਨਾਥ ਕੋਵਿੰਦ ਰਾਜਨਾਥ ਸਿੰਘ 125 ਦਾ ਸਾਡਾ ਸਹੀ ਆਨਸਰ ਮੰਨਦਾ ਪਿਆ ਜੀ ਨਰਿੰਦਰ ਮੋਦੀ ਨੂੰ ਪਹਿਲਾ ਲਤਾ ਦੀਨਾ ਨਾਥ ਮੰਗੇਸ਼ਕਰ ਅਵਾਰਡ ਮਿਲੇਗਾ ਜੀ ਲਤਾ ਮੰਗੇਸ਼ਕਰ ਨੂੰ ਅਵਾਰਡ 2001 ਚ ਭਾਰਤ ਰਤਨ ਮਿਲਿਆ ਦਾ ਦਾਦਾ ਸਾਹ ਫਾਲਕੇ ਅਵਾਰਡ 1999 ਚ ਮਿਲਿਆ ਸੀ ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਰਹੂਗਾ ਜੀ ਠੀਕ ਹੈ ਜੀ ਇਹ ਵੀ ਕਰ ਲਿਓ ਤੁਸੀਂ ਮੁੰਬਈ ਤੇ ਹైదరాబాద్ ਨੂੰ ਕਿਹੜੀ ਸੰਸਥਾ ਨੇ 2021 ਦੇ ਵਿੱਚ 3 ਰੀ ਸਿਟੀ ਆਫ ਦਾ ਵਰਲਡ ਘੋਸ਼ਿਤ ਕੀਤਾ ਗਿਆ ਜੀ WHO UNESCO FAO ਜਾਂ WTO ਤਾਂ ਇਹ 126 ਦਾ ਸਹੀ ਆਨਸਰ ਬਣਦਾ ਪਿਆ ਜੀ FAO ਨੈਕਸਟ ਚੱਲਦੇ ਆ ਜੀ ਕਿਹੜੇ ਗੀਤ ਨੂੰ 64ਵੇਂ ਗ੍ਰੈਮੀ ਅਵਾਰਡ ਦੇ ਵਿੱਚ ਐਲਬਮ ਆਫ ਦੀ ਇਅਰ ਦਾ ਅਵਾਰਡ ਦਿੱਤਾ ਗਿਆ ਜੀ ਤਾਂ ਇਹ ਬਣੇਗਾ ਜੀ ਵੀ ਆਰ 127 ਨੰਬਰ ਕੁਐਸਚਨ ਹੋ ਗਿਆ ਹੋਇਆ 30 ਕੁਐਸਚਨ ਰਹਿ ਗਏ ਹੋ ਜੀ BBC ਇੰਡੀਅਨ ਸਪੋਰਟਸ ਊਮਨ ਆਫ ਦਾ ਇਅਰ 2021 ਕਿ ਨੂੰ ਮਿਲਿਆ ਜੀ मीराबाई चानू अवनी लिखारा नु मानना पटेल नु या शाखी मलिक नु सखी मुल्कम 128 ਦਾ ਸਾਡਾ ਸਹੀ ਆਨਸਰ ਬਣ ਰਿਹਾ ਜੀ ਮੀਰਾਬਾਈ ਚੰਨੂ ਬੀਬੀਸੀ ਸਪੋਰਟਸ ਊਮਨ ਆਫ ਦਾ ਈਅਰ 2021 ਆਹ ਕੁਐਸਚਨ ਜੀ ਆਪਣਾ ਪੀਪਲ ਪਲਸ ਵੀ ਦੇ ਸ਼ਾਇਦ ਨਾਇਬ ਤਸਿਲਦਾਰ ਜਾਂ ਕੋਆਪਰੇਟਿਵ ਇਨਸਪੈਕਟਰ ਦੇ ਵਿੱਚ ਆ ਚੁੱਕਿਆ ਪੀਪੀਐਸਸੀ ਦੇ ਵਿੱਚ ਇੰਸਟੀਟਿਊਟ ਲਾਂਚ ਫਾਸਟਰ ਸਰਵਿਸ ਇਹਨਾਂ ਨੇ ਸ਼ੁਰੂ ਕੀਤੀ ਆ ਫਾਸਟ ਐਂਡ ਸਿਕਯੂਅਰ ਟਰਾਂਸਮਿਸ਼ਨ ਆਫ ਇਲੈਕਟ੍ਰੋਨਿਕ ਰਿਕਾਰਡ ਨੀਤੀਯੋਗ फाइनेंस मिनिस्ट्री सुप्रीम कोर्ट ਜਾਂ ਆਰਬੀਆਈ ਸੁਪਰੀਮ ਕੋਰਟ ਨੇ ਸ਼ੁਰੂ ਕੀਤੀ ਹੈ ਜੀ ਹੈ 103 ਨੰਬਰ ਕੁਐਸਚਨ ਦੇ ਉੱਤੇ ਆਗੇ ਹੋਇਆ ਜੀ ਭਾਰਤ ਨੇ 2022 ਦੀ ਜਿਹੜੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਕਿੰਨੇ ਮੈਡਲ ਜਿੱਤੇ ਆ 10 12 17 ਜਾਂ 20 ਤਾਂ 130 ਦਾ ਸਾਡਾ ਸਹੀ ਆਨਸਰ ਬੰਦਾ ਜੀ 17 ਮੈਡਲ ਜਿੱਤੇ ਆ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਠੀਕ ਹੈ ਜੀ ਇੱਕ 골ਡ 5 ਸਿਲਵਰ 11 ਬ੍ਰੌਂਜ਼ 골ਡ ਕਿਨੇ ਜਿੱਤੇ ਆ ਜੀ ਰਵੀ ਕੁਮਾਰ ਦਾ ਗਿਆ ਨੇ ਕਈ ਵਾਰ ਇਹ ਵੀ ਪੁੱਛ ਸਕਦੇ ਨੇ ਉਹ ਤੁਹਾਨੂੰ ਗਿਆਨਪੀਠ ਅਵਾਰਡ 2022 ਦਾ ਜਿਹੜਾ 57th ਅਵਾਰਡੀ ਨੇ ਕਿਹਨੂੰ ਮਿਲਿਆ ਜੀ ਇਹ ਮਿਲਿਆ ਜੀ ਦામोदर मोजौਨ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ 131 ਦਾ ਹੁਣ ਤੁਸੀਂ ਆਪਾਂ ਦੱਸਣਾ ਕਿ ਜਿਹੜੇ ਮਤਲਬ ਇਹਦੇ ਪਹਿਲੇ winner ਤਾਂ ਤੁਹਾਨੂੰ ਮੈਂ ਦੱਸ ਦਿੰਦਾ ਠੀਕ ਹੈ ਜੀ ਗਿਆਨਪੀਠ ਅਵਾਰਡ ਦੇ 1965 ਜੀ ਸ਼ੰਕਰਾਕਰੂਪ ਸੀਗੇ ਹੁਣ ਤੁਸੀਂ ਮੈਨੂੰ ਦੱਸਣਾ ਕਿ ਗਿਆਨਪੀਠ ਅਵਾਰਡ ਜਿਹੜਾ ਵਾ ਠੀਕ ਹੈ ਜੀ ਹਾਈएस्ट ਲਿਟਰੇਚਰੀ ਅਵਾਰਡ ਆ ਜਿਹੜਾ ਆਪਣਾ ਉਹ ਤੁਸੀਂ ਦੱਸਣਾ ਵਾ ਕਿ ਕਿਹੜੇ ਦੋ ਪੰਜਾਬੀਆਂ ਨੂੰ ਮਿਲਿਆ ਵਾ ਠੀਕ ਹੈ ਇਹ ਤੁਸੀਂ ਤੁਹਾਡਾ ਹੋਮਵਰਕ ਆ ਕਮੈਂਟ ਬਾਕਸ ਦੇ ਵਿੱਚ ਦੱਸਣਾ ਦੇਖਦੇ ਆ ਕਿ ਤੁਸੀਂ ਕਿੰਨਾ ਕੁ ਪੜਾਈ ਵੱਲ ਤੇ ਆਂਦਦੇ ਹੋ ਕਿਹੜਾ ਦੇਸ਼ 2023 ਦਾ ਜਿਹੜੀ ਹੋਸਟ ਕਰ ਗਿਆ FIH ਮੀਨਸ ਹਾਕੀ ਕੱਪ ਲਈ ਇੰਡੀਆ ਸ਼੍ਰੀਲੰਕਾ ਇੰਗਲੈਂਡ ਜਾਂ ਸਾਊਥ ਅਫਰੀਕਾ 132 ਦਾ ਬਿਲਕੁਲ ਸਹੀ ਆਨਸਰ ਇਹ ਬਣ ਗਿਆ ਇੰਡੀਆ FIH ਹਾਕੀ ਵਰਲਡ ਕੱਪ ਦਾ ਹੀ ਮੇਜ਼ਬਾਨੀ ਕਰੇਗਾ 2023 ਦੀ ਉੜੀਸਾ ਦੇ ਵਿੱਚ ਸਟੈਚੂ ਆਫ ਇਨ ਇਕੁਐਲਟੀ ਕਿਹੜੇ ਸ਼ਹਿਰ ਦੇ ਵਿੱਚ ਬਣਿਆ ਜੀ ਹਾਈਦਰਾਬਾਦ ਸੂਰਤ ਚਨਈ ਜਾਂ ਗੁਆਟੀ 133 ਦਾ ਸਾਡਾ ਬਿਲਕੁਲ ਸਹੀ ਆਨਸਰ ਹਾਈਦਰਾਬਾਦ ਦੇ ਵਿੱਚ ਸਟੈਚੂ ਆਫ ਇਕੁਐਲਟੀ ਬਣਿਆ ਜੀ ਤੇਜੀ ਵੀਰ ਬਾਲਦੇਵਸ ਹਰ ਸਾਲ ਕਿਸਮਤੀ ਨੂੰ ਮਨਾਇਆ ਜਾਵੇਗਾ ਠੀਕ ਆ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਵਾ ਕੁਸ਼ਿਤ ਕੀਤਾ ਵਾ 27 ਦਸੰਬਰ 26 ਦਸੰਬਰ 14 ਜਨਵਰੀ ਜਾਂ 20 ਮਈ ਤਾਂ ਵੀਰ ਬਾਲਦੇਵਸ ਆ ਜਿਹੜਾ ਛੋਟੇ ਸ਼ਾਹਬਜਾਦਿਆਂ ਦੀ ਯਾਦ ਦੇ ਵਿੱਚ 26 ਦਸੰਬਰ ਨੂੰ ਮਨਾਇਆ ਜਾਵੇਗਾ ਠੀਕ ਹੈ ਜੀ ਜੋਰਾਵਰ ਸਿੰਘ ਜੀ ਸ਼ਾਹਬਜਾਦਾ ਜੋਰਾਵਰ ਸਿੰਘ ਜੀ ਤੇ ਸ਼ਾਹਬਜਾਦਾ ਫਤਿਹ ਸਿੰਘ ਜੀ who has been aware was the kalpana chawla center for research and space and science and tech win kithe inaugurate kita jaavega delhi chandigarh guwahati jamnagar te vich ye bhi bahut important question ban sakda ba on wale paperan layi ta ji chandigarh de vich kalpana chawla center for research in space and science tech te vich kita ja te ji next apna question 165 15 question rahe hoye hai ji apna vich freedom fighters statue has been installed at the india gate de vich bhagat singh ਸੁਭਾਸ਼ ਚੰਦਰ ਬੋਸ ਚੰਦਰ ਸ਼ੇਖਰ ਆਜ਼ਾਦ ਜਾਂ ਅਸ਼ਫੁੱਲਾ ਖਾਨ ਸੁਭਾਸ਼ ਚੰਦਰ ਬੋਸ ਆਪਣਾ ਬਿਲਕੁਲ ਸਹੀ ਬਣੇਗਾ ਜੀ ਇਹਦਾ ਨੇਤਾ ਜੀ ਰਿਸਰਚ ਬਿਊਰੋ ਦੁਆਰਾ ਨੇਤਾ ਜੀ ਅਵਾਰਡ 2022 ਕਿਹਨੂੰ ਮਿਲਿਆ ਜੀ ਨਰਿੰਦਰ ਮੋਦੀ ਸਿਨੀ ਪਿੰਗ ਜਾਂ ਸ਼ਿੰਜੋ ਅਬੇ ਜੀ ਜਾਂ ਸ਼ੇਰ ਬਹਾਦਰ ਦੇਵਾ ਤਾਂ ਸ਼ਿੰਜੋ ਅਬੇ ਜੀ ਨੂੰ ਨੇਤਾ ਜੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2022 ਦੇ ਗੋਲਡਨ ਬੁਆਏ ਨੀਰਜ ਚੋਪੜਾ ਨਾਮ ਦੀ ਕਿਤਾਬ ਦਾ ਲੇਖਕ ਦੱਸੋ ਜੀ ਕੌਣ ਆ ਜੀ ਅਮਿਤ ਕੁਮਾਰ ਨਵਦੀਪ ਸਿੰਘ ਗੱਲ ਚੇਤਨ ਭਗਤ ਜਾਂ ਰਸਕਿਨ ਬੌਣ ਤਾਂ ਹੀ 138 ਦਾ ਬਿਲਕੁਲ ਸਹੀ ਆਨਸਰ ਬਣ ਰਿਹਾ ਜੀ ਨਵਦੀਪ ਸਿੰਘ ਗਿੱਲ ਤਾਂ ਹੀ ਥਰਡ ਇੰਡੀਅਨ ਐਥਲੀਟ ਨੇ ਜਿਹੜੇ ਕਿ ਨੋਮੀਨੇਟ ਹੋਏ ਨੇ ਲੌਰਸ ਵਰਲਡ ਬ੍ਰੇਕਥਰੂ ਆਫ ਦਾ ਈਅਰ ਅਵਾਰਡ ਲਈ 2022 ਚ ਇਹਨਾਂ ਨੂੰ ਪਦਮਸ਼੍ਰੀ ਅਵਾਰਡ ਮਿਲਿਆ ਤੇ 2021 ਦੇ ਵਿੱਚ ਇਹਨਾਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਸ ਰਾਜ ਨੇ ਗਣਤੰਤਰ ਦਿਵਸ ਪਰੇਡ 2022 ਦਾ ਸਰਵੋਤਮ ਰਾਜ ਚਾਕੀ ਪੁਰਸਕਾਰ ਦਿੱਤੇ ਹੈ ਗੁਜਰਾਤ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਜਾਂ ਪੰਜਾਬ ਇਹ ਵੀ ਮੋਸਟ ਐਕਸਪੈਕਟਡ ਕੁਐਸਚਨ ਹੋ ਸਕਦਾ ਹੈ ਜੀ ਉੱਤਰ ਪ੍ਰਦੇਸ਼ ਨੇ ਜਿੱਤਿਆ ਬਾਜੀ ਇਹ ਠੀਕ ਹੈ ਜੀ ਬੈਸਟ ਸਟੇਟ ਆਫ ਦਿ ਵੈਲਿਊ ਅਵਾਰਡ ਚਾਕੀ ਤਾਂ ਪੰਜਾਬ ਦੀ ਝਾਕੀ ਕੀਤੀ ਸੀਗੀ ਜੀ 26 ਜਨਵਰੀ 2022 ਦੀ ਗੱਲ ਹੋ ਰਹੀ ਆ ਪੰਜਾਬ ਦੀ ਝਾਕੀ ਸੀਗੀ ਜੀ ਜਿਹੜੀ ਇੰਡੀਆ ਦੇ ਜਿਹੜੇ ਫਰੀडम फाइਟਰ ਦਾ ਜਿਹੜਾ ਪੰਜਾਬ ਦੇ ਸੌਰੀ ਪੰਜਾਬ ਦੇ ਜਿਹੜੇ ਫਰੀडम फाइਟਰ ਦਾ ਯੋਗਦਾਨ ਰਿਹਾ ਵਾ ਠੀਕ ਹੈ ਇੰਡੀਆ ਦੇ ਫਰੀडम ਸਟਰਗਲ ਦੇ ਵਿੱਚ ਉਹਦੇ ਸੀ ਠੀਕ ਆ ਹ ਸਾਰਾ ਆਪਾਂ ਤੁਹਾਨੂੰ ਕਰਵਾਇਆ ਹੋਇਆ ਵਾ ਸੋ ਦੁਬਾਰੇ ਤੁਹਾਨੂੰ ਪੀਡੀਐਫ ਵੀ ਦਿੱਤੀ ਹੋਈ ਆ ਦੀ ਵਾਟ ਇਜ਼ ਦਾ ਰੈਂਕ ਆਫ ਦਾ ਵਰਲਡ ਹੈਪੀਨੈਸ ਰਿਪੋਰਟ 2022 ਦੇ ਵਿੱਚ ਇੰਡੀਆ ਦਾ ਰੈਂਕ ਕੀ ਆ ਜੀ 130 137 140 ਜਾਂ 136 ਤੇ 140 ਦਾ ਸਾਡਾ ਸਹੀ ਆਨਸਰ ਬਣ ਰਿਹਾ ਜੀ 136 136 ਨੰਬਰ ਰਿਹਾ ਰਿਹਾ ਵਰਲਡ ਹੈਪੀਨੈਸ ਰਿਪੋਰਟ 2022 ਦਾ ਨੰਬਰ 1 ਤੇ ਫਿਨਲੈਂਡ ਲਾਸਟ ਤੇ ਰਿਹਾ ਵਾ ਜੀ ਅਫਗਾਨਿਸਤਾਨ ਕਿਹੜੀ ਫਿਲਮ ਆ ਜੀ ਨੂੰ ਬੈਸਟ ਫਿਲਮ ਅਵਾਰਡ ਮਿਲਿਆ ਓਸਕਰ 2022 ਦੇ ਵਿੱਚ ਇਹ ਕੁਐਸਚਨ ਵੀ ਪੀਟਰ ਪਲਸ ਵੀ ਦੇ ਇੱਕ ਐਗਜ਼ਾਮ ਦੇ ਵਿੱਚ 2022 ਦੇ ਵਿੱਚ ਪੁੱਛਿਆ ਜਾ ਚੁੱਕਿਆ ਦਾ ਕੋੜਾ ਜਾ ਸਾਡਾ ਆਦਾ ਪਾਵਰ ਆਫ ਲੌਗ ਕਿੰਗ ਰਚਰ ਜਾਂ ਵੈਸਟ ਸਾਈਡ ਸਟੋਰੀ ਕੋਡਾ ਨੂੰ ਬੈਸਟ ਫਿਲਮ ਆਫ ਦਾ ਈਅਰ ਆਦਾ ਵਾਰਡ ਮੀਡੀਆ ਵਾ ਦੀ ਹੜੱਪਾ ਸਭਿਆਚਾਰ ਤੇ ਵਿਸ਼ਵ ਦਾ ਸਭ ਤੋਂ ਵੱਡਾ ਅਜਾਇਬ ਘਰ ਕਿਹੜੇ ਪਿੰਡ ਦੇ ਵਿੱਚ ਬਣਾਇਆ ਜਾਵੇਗਾ ਜੀ ਲੋਥਲ ਦੇ ਵਿੱਚ ਰੰਗਪੁਰ ਦੇ ਵਿੱਚ ਰਾਖੀਗੜੀ ਦੇ ਵਿੱਚ ਜਾਂ ਮੰਜੀਦਾਰੋ ਤੇ ਵਿੱਚ ਰਾਖੀਗੜੀ ਦੇ ਵਿੱਚ ਲਾਰਜੈਸਟ ਮਿਊਜ਼ੀਅਮ ਆਫ ਹੜੱਪਾ ਕਲਚਰ ਬਣੇਗਾ ਜੀ ਕਿਹੜਾ ਸ਼ਹਿਰ ਆ ਜਿਹੜਾ ਕਿ ਸਮਾਰਟ ਐਡਰੈਸ ਨਾਲ ਦੇਸ਼ ਦਾ ਪਹਿਲਾ ਸਮਾਰਟ ਸਿਟੀ ਬਣ ਗਿਆ ਵਾ ਜੀ ਮੁੰਬਈ ਬੰਗਲੌਰ ਅੰਦੌਰ ਜਾਂ ਅਲਾਹਾਬਾਦ ਅਹਿਮਦਾਬਾਦ ਸੌਰੀ 143 ਦਾ ਇੰਦੌਰ ਬਣ ਗਿਆ ਹੋਇਆ ਜੀ ਫਸਟ ਸਮਾਰਟ ਸਿਟੀ ਬਣ ਗਿਆ ਸਮਾਰਟ ਐਡਰੈਸ ਦੇ ਨਾਲ ਕਿਸ ਦੇਸ਼ ਨੂੰ ਫ੍ਰੈਂਚ ਦੇ ਚੋਟੀ ਦੇ ਨਾਗਰਿਕ ਸਨਮਾਨ ਨਾਈਟ ਆਫ ਦੀ ਲੀਜਨ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ ਜੀ ਸਵਾਤੀ ਪਿਰਮਲ ਜਾਂ ਰੋਸ਼ਨੀ ਨੰਦਾਰ ਨੂੰ ਫੁਲਗੋਨੀ ਨਾਇਰ ਨੂੰ ਜਾਂ ਕਿਰਨ ਸ਼ੌਨ 144 ਦਾ ਸਾਡਾ ਸਹੀ ਆਨਸਰ ਇਹ ਬਣ ਗਿਆ ਜੀ ਸਵਾਤੀ ਪਿਰਮਲ 145 ਨੰਬਰ ਕੋ ਕਹਿੰਦਾ ਜੀ ਨੀਤੀ ਆਯੋਗ ਨੇ ਭਾਰਤ ਦਾ ਪਹਿਲਾ ਫਰੇਟ ਪਲੇਟਫਾਰਮ ਜਾਰੀ ਕੀਤਾ ਇਹਦਾ ਨਾਮ ਦੱਸੋ ਜੀ ਕੀ ਆ ਸੀ ਈ ਵਹੀਕਲ ਈ ਵੈਕਟਰ ਈ ਅਮਰਤ ਜਾਂ ਈ ਭਾਰਤ ਇਹ ਵੀ ਇੰਪੋਰਟੈਂਟ ਰਹੂਗਾ ਜੀ ਪੇਪਰ ਲਈ ਤਾਂ ਜੀ ਈ ਅਮਰਤ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਜੀ 146 ਨੰਬਰ ਕੁਐਸਚਨ ਦੇ ਹਾਲੀ ਦੇ ਵਿੱਚ ਕਿਸ ਮਹਿਲਾ ਕ੍ਰਿਕਟਰ ਗੇਂਦਬਾਜ਼ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਚਲੋ ਇਹ ਦੁਬਾਰਾ ਆ ਗਿਆ ਜੂਲਨ ਗੁਸਵਾਮੀ 147 ਨੰਬਰ ਕੁਐਸਚਨ ਕਹਿੰਦਾ ਜੀ WHO ਦੀ ਜਿਹੜੀ WHO ਦੀ World Health Assembly ਦਾ 75ਵਾਂ ਸੈਸ਼ਨ ਕਿੱਥੇ ਹੋਏਗਾ ਜੀ ਟੋਕੀਓ ਚ ਨਿਊਯਾਰਕ ਚ ਨਿਊ ਡਾਲੀ ਚ ਜਾਂ ਜਨੇਵਾ ਦੇ ਵਿੱਚ ਤਾਂ ਜੀ ਇਹ ਜਨੇਵਾ ਦੇ ਵਿੱਚ ਹੋਇਆ ਜਨੇਵਾ ਕਿੱਥੇ ਆ ਜੀ ਸਵਿਟਜ਼ਰਲੈਂਡ ਦੇ ਵਿੱਚ 148 ਨੰਬਰ ਕੁਐਸਚਨ ਆ ਗਿਆ ਜੀ ਵਿਚ ਇਜ਼ ਦਾ ਫਰਸਟ 에ਅਰਲਾਈਨ ਟੂ ਯੂਜ਼ ਇੰਡੀਜੇਨਸ ਨੇਵੀਗੇਸ਼ਨ ਸਿਸਟਮ ਗਗਨ 에ਅਰ ਇੰਡੀਆ ਸਪਾਈਸ ਜਟ ਇੰਡੀਗੋ ਜਾਂ ਨਾਨ ਆਫ ਥਿਸ ਦਾ 148 ਦਾ ਸਾਡਾ ਸਹੀ ਆਨਸਰ ਬਣਦਾ ਪਿਆ ਜੀ ਇੰਡੀਗੋ ਸਾਡਾ ਬਿਲਕੁਲ ਕਰੈਕਟ ਆਨਸਰ ਬੰਦਾ ਪਿਆ ਭਾਰਤ ਦੇ ਪਹਿਲੇ ਬਾਇਓ ਗੈਸ ਸੰਚਾਲਿਤ EV ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕਿਸ ਸ਼ਹਿਰ ਦੇ ਵਿੱਚ ਕੀਤਾ ਗਿਆ ਵਾ ਜੀ ਗੁਰੂਗ੍ਰਾਮ ਦੇ ਵਿੱਚ ਚਨਈ ਦੇ ਵਿੱਚ ਹਾਈਦਰਾਬਾਦ ਦੇ ਵਿੱਚ ਜਾਂ ਮੁੰਬਈ ਦੇ ਵਿੱਚ 149 ਦਾ ਸਾਡਾ ਸਹੀ ਮੰਨਦਾ ਪਿਆ ਜੀ ਮੁੰਬਈ ਦੇ ਵਿੱਚ ਪਹਿਲੇ ਬਾਇਓ ਗੈਸ ਪਾਵਰਡ EV ਚਾਰਜਿੰਗ ਸਟੇਸ਼ਨ ਦਾ ਇਨੌਗੁਰੇਟ ਕੀਤਾ ਗਿਆ ਲਾਸਟ ਕੁਐਸਚਨ ਆ ਗਿਆ ਜੀ ਆਪਣਾ ਮੈਰਾਥਨ ਕਲਾਸ ਦਾ ਆਪਣਾ 2022 ਦਾ ਲੋਰੈਂਸ ਵਰਲਡ ਬ੍ਰੇਕਥਰੂ ਆਫ ਦਾ Year ਅਵਾਰਡ ਲਈ ਕਿਹਨੂੰ ਨਾਮਜ਼ਦ ਕੀਤਾ ਗਿਆ ਪੀ ਆਰ ਸਰਜੇਸ਼ ਰਾਫਲ ਨਡਾਲ ਨੀਰਜ ਚੋਪੜਾ ਦਾ ਮੀਰਾ ਬਾਈ ਚਾਹਣਾ ਤਾਂ ਜੀ ਇਹ ਆਪਣਾ ਨੀਰਜ ਚੋਪੜਾ ਨੂੰ ਨਾਮਿਨੇਟ ਕੀਤਾ ਗਿਆ ਇਹ ਸੀਗੇ ਜੀ ਆਪਣੇ ਅੱਜ ਦੇ ਆਪਣੇ 150 ਕਰੰਟ ਅਫੇਅਰ ਜਿਹੜੇ ਕਿ 2022 ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਬਣੇ ਹੋਏ ਸੀ ਤੇ ਇਹਦੇ ਵਿੱਚੋਂ ਕੁਝ ਕੁਐਸਚਨ ਇਹ ਜਿਹੇ ਵੀ ਸੀਗੇ ਜਿਹੜੇ ਕਿ ਅਲੱਗ-ਅਲੱਗ ਪੇਪਰਾਂ ਦੇ ਵਿੱਚ ਪੁੱਛੇ ਵੀ ਗਏ ਸੀ ਤੇ ਕੁਝ ਕੁਐਸਚਨ ਇਹ ਜਿਹੇ ਐਡ ਕੀਤੇ ਨੇ ਆਪਾਂ ਕਿ ਜਿਹੜੇ ਕਿ ਮੋਸਟ ਅਕਸਪੈਕਟਡ ਬਣਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਿਹੜੀ ਆਪਾਂ ਤੁਹਾਨੂੰ 1000 ਕੁਐਸਚਨ ਦੀ ਪੂਰੇ ਸਾਲ ਦੀ ਪੀਡੀਐਫ ਪ੍ਰੋਵਾਈਡ ਕੀਤੀ ਹੈ ਤੁਸੀਂ ਉਹ ਨਹੀਂ ਕਰਨੀ ਉਹ ਵੀ ਕਰਨੀਆਂ ਇਹ ਤੁਸੀਂ ਵੀਡੀਓ ਕਲਾਸ ਹੀ ਦੇਖਣੀ ਹੈ ਜੀ ਤੁਹਾਨੂੰ ਪੀਡੀਐਫ ਤੁਹਾਨੂੰ ਦਿੱਤੀ ਹੋਈ ਆ ਮਤਲਬ ਪੀਡੀਐਫ ਦੇ ਵਿੱਚ ਇਹ ਸਾਰੇ ਕੁਐਸਚਨ ਤੁਹਾਡੇ ਕੋਲੇ ਹੈਗੇ ਆ ਰਿਵੀਜ਼ਨ ਤੁਸੀਂ ਉਹਦੀ ਹੀ ਕਰਨੀ ਆ ਇਹਦੀ ਤੁਹਾਨੂੰ ਪੀਡੀਐਫ ਨਹੀਂ ਮਿਲੇਗੀ ਇਹ ਤੁਹਾਨੂੰ ਵੀਡੀਓ ਕਲਾਸ ਇੱਕ ਮਤਲਬ ਕਿ ਇੱਕ ਤਰ੍ਹਾਂ ਨਾਲ ਰਿਵੀਜ਼ਨ ਕਲਾਸ ਮੰਨ ਕੇ ਚੱਲੋ ਕਿ ਹਾਂਜੀ ਰਿਵੀਜ਼ਨ ਤੁਹਾਡੀ ਹੋ ਗਈ ਇਸੇ ਤਰ੍ਹਾਂ ਹੁਣ ਆਪਣਾ ਅਗਲਾ ਟਾਰਗੇਟ ਕੀ ਰਹੂਗਾ ਜੀ ਇੱਕ ਤਾਂ ਤੁਹਾਨੂੰ ਦਸੰਬਰ 2022 ਦੇ ਟੌਪ ਕਰੰਟ ਅਫੇਅਰ ਦੇਣੇ ਨੇ ਠੀਕ ਆ ਇਹ ਰਹਿੰਦੇ ਨੇ ਆਪਣੇ ਹੁਣ ਨੈਕਸਟ ਆਪਣਾ ਹੋਏਗਾ ਜੀ ਟਾਰਗੇਟ ਇੱਕ ਤੁਹਾਨੂੰ ਇਹ ਦੇਣਾ ਮੈਂ ਠੀਕ ਆ ਇੱਕ ਜਿਹੜੇ ਕੈਂਡੀਡੇਟਸ ਨੇ ਆਪਣੇ 200 ਰੁਪਏ ਵਾਲੀ ਜ ਜੀ ਕੇ ਦੀ ਟੈਸਟ ਸੀਰੀਜ਼ ਆ ਜੇਕਰ ਤੁਸੀਂ ਪੀਟ੍ਰਪਲੱਸਵੀ ਦੇ 50 ਮਾਰਕਸ ਲਈ ਟੈਸਟ ਸੀਰੀਜ਼ ਪਰਚੇਸ ਕਰਨਾ ਚਾਹੁੰਦੇ ਹੋ ਸਿਰਫ ਜੀ ਕੇ ਦੀ ਆ ਠੀਕ ਆ ਜੀ ਕੇ ਦੇ ਇਹਦੇ ਵਿੱਚ 10 ਮੌਕ ਟੈਸਟ ਹੋਣਗੇ ਇੱਕ ਡੈਮੋ ਫ੍ਰੀ ਹੋਏਗਾ ਜਿਹਦੇ ਵਿੱਚ ਕਿ 500 ਕੁਐਸਚਨ ਹੋਣਗੇ ਜਿੱਚ 300 ਕੁਐਸਚਨ ਜੀ ਕੇ ਦਾ ਤੇ ਆਪਣਾ 200 ਕੁਐਸਚਨ ਪੰਜਾਬ ਜੀ ਕੇ ਦਾ ਹੋਵੇ ਜੇਕਰ ਤੁਸੀਂ ਇਹ ਪਰਚੇਸ ਕਰਨੀ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਫੋਨ ਪੇ Google Pay ਜਾਂ ਆਪਣਾ ਕਰਕੇ ਤੁਸੀਂ ਇਹਦੇ WhatsApp ਕਰ ਸਕਦੇ ਹੋ 786819382 ਤੇ 200 ਰੁਪਏ ਦਾ ਪ੍ਰਾਈਸ ਆ ਤੇ ਹੁਣ ਮੈਂ ਜੇਕਰ ਤੁਸੀਂ ਨਹੀਂ ਵੀ ਇਹ ਮਤਲਬ ਪਰਚੇਸ ਨਹੀਂ ਕਰਨਾ ਚਾਹੁੰਦੇ ਹੋ ਦੈਨ ਤੁਸੀਂ ਐਮਸੀਕਿਊ ਲਗਾ ਸਕਦੇ ਹੋ ਟੈਲੀਗ੍ਰਾਮ ਦੇ ਉੱਤੇ ਆਪਾਂ ਫ੍ਰੀ ਤੁਹਾਨੂੰ 1500 ਪਲੱਸ ਜੀਕੇ ਤੇ ਕਰੰਟ ਅਫੇਅਰ ਦੇ ਐਮਸੀਕਿਊ ਕਰਵਾਏ ਹੋ ਨੇ ਉਹ ਤੁਸੀਂ ਟੈਸਟ ਲਗਾਓ ਉਹਦੇ ਵਿੱਚ ਵੀ ਤੁਹਾਡੀ ਬਹੁਤ ਵਧੀਆ ਤਿਆਰੀ ਹੋ ਜਾਏਗੀ ਦੈਨ ਇੱਕ ਆਪਣੀ ਕਲਾਸ ਰੈਂ ਇੱਕ ਆਪਣਾ ਮੌਕ ਟੈਸਟ ਫੁੱਲ ਮੌਕ ਟੈਸਟ ਜੇਕਰ ਪੀਟ ਪਲੱਸ ਬੀ ਦਾ ਜਿੱਦਾਂ ਕਿ ਆਪਾਂ ਤੁਹਾਨੂੰ ਕਿਹਾ ਸੀ ਕਿ 13 ਜਨਵਰੀ ਨੂੰ ਆਪਣਾ ਇੱਕ ਫੁੱਲ ਪੇਡ ਮੌਕ ਟੈਸਟ ਸੌਰੀ ਆਪਣਾ ਫ੍ਰੀ ਮੌਕ ਟੈਸਟ ਇਹ ਪੇਡ ਯੂਜ਼ਰ ਨੂੰ ਮਿਲੇਗਾ ਜਿਨ੍ਹਾਂ ਨੇ ਆਹ ਸੀਰੀਜ਼ ਪਰਚੇਸ ਕੀਤੀ ਆ ਠੀਕ ਹੈ 120 ਨੰਬਰ ਦਾ ਹੋਏਗਾ ਉਹ ਉਹ ਤਿਆਰ ਹੋ ਰਿਹਾ ਵਾ ਜਲਦ ਹੀ ਤਿਆਰ ਹੋਏਗਾ 13 ਤਰੀਕ ਤੱਕ ਤੁਹਾਨੂੰ ਇਹ ਮਿਲ ਜਾਏਗਾ ਇੱਕ ਤੁਹਾਨੂੰ 15 ਫਰਵਰੀ ਨੂੰ ਮਿਲੇਗਾ ਸੋ ਹੁਣ ਆਪਾਂ ਇਹੀ ਇਸ ਟਾਈਮ ਦੇ ਉੱਤੇ ਉਮੀਦ ਕਰਾਂਗੇ ਕਿ ਪੀਰ ਰੈਪ੍ਰੈਸ ਵੀ ਆਪਣੇ ਪੇਪਰ ਜਿਹੜੇ ਵੀਡੀਓ ਦਾ ਐਗਜ਼ਾਮ ਤਾਂ ਇਹਨਾਂ ਨੇ ਪੋਸਟਪੋਨ ਕਰ ਦਿੱਤਾ ਪਰ ਹੁਣੇ ਰੀਸੈਂਟਲੀ ਇੱਕ ਨੋਟਿਸ ਜਾਰੀ ਕੀਤਾ ਸੀਗਾ 15 ਫਰਵਰੀ ਤੇ 19 ਫਰਵਰੀ ਨੂੰ ਕਲਰਕ ਦਾ ਤੇ ਕਲਰਕ ਡਾਟਾ ਐਂਟਰੀ ਆਪਰੇਟਰ ਦਾ 15 ਜਨਵਰੀ ਨੂੰ ਪੇਪਰ ਹੋਗਾ ਆਪਾਂ ਉਮੀਦ ਕਰਦੇ ਹਾਂ ਕਿ ਇਹ ਪੇਪਰ ਉਹਦੇ ਜਿਹੜੇ ਇਹਨਾਂ ਨੇ ਡੇਟਸ ਅਨਾਉਂਸ ਕੀਤੀਆਂ ਸੋ ਅੱਗੇ ਦੇਖਦੇ ਹਾਂ ਕਿ ਕੀ ਬਣਦਾ ਸੋ ਧੰਨਵਾਦ ਜੀ ਆਪਣੇ ਚੈਨਲ ਨੂੰ ਤੁਸੀਂ ਜੁਆਇਨ ਕਰੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਜੀ ਪੀਡੀਐਫ ਮੈਂ ਫੇਰ ਤੋਂ ਕਹਿ ਰਿਹਾ ਕਿ ਇਹਦੀ 150 ਕੁਐਸਚਨ ਦੀ ਪੀਡੀਐਫ ਤੁਹਾਨੂੰ ਨਹੀਂ ਮਿਲੇਗੀ ਇਹ ਸਿਰਫ ਤੁਹਾਨੂੰ YouTube ਕਲਾਸ ਹੀ ਦੇਖਣੀ ਪੜੇਗੀ ਪੀਡੀਐਫ ਤੁਹਾਨੂੰ 1000 MCQ ਦੀ ਆਪਾਂ ਤੁਹਾਨੂੰ ਸੈਂਡ ਕੀਤੀ ਹੈ ਇਹ ਕੁਐਸਚਨ ਉਹਦੇ ਵਿੱਚੋਂ ਹੀ ਕੱਢੇ ਹੋਏ ਕੁਐਸਚਨ ਹੈ ਕੋਈ ਅਲੱਗ ਤੋਂ ਕੁਐਸਚਨ ਨਹੀਂ ਗੇ ਸੋ ਤੁਸੀਂ ਵੀਡੀਓ ਕਲਾਸ ਦੇਖੋ ਜਿੱਦ ਨਾਲ ਤੁਹਾਡੀ ਕੁਇਕ ਰਿਵੀਜ਼ਨ ਹੋ ਜਾਏਗੀ ਸੋ ਧੰਨਵਾਦ